ਆ ਸਾਲੀ ਵੱਟ ਜੀ ਨਾ ਬੜੇ ਪੰਗੇ ਪਵਾਏ, ਮੇਰਾ ਜੀ ਕਰਦਾ ਹੁਣੀ ਵਾਲਾ। ਪ੍ਰਧਾਨ ਜੀ ਕਿਵੇਂ ਹੋ? ਠੀਕ ਹੈ ਠੀਕ ਹੈ। ਖੇਤ ਗੇੜਾ ਮਾਰਾ ਗਏ ਹੈ? ਗੇੜਾ ਕਹਦਾ ਆ ਵੱਟ ਨਾ ਬੜੇ ਰੌਲੇ ਪਵਾਏ ਨੇ, ਮੇਰਾ ਜੀ ਕਰਦਾ ਨਾ ਮੈਂ ਹੁਣੀ ਵਾਲਾ ਸਾਲੀ ਨੂੰ। ਬਸ ਫਿਰ ਬੜੇ ਰੌਲੇ ਪੈ ਗਏ, ਹੁਣ ਆਖਰੀ ਰੌਲਾ ਹੀ ਦਾ ਸਮਝ ਲਓ। ਤੇ ਨਾਲੇ ਮੈਂ ਮੈਡਮ ਨੂੰ ਪੁੱਛ ਕੇ ਆਇਆ ਸੀ, ਮਹਾ ਭਲਾ ਚੰਨੀ ਪ੍ਰਧਾਨ ਜੀ ਕਿੱਧਰ ਗਏ? ਕਹਿੰਦੇ ਖੇਤ ਕੰਨੀ ਗਏ ਨੇ, ਤਾਂ ਹੀ ਕਰਕੇ ਮੈਂ ਤੇਰੇ ਮਗਰ ਮਗਰ ਹੀ ਆ ਗਿਆ। ਉਹ ਤੇ ਗੱਲ ਛੱਡ, ਤੈਨੂੰ ਸਰਪੰਚ ਕੋਲੇ ਭੇਜਿਆ ਸੀ? ਹਾਂ ਕੀ ਕਹਿੰਦਾ? ਉਹੀ ਗੱਲ ਕਹਿਣ ਆਇਆ, ਸਰਪੰਚ ਕੋਲੇ ਮੈਂ ਗਿਆ ਸੀ ਪ੍ਰਧਾਨ ਜੀ, ਪਰ ਸਰਪੰਚ ਨੇ ਪੱਟੀ ਨਹੀਂ ਬੰਨਣ ਦਿੱਤੀ। ਕਹਿੰਦਾ 10 ਲੱਖ ਜਿੱਧਰੋਂ ਆਇਆ ਉਧਰ ਹੀ ਲੈ ਕੇ ਵਗ ਜਾ। ਬਹੁਤ ਉਹਦੇ ਲੇਲੇ ਪੇਪੇ ਕੀਤੇ ਮੈਂ। ਉਹ ਠੁਕਰਾਉਣੇ ਤੇ ਹੈਗੇ ਸਾਲੇ ਨੇ, ਉਹ ਦੇਖ ਉਹਦੇ ਉਹ ਆ ਗਏ 5-6 ਕਿੱਲੇ ਤੇ 3 ਕਿੱਲੇ ਆ ਰੀਤ ਵਾਲੇ ਆ ਗਏ ਤੇ ਆਹ ਆਪਾਂ ਦੀ ਆ ਗਈ। ਉਹ ਆਪਦੀ ਵਿੱਚ ਨੂੰ ਫਿਰਦਾ ਜੇ ਵਿੱਚ ਮੇਰੇ ਵਾਲੇ ਨਾਲ ਰਲ ਜੇ। ਹਾਂ ਸਰਪੰਚ ਦਾ ਇਹੀ ਰੌਲਾ ਹੈ। ਅੱਛਾ ਵੀ ਚੰਨੀ ਪ੍ਰਧਾਨ ਨਾਲ ਰਲਾ ਦੇ, ਮੈਂ ਰਲਾ ਲਾਂ ਆਪਦੇ ਕੰਨੀ। ਹੋਰ ਪ੍ਰੋਜੈਕਟ ਆਪਾਂ ਦਾ ਪਾਸ ਹੋਇਆ 10 ਕਿੱਲਿਆਂ ਦਾ ਇਹ, ਆ ਲੈਣ ਤਾਂ ਹੀ ਕਢਵਾਈ ਹੋਈ ਆ ਪਾਣੀ। ਠੀਕ ਹੈ ਸਿੱਧੀ ਸਪਲਾਈ ਆਇਆ ਕਰੋ ਉੱਥੋਂ, ਆ ਇੱਧਰੋਂ ਸਾਈਡ ਤੇ ਕਰ ਦੇਣੀ ਆਪੀ। ਠੀਕ ਹੈ। ਅੱਛਾ ਪ੍ਰਧਾਨ ਜੀ ਫਿਰ ਹੁਣ ਕਰੀਏ ਕੀ? ਹੁਣ ਉਹਨੇ ਤਾਂ ਕਹਿਤਾ ਵੀ ਮੈਂ ਪੈਸੇ ਲੈਂਦਾ ਨਹੀਂ, ਪਰ ਆਪਾਂ ਨੂੰ ਕੋਈ ਹੂਲਾ ਫੱਕਣਾ ਪਊਗਾ। ਮੈਨੂੰ ਤਾਂ ਲੱਗਦਾ ਮੰਤਰੀ ਨੂੰ ਫੋਨ ਲਾਉਣਾ ਪਊਗਾ, ਮੰਤਰੀ ਬੰਦੇ ਭੇਜ ਵੀ ਕਬਜ਼ਾ ਹੀ ਕਰਨਾ ਪਊਗਾ, ਬਸ 1-2 ਮਹੀਨੇ ਰੁਕ ਜਾ, ਆ ਝੋਨਾ ਜਿਹਾ ਵੱਢ ਲੈਣ ਦੇ। ਸਮਾਂ ਬਾਹਲਾ ਹੈ, ਇਹ ਸਮੇਂ ਜ਼ਿਆਦੇ ਐਂ ਜੇ ਦਿੰਦੇ ਰਹੇ ਨਾ ਫਿਰ ਬਿੱਲੀ ਆਪਦਾ ਦਾਅ ਮਾਰ ਕੇ ਵਗਜੂ। ਦਾਅ ਨਹੀਂ ਮਾਰ ਹੁੰਦਾ, ਇੱਥੇ ਹੀ ਆ ਮੈਂ ਕੋਲੇ, ਬਸ ਆਹ ਵੱਢ ਲੈਣ ਦੇ ਝੋਨਾ, ਵਿੱਚ ਹੀ ਲੀਪਰ ਫੇਰ ਦੂੰ ਮੈਂ। ਚਲੋ ਤੁਹਾਡੀ ਮਰਜ਼ੀ ਹੈ, ਪਰ ਮੈਂ ਤਾਂ ਇਹੀ ਕਹਿੰਦਾ ਸੀ ਵੀ ਹੁਣ ਜਲਦੀ ਕਰੋ ਜਿਵੇਂ ਵੀ ਹੋ ਸਕਦਾ। ਉਹ ਮੈਨੂੰ ਤਾਂ ਕਰਨੀ ਪਊ ਜਲਦੀ, ਤੈਨੂੰ ਤਾਂ ਕੋਈ ਕੰਮ ਕੀਤਾ ਨਹੀਂ ਯਾਰ, ਮੈਨੂੰ ਤਾਂ ਤੂੰ ਬਸ ਹੈ ਨਹੀਂ ਬੰਦਾ ਕੰਮ ਦਾ, ਨਾ ਤੂੰ ਸਰਪੰਚੀ ਜਿੱਤ ਸਕਦਾ। ਮੈਂ ਸਰਪੰਚੀ ਟਿਕਟ ਤੈਨੂੰ ਦਵਾਉਣੀ, ਉਹ ਵੀ ਤੂੰ ਜਿੱਤ ਨਹੀਂ ਸਕਦਾ। ਜਿੱਤ ਮੈਂ ਕੀ ਨਹੀਂ ਸਕਦਾ, ਤੁਸੀਂ ਮੈਨੂੰ ਕੰਮ ਹੀ ਇਹੋ ਜਿਹਾ ਦੇ ਦਿੰਦੇ ਹੋ। ਹੁਣ ਲੈ ਫੜਾਤਾ ਤੁਸੀਂ, ਮੈਨੂੰ ਤਾਂ ਪਿਸਤੌਲ ਤੁਸੀਂ, ਮੈਂ ਪਿਸਤੌਲ ਕਦੇ ਦੇਖਿਆ ਵੀ ਨਹੀਂ, ਮੈਂ ਤਾਂ ਨਹੀਂ ਕਦੇ ਚਿੜੀ ਦੇ ਡੱਕਾ ਮਾਰਿਆ, ਤੇ ਭਲਾ ਬੰਦਾ ਕਿੱਥੋਂ ਮਾਰ ਦੂ ਸਰਪੰਚ। ਪ੍ਰਧਾਨ ਜੀ ਤੁਸੀਂ ਵੀ ਗੁੱਸਾ ਨਾ ਕਰੋ ਮੇਰੀ ਗੱਲ ਦਾ, ਤੁਸੀਂ ਮੈਨੂੰ ਕੰਮ ਹੀ ਇਹੋ ਜਿਹਾ ਦਿੰਦੇ ਹੋ ਜਿਹੜਾ ਮੈਂ ਕਰ ਹੀ ਨਹੀਂ ਸਕਦਾ। ਹੁਣ ਲੈ ਪਿਸਤੌਲ ਫੜਾਤਾ, ਮੈਂ ਤਾਂ ਕਦੇ ਚਿੜੀ ਦੇ ਡੱਕਾ ਨਹੀਂ ਮਾਰਿਆ, ਤੇ ਤੁਸੀਂ ਕਹਿੰਦੇ ਬੰਦਾ ਮਾਰ ਦੇ, ਭਲਾ ਮੈਂ ਬੰਦਾ ਕਿੱਥੋਂ ਮਾਰ ਦੂੰ? ਤੁਸੀਂ ਮੈਨੂੰ ਕੰਮ ਵੀ ਉਹੋ ਜਿਹਾ ਹੀ ਦਿਆ ਕਰੋ ਨਾ ਜਿਹੋ ਜਿਹਾ ਮੈਂ ਕੰਮ ਕਰ ਸਕਦਾ। ਉਹ ਬੱਲੇ ਉਹ ਬਿਕਰਾ, ਉਹ ਜਾਰੀ ਉੱਠਾਂ ਵਾਲਿਆਂ ਨਾਲ ਤੇ ਬਾਹਰ ਭੀੜੇ ਰੱਖਣੇ, ਇਹ ਕਿੱਥੋਂ ਦੀ ਗੱਲ ਹੈ? ਜੇ ਸਾਡੇ ਨਾਲ ਜਾਰੀ ਰੱਖਣੀ ਹੈ ਤੇ ਬੰਦਾ ਤੈਨੂੰ ਮਾਰਨਾ ਪੈਣਾ। ਅੱਛਾ ਜੀ ਪ੍ਰਧਾਨ ਜੀ, ਜੇ ਤੁਸੀਂ ਮੋਢੇ ਤੇ ਹੱਥ ਮਾਰ ਹੀ ਦਿੱਤਾ ਨਾ ਫਿਰ ਕੋਈ ਗੱਲ ਨਹੀਂ, ਜਦੇ ਕਿਤੇ ਮੌਕਾ ਮਿਲਿਆ ਪਰਤੇ ਆ ਕੇ ਦੇਖ ਲਿਓ, ਖਬਰ ਹੈ ਤੀਰ ਚੱਲ ਹੀ ਜਾਵੇ। ਠੀਕ ਹੈ, ਪਹਿਲਾਂ ਰੀਤ ਵਾਲੀ ਜ਼ਮੀਨ ਦੇਖਦੇ ਸਮਾਰ ਕੇ, ਸਾਰੀ ਸਾਰੀ ਰੀਤ ਦੀ ਜ਼ਮੀਨ ਹੈ ਜਿਹੜੀ ਆਹ 3 ਕਿੱਲੇ ਹੋਰ ਇਹਦੇ ਪਿੱਟਣੇ ਆ ਸਾਰੇ। ਉਹ ਪਹਿਲਾਂ ਮੈਂ ਕਬਜ਼ਾ ਕਰ ਲਿਆ ਸੀ, ਉਹ ਬਸ ਉਹ ਸਰਪੰਚ ਦੇ ਕੰਡੇ ਬੀਜੇ ਆ, ਉਹਨੇ ਕੰਮ ਖਰਾਬ ਕਰਤਾ। ਕੋਈ ਗੱਲ ਨਹੀਂ, ਇਹ ਦੁਸ਼ਮਣ ਦੀ ਜ਼ਮੀਨ ਉਹ ਸੀ, ਉਹ ਖੰਭਾ ਨਹੀਂ ਦਿਸਦਾ ਪਿਆ, ਹਾਂ ਪਰਲੇ ਪਾਸੇ ਸਰਪੰਚ ਦੀ। ਠੀਕ ਹੈ ਕੋਈ ਗੱਲ ਨਹੀਂ, ਮੰਤਰੀ ਨੂੰ ਕਹਿ ਕੇ ਨਾ ਉਹ ਸਾਰਾ ਹੀ ਜਾਲ ਪਵਾ ਦੇਣਾ। ਪਾ ਦਿਆਂਗੇ, ਉਹ ਪੁਲਿਸ ਹੋਈ ਨਾ ਜ਼ਿਆਦੇ ਆਪਾਂ ਕੋਲੇ, ਉਦਣ ਕਰਾਂਗੇ। ਪਰ ਹੁਣ ਤੂੰ ਇੱਕ ਗੱਲ ਤੈਨੂੰ ਮੈਂ ਦੱਸਦਾ ਵੀ ਮੰਤਰੀ ਨੂੰ ਫੋਨ ਘੁਮਾ ਦੇ, ਕਬਜ਼ਾ ਕਰਕੇ ਦਿਖਾ ਦੇ ਮੇਰਾ ਬਾਈ। ਉਹ ਕਰਾਂਗੇ, ਬਸ ਆ ਰੁਕ ਜਾ। ਠੀਕ ਹੈ, ਵੱਢ ਲੈਂਦੇ ਝੋਨਾ, ਫਸਲ ਪਾਲੀ ਆ, 4 ਪੀ ਕਰ ਲੈਂਦੇ ਇਕੱਠੇ, ਤੇ ਹੁਣ ਮੈਂ ਰੀਤ ਕੋਲੇ ਜਾ ਕੇ ਆਵਾਂ ਕਿ ਤੁਸੀਂ ਜਾਏ ਸੀਗੇ? ਉਹ ਜਾਊਂਗਾ, ਮੈਂ ਜਾਊਂਗਾ, ਉਹਨਾਂ ਕੋਲ ਕੋਈ ਗੱਲ ਨਹੀਂ। ਠੀਕ ਹੈ, ਮੈਂ ਭੋਗਾ ਚਿੱਤ ਕਰਕੇ ਆਊਂਗਾ, ਮੰਤਰੀ ਨੂੰ ਲੈ ਕੇ ਨਾ ਫਿਰ ਜਾਊਂਗਾ ਨਾਲ। ਠੀਕ ਹੈ ਚੰਗਾ।
ਸਾਰਾ ਦਿਨ ਕੰਮ ਨਹੀਂ ਨਿਬੜਦੇ, ਇੱਕ ਤਾਂ ਇਕੱਲੀ ਦੇ ਗਲ ਪੈ ਰਹੇ ਨੇ, ਬੇਬੇ ਨੂੰ ਕਾਏ ਮਹੀਨੇ ਹੋ ਗਏ ਗਈ ਨੂੰ, ਆਏ ਨੀ ਵੀ ਘਰੇ ਆ ਜਾ ਹੁਣ, ਵੀ ਉਹ ਵੀ ਇਕੱਲੀ ਜਾਣੀ ਕੰਮਾਂ ਕਾਰਾਂ ਚ ਔਖੀ ਹੁੰਦੀ ਹੋਊਗੀ। ਹੋਰ ਲੈ ਦੋ ਘੜੀ ਆਰਾਮ ਕਰ, ਮੈਂ ਤਾਂ ਲੈ ਆ ਗਈ ਬੇਬੇ। ਹਾਂ ਪਤਾ ਦੇਖ ਲਈ ਜਿਉਂਦੀ ਗੁਰੂ ਭਲਾ ਕਰੇ। ਬਹਿ ਜਾ ਪਹਿਲਾਂ ਪਾਣੀ ਲਿਆਉਣੀ ਆ ਮੈਂ, ਠੀਕ ਹੈ ਫਿਰ ਕਰਦੇ ਆ ਗੱਲਾਂ। ਹਾਂ ਠੀਕ ਆ ਬੇਬੇ। ਹਾਏ ਹਾਏ ਆਪਦੇ ਘਰੇ ਆ ਕੇ ਨਾ ਜਣੀ ਆਰਾਮ ਜਾ ਗਿਆ, ਧੀ ਦੇ ਘਰੇ ਕਾਹਦਾ ਜਾਣਾ, ਅਨਸਰਦੇ ਦਾ ਸਰਾਮ ਹੈ, ਬਾਕੀ ਉਹਦਾ ਕੋਈ ਸਹਾਰਾ ਨਹੀਂ ਹੈਗਾ, ਰਹਿਣੇ ਪੈਂਦਾ ਜਾ ਕੇ। ਲੈ ਬੇਬੇ ਪਾਣੀ ਪੀ ਲਓ ਪਹਿਲਾਂ। ਹੋਰ ਦੱਸੋ ਆਪਣਾ, ਸਾਰੇ ਠੀਕ ਨੇ? ਸਾਰੇ ਠੀਕ ਆ, ਜੀਏ ਲਾ ਰਿਹਾ ਤਾਂ ਜਾ ਕੇ ਉੱਥੇ। ਪੁੱਤ ਕੀ ਕਰਾਂ, ਜੇ ਉਹਦਾ ਕੋਈ ਸਹਾਰਾ ਹੋਵੇ ਤਾਂ ਮੈਂ ਜਾਵਾਂ ਹੀ ਕਿਉਂ, ਜਾ ਕੇ ਦੇਖਦੀ ਹਾਂ ਵੀ ਤਾਂ ਇਕੱਲੀ ਹੈ, ਹੈ ਨਾ, ਦੇਖ ਜਵਾਕ ਤਾਂ ਉਹਦਾ ਉਰੀ ਹੈ। ਚਲੋ ਤਾਂ ਤੇ ਫਿਰ ਇਸ ਕਰਕੇ ਮੈਨੂੰ ਰਹਿਣਾ ਪੈਂਦਾ ਵੀ ਚੱਲ ਐਂ ਬਾਹਲੇ ਹੋਰੂੰ ਜੇ ਕਰਨ ਲੱਗ ਜਾਂਦੀ। ਦੇਖੀ ਬੇਬੇ ਤੂੰ ਰਹਿੰਦੀ ਨੀ 2 ਦਿਨ, ਹੈ ਨਾ, ਫਿਰ ਤੈਨੂੰ ਪਤਾ ਹੀ ਹੈ ਬੇਬੇ, ਫਿਰ ਮੇਰਾ ਵੀ ਨੀ ਇਕੱਲੀ ਦਾ ਜੀ ਲੱਗਦਾ। ਹਾਂ ਉਹ ਤਾਂ ਮੈਨੂੰ ਵੀ ਐ ਰਹਿੰਦਾ ਵੀ ਚੱਲ ਸੱਸ ਨੂੰ ਹਾਂ ਬਾਈ ਕੰਮ ਨਿਬੇੜ ਕੇ ਬੈਠੀਆਂ 2 ਘੜੀ ਗੱਲਾਂ ਕਰ ਲੈਣੇ ਆ, ਹੈ ਨਾ, ਸਾਰਾ ਦਿਨ ਨਾ ਪਿਆ ਜਾਵੇ ਨਾ ਸਾਰਾ ਦਿਨ ਕਿਸੇ ਦੇ, ਤੈਨੂੰ ਪਤਾ ਜਾਂਦੇ ਆਉਂਦੇ ਨੀ ਆਪਾਂ। ਇਹ ਤਾਂ ਹੈ ਹੀ, ਪਤਾ ਹੀ ਆ ਪੁੱਤ। ਤੇ ਜਦੋਂ ਹੁਣ ਉਹਦਾ ਸਹਾਰਾ ਬਣ ਗਿਆ ਫੇਰ ਆਈ ਆ ਮੈਂ, ਹੁਣ ਵਿਆਹ ਕਰਤਾ ਉਹਦਾ। ਅੱਛਾ ਤੇ ਹੋਰ ਰੀਤ ਠੀਕ ਆ ਵਧੀਆ ਫਿਰ? ਹਾਂ ਠੀਕ ਠੀਕ ਸੀ, ਸਭ ਕੁਝ ਠੀਕ ਸੀਗਾ। ਹਾਂ ਤੇ ਆਹ ਜਿਹੜਾ ਚੰਨੀ ਆ ਉਹਨਾਂ ਦੇ ਪਿੰਡ ਦਾ, ਅੱਛਾ, ਬਾਹਲੇ ਮਾੜਾ ਬੰਦਾ ਹੈ ਉਹ ਤਾਂ। ਅੱਛਾ ਤੇ ਹੋਰ ਘਰੇ ਆ ਕੇ ਨਾ ਲੱਤਾਂ ਤੋੜ ਗਿਆ, ਆਖੇ ਜ਼ਮੀਨ ਦਿਓ। ਰੀਤ ਵੀ ਪੁੱਠੇ ਪੰਗੇ ਕਰਦੀ ਆ, ਉਹਨੇ ਜ਼ਮੀਨ ਤੋਂ ਕੀ ਕਰਾਉਣਾ ਪਰਾਂ, ਪਰਾਂ ਜ਼ਮੀਨ ਵੇਚ ਹੀ ਨਹੀਂ ਜਾਂਦੀ ਹੈਗੀ। ਮੰਨੀ ਨਹੀਂ ਭਾਈ, ਮੈਂ ਤਾਂ ਬਹੁਤ ਜ਼ੋਰ ਲਾ ਲਿਆ, ਉਹ ਬੰਦਾ ਹੈਗਾ ਬਹੁਤ ਮਾੜਾ, ਉਹ ਤਾਂ ਫਿਰ ਧੱਕੇ ਨਾਲ ਹੀ ਕਰਦਾ ਕੰਮ। ਉਹ ਆਹਦਾ ਵੀ ਤੁਹਾਡੀ ਜ਼ਮੀਨ ਦੇ ਇੰਨੇ ਪੈਸੇ ਦੇਣਾ ਵੀ 3 ਲੱਖ ਦੇ, 3 ਕਿੱਲੇ ਨੇ ਤੇ 90 ਲੱਖ ਦੇ ਦੇਣ। ਨਹੀਂ ਮੰਨੀ ਰੀਤ, ਨਹੀਂ ਮੰਨੀ ਰੀਤ, ਤਾਂ ਬਹੁਤ ਪੁੱਠੇ ਕੰਮ ਕਰਦੀ ਹੈਗੀ। ਦੁੱਗਣੇ ਦੇ ਰਿਹਾ ਸੀ ਬੈਂਸ ਪਾਉਣ ਵਾਸਤੇ, ਮਾਂ ਕਾਹਨੂੰ ਕਿਸੇ ਨਾਲ ਬੈਂਸ ਪਾਉਣੀ ਆ ਪਹਿਲਾਂ। ਪਾ ਲਈ ਉਹਨੇ ਤਾਂ ਬੈਂਸ, ਨਹੀਂ ਮੰਨੀ ਗੱਲ, ਆਏ ਆਉਣ ਹੀ ਨੀ ਦਿੰਦੀ ਮੈਨੂੰ ਤਾਂ, ਮੈਂ ਤਾਂ ਹਾੜੇ ਕੱਢ ਲਏ ਵੀ ਤੇਰਾ ਇੱਕ ਜਵਾਕ ਹੈ ਕਾਹਦੇ ਪਿੱਛੇ। ਉਈ ਬਸ ਚੱਲ ਉਹਦੀ ਮਰਜ਼ੀ ਹੈ, ਜਿਹੇ ਜਾਣੇ ਉਹ ਕਰਨਾ, ਹਨਾ। ਲੈ ਮੈਂ ਤੈਨੂੰ ਚਾਹ ਦੀ ਘੁੱਟ ਕਰਕੇ ਦਿਆ ਨਾ ਪਹਿਲਾਂ। ਨਾ ਨਾ ਚਾਹ ਦੀ ਤਾਂ ਮੈਨੂੰ ਲੋੜ ਨਹੀਂ, ਕੋਈ ਠਹਿਰ ਕੇ ਕਰ ਲਾਂਗੇ, ਗਰਮੀ ਹੈ ਨਾ, ਜੀ ਜਾ ਨਹੀਂ ਕਰਦਾ। ਤੇ ਇਕੱਲੀ ਦੀ ਜਾਨ ਦੀ ਜਾਨ ਹੈ ਤੂੰ, ਹੈ ਇਕੱਲਾ ਜਵਾਕ ਆਪਣੇ, ਤੂੰ ਉਹਦੇ ਬੰਨੀ ਸੋਚ ਲਾ ਕਿਉਂ ਇੱਥੇ ਬੈਂਸਾਂ ਪਾਉਣੀ ਹੈ, ਦੁੱਗਣੀ ਬਣੀ ਨਾਲ ਜਵਾਕ ਦੀ ਜ਼ਮੀਨ। ਬਸ ਆਈ ਆ, ਤਾਂ ਹੀ ਕਹਿਣ ਤਾਂ ਹੁੰਦੇ ਨੇ ਵੀ ਤੀਵੀਂ ਦੇ ਗੁੱਤ ਪਿੱਛੇ ਮੱਤ ਹੁੰਦੀ ਹੈ। ਉਹੀ ਤਾਂ ਗੱਲ ਹੈ, ਮੇਰੇ ਤਾਂ ਜਾਨ ਬਾਹਲੀ ਔਖੀ ਹੋਈ ਹੈ, ਜਦੋਂ ਉਹਨੂੰ ਕੁੱਟ ਗਿਆ ਘਰੇ ਆ ਕੇ, ਨਾਲ ਇੱਕ ਬੰਦੇ ਨੂੰ ਹੋਰ ਲਿਆ, ਵਿਕਰ ਵਿਕਰ ਆ ਉਹਦਾ ਨਾਮ। ਹਾਏ ਮਾਂ ਐਡੀ ਗੱਲ ਹੋ ਗਈ ਰੀਤ ਨਾਲ, ਤਾਂ ਇਹ ਸਾਨੂੰ ਦੱਸੇ ਨਹੀਂ ਹੈਗਾ, ਤੂੰ ਕੰਮ ਤੋਂ ਕੰਮ ਫੋਨ ਤਾਂ ਕਰਦਾ ਦੀ ਸਾਨੂੰ। ਪੁੱਤ ਮੈਂ ਨਹੀਂ ਦੱਸਿਆ, ਵੱਧਦਾ ਹੀ ਵੱਧਦਾ, ਉਹ ਤਾਂ ਬੰਦਾ ਬਹੁਤ ਮਾੜਾ ਹੈ, ਇੱਥੋਂ ਮੁੰਡਾ ਜਾਂਦਾ ਉੱਥੇ ਲੜਾਈ ਹੋਰ ਹੋ ਜਾਂਦੀ। ਮੈਂ ਥਾਣੇ 'ਚ ਗਈ ਸੀ, ਮੇਰੀ ਰਿਪੋਰਟ ਨਹੀਂ ਦਿਖੀ ਉਹਨਾਂ ਨੇ ਥਾਣੇ ਵਾਲਿਆਂ ਨੇ, ਕਹਿੰਦੇ ਤੁਸੀਂ ਕਿਉਂ ਪੰਗੇ ਲੈਂਦੇ ਹੋ, ਨਾਲੇ ਆਹਦੇ ਲੋਕ ਆਏ ਕਹਿਣਗੇ ਨਿੱਕੀਆਂ ਮੋਟੀਆਂ ਗੱਲਾਂ ਵਾਸਤੇ ਤੁਸੀਂ ਵਿਹਲੇ ਹੋ, ਵੀ ਥਾਣੇ ਵਾਲੇ ਕਹਿੰਦੇ ਵੀ ਅਸੀਂ ਵਿਹਲੇ ਹਾਂ, ਕਹਿੰਦੇ ਇਹ ਤਾਂ ਸਰਪੰਚ ਮੈਂਬਰ ਦਾ ਕੰਮ ਹੁੰਦਾ, ਉੱਥੇ ਗੱਲ ਕਰੋ ਆਪਦੀ, ਮੇਰੀ ਰਿਪੋਰਟ ਨਹੀਂ ਲਿਖੀ ਹੈਗੀ ਉਹਨਾਂ ਨੇ, ਕਹਿੰਦੇ ਕੋਈ ਖੂਨ ਨਹੀਂ ਨਿਕਲਿਆ, ਹੋਰ ਨਹੀਂ, ਮਾੜੀਆਂ ਮੋਟੀਆਂ ਗੁੰਮ ਸੱਟਾਂ ਵਿੱਚ ਤੂੰ ਤੁਰੀ ਆਈ ਮਾਤਾ, ਉਹ ਚੁੱਪ ਕਰਕੇ ਆ ਗਈ ਭਾਈ। ਮੈਂ ਬਸ ਠੀਕ ਹੈ ਭਾਈ, ਜਿਵੇਂ ਤੁਸੀਂ ਕਹਿੰਦੇ ਹੋ। ਫਿਰ ਇਸ ਕਰਕੇ ਹੁਣ ਉਹਨੂੰ ਮੈਂ ਆਈ ਕਿਹਾ ਰੀਤ ਨੂੰ ਵੀ ਤੂੰ ਸਰਪੰਚ ਨੂੰ ਬੁਲਾ। ਲੈ ਮਾਂ ਜੋ ਥਾਣੇ ਵਾਲੇ ਨਹੀਂ ਉਹਦਾ ਕੁਛ ਕਰ ਸਕੇ ਪਹਿਲਾਂ, ਰੀਤ ਉਹਦਾ ਕੀ ਕਰ ਦੂਗੀ, ਰੀਤ ਤਾਂ ਉਹੀ ਬੌਲੀ ਹੋਈ ਹੈਗੀ, ਪਰਾਂ ਵੇਚ ਕੇ ਜ਼ਮੀਨ ਉਹ ਪਰਾਂ ਕਰੇ, ਉਹਨੇ ਕੀ ਕਰਨਾ। ਪੁੱਛ ਨਾ ਪੁੱਤ, ਸਾਰਾ ਕੁਛ ਵਧੀਆ ਹੋ ਗਿਆ ਸੀ, ਉਹ ਸਰਪੰਚ ਨੇ ਆ ਕੇ ਫੇਰ ਪੁਆੜੇ ਪੁਆਤੇ, ਕਹਿੰਦੇ ਤੁਹਾਡੀ ਜ਼ਮੀਨ ਤਾਂ ਇੰਨੀ ਮਹਿੰਗੀ ਵਿਕੂਗੀ, ਸਰਕਾਰ 'ਚ ਆ ਗਈ ਤੇ ਉਹ ਫੇਰ ਬਦਲ ਗਈ ਕੁੜੀ, ਮਸਾਂ ਲੋਟ ਕਰੀ ਸੀਗੀ ਮੈਂ, ਮੈਂ ਛੱਡ ਪਰੇ ਕਿਉਂ ਬੈਂਸ ਬੰਨਦੀ ਆ, ਦੇ ਦੇ। ਕੋਈ ਨਾ ਰੀਤ ਨੂੰ ਸਮਝਾਵਾਂਗੇ ਆਪਾਂ, ਚਾਹੇ ਆਪਾਂ ਫੋਨ ਕਰੀਏ, ਠੀਕ ਆ, ਉਹਨੂੰ ਫੋਨ ਕਰਕੇ ਮੈਂ ਸਮਝਾਉਂਗੀ ਵੀ ਰੀਤ ਕਿਉਂ ਬੌਲੀ ਹੋਈ ਆ ਤੂੰ, ਤੂੰ ਜ਼ਮੀਨ ਵੇਚ ਦੇ ਪਰਾਂ, ਤਾਂ ਕੀ ਕਰਾਉਣਾ, ਕਿਉਂ ਬੈਂਸ ਪਾਉਣੀ ਫਿਰਦੀ ਆ ਸਾਰੇ ਪਾਸੇ। ਉਹੀ ਤਾਂ ਮੈਂ ਕਹਿੰਦੀ ਵੀ ਤੇਰਾ ਇੱਕ ਜਵਾਕ ਹੈ ਤਾਂ ਕਰਨਾ ਕੀ ਹੈ, ਜੇ ਉਹ ਇੰਨਾ ਪੈਸਾ ਦੇਈ ਜਾਂਦੇ ਨੇ, 3 ਕਿੱਲਿਆਂ ਦਾ 90 ਲੱਖ ਦੇਈ ਜਾਂਦੇ, ਹੋਰ ਕੀ ਚਾਹੀਦਾ ਇਹਨੂੰ, ਚਾਹੀਦਾ ਉਹਨੂੰ ਫਿਰ। ਲੈ ਮਾਂ ਤੂੰ 2 ਘੜੀ ਆਰਾਮ ਕਰ ਲੈ,
ਮੈਂ ਤੈਨੂੰ ਚਾਹ ਦੀ ਘੁੱਟ ਬਣਾ ਕੇ ਲਿਆ ਕੇ ਦਿੰਦੀ ਹੈਗੀ, ਠੀਕ ਆ? ਅੱਗੇ ਪਹਿਲਾਂ ਟੈਨਸ਼ਨ ਚੋਂ ਆਈ ਆ ਤੂੰ। ਚੱਲ ਠੀਕ ਆ ਪੁੱਤ, ਬਣਾ ਲਾ, ਮੈਂ 10 ਮਿੰਟ ਆਰਾਮ ਕਰ ਲੈਨੀ ਆ, ਪਹਿਲਾਂ ਹੀ ਬਥੇਰਾ ਦੁਖੀ ਆ ਮੇਰਾ ਚਿੱਤ। ਚੱਲ ਠੀਕ ਆ, ਕਰ ਲਿਆ ਚਾਹ। ਮਿਲੂਗਾ ਮਿਲੂਗਾ, ਕਿਉਂ ਨਹੀਂ, ਪ੍ਰਧਾਨ ਨੇ ਹਜੇ ਕਿੱਥੇ ਜਾਣਾ, ਐਂ ਕਰ ਪਹਿਲਾਂ ਬਟੂਆ ਚੱਕ ਲਈਏ, ਫੇਰ ਕਰਦੇ ਹਾਂ ਗੱਲ। ਕੋਈ ਨਾ ਤੂੰ ਆ ਸਹੀ, ਮੇਰੀ ਗਲੋਣੀ ਚੁੰਨੀ ਫਸ ਗਈ, ਆ ਸਹੀ। ਤੈਨੂੰ ਤਾਂ ਮੈਂ ਤੋਰਾਂ ਪ੍ਰਧਾਨਗੀ ਚ, ਬਣਾਉਣੀਆਂ ਤੈਨੂੰ ਤਾਂ ਮੈਂ ਸਰਪੰਚ। ਮੈਂ ਵੀ ਮੂਹਰੇ ਖੜੀ ਹਾਂ ਨਾਕੇ 'ਤੇ। ਇੱਕ ਗੱਲ ਸੁਣ ਮੇਰੀ। ਹਾਂ। ਤੈਂ ਹੁਣ ਮੂੰਹ ਕਿੱਧਰ ਚੱਕਿਆ? ਉਹ ਤੜਕੀ ਕਿੱਧਰ ਨਾ ਕਿਹਾ ਕਰ, ਪਹਿਲਾਂ ਕਿੱਧਰ ਕਹਿਣ ਬਹਿ ਜਾਣੀ ਹੈ, ਤੈਨੂੰ ਪਤਾ ਮੈਂ 100 ਕੰਮ ਜਾਣਾ ਹੈ। ਨਾ ਇਹੋ ਜਿਹਾ ਤੇਰਾ ਕੀ ਕੰਮ ਹੈ, ਮੈਂ ਤੇਰੇ ਸਭ ਜਾਣਦੀਆਂ ਗੱਲਾਂ ਨੂੰ। ਉਹ ਜੇ ਤੂੰ ਜਾਣਦੀ ਆ ਫਿਰ ਜਾਣਦੀ ਹੋਏਗੀ, ਇਹਦਾ ਕੀ ਮਤਲਬ? ਹੁਣ ਸਵੇਰੇ ਸਵੇਰੇ ਮੈਂ 100 ਕੰਮ ਜਾਣਾ, ਤੂੰ ਪਹਿਲਾਂ ਕਿੱਧਰ ਕਹਿ ਦੇਣੀ ਹੈ? ਕਿੱਧਰ ਕਿਹਾ ਬਹੁਤ ਮਾੜਾ ਹੁੰਦਾ। ਜਿਹੜੀ ਤੂੰ ਮੇਰੀ ਗੱਲ ਨੂੰ ਬੁਰਾ ਮੰਨਦਾ ਨਾ, ਇਹ ਇੱਕ ਨਾ ਇੱਕ ਦਿਨ ਤੇਰੇ ਮੂਹਰੇ ਆ ਜਾਣੀ ਹੈ, ਤੇਰੇ ਅੱਖਾਂ ਤੋਂ ਪੱਟੀ ਫੇਰ ਖੁੱਲੂਗੀ। ਉਹ ਫਿਰ ਉਹੀ ਤਾਂ ਕਹਿਣਾ ਹੈ ਵੀ ਤੂੰ ਚੱਜ ਦਾ ਮੂੰਹੋਂ ਬੋਲ ਕੱਢਿਆ ਕਰ, ਕਹਿ ਦੇਣੀ ਆ ਕਿੱਧਰ ਜਾਣਾ। ਮੈਂ ਜਾਂਦਾ ਸੀ ਪ੍ਰਧਾਨ ਕੋਲੇ। ਕਿਉਂ? ਲੈ ਹੱਦ ਹੋ ਗਈ, ਉਹ ਮੈਂ ਪਿੰਡ ਦੇ ਵਿੱਚ ਮੈਂ ਵੀ ਪ੍ਰਧਾਨ ਬਣਨਾ ਕਿਸੇ ਟਾਈਮ, ਤੇ ਹੁਣ ਸਰਪੰਚੀ ਦੇ ਵਿੱਚ ਤਾਂ ਇੱਕ ਹੀ ਜਿੱਤਣਾ ਹੀ ਜਿੱਤਣਾ। ਸੱਚੀ ਗੱਲ ਹੈ, ਹਾਂ ਪਹਿਲਾਂ ਵੀ ਕਈ ਵਾਰੀ ਜਿੱਤ ਗਿਆ ਨਾ ਤੂੰ ਤਾਂ? ਪਹਿਲਾਂ ਨਹੀਂ ਜਿੱਤਿਆ, ਮੰਨ ਲਿਆ ਹਾਰ ਗਿਆ, ਇਹ ਤਾਂ ਹੁੰਦਾ ਹੀ ਰਹਿੰਦਾ, ਕਦੇ ਡਿੱਗ ਪਿਆ ਕਦੇ ਢਹਿ ਗਿਆ। ਤੂੰ ਜਾਣਦੇ ਤੈਂ ਕੀ ਇਹ ਜਿਹਾ ਪ੍ਰਧਾਨੀਆਂ ਤੋਂ ਨਾਲੇ ਸਰਪੰਚੀਆਂ ਤੋਂ ਕੀ ਲੈਣਾ? ਚੁੱਪ ਕਰਕੇ ਤੂੰ ਘਰੇ ਬਹਿ ਜਾ, ਕੁੜੀ ਦਾ ਫਿਕਰ ਕਰ। ਦੇਖ ਤੈਨੂੰ ਪਤਾ ਹੈ ਕੁੜੀ ਦਾ ਰਿਸ਼ਤਾ ਹੋ ਗਿਆ ਆਪਣੀ ਦਾ, ਠੀਕ ਹੈ? ਤੇ ਕੱਲ ਨੂੰ ਉਹਨਾਂ ਨੇ ਵਿਆਹ ਮੰਗ ਲਿਆ, ਆਪਾਂ ਕੀ ਕਹਾਂਗੇ? ਫਿਰ ਵਿਆਹ ਦੇ ਦੇਾਂਗੇ, ਐਂ ਕਿਹੜਾ ਵਿਆਹ ਨਹੀਂ ਕੀਤਾ ਜਾਣਾ, ਪਰ ਮੈਨੂੰ ਹਜੇ ਪ੍ਰਧਾਨਗੀ ਤਾਂ ਕਰ ਲੈਣ ਦੇ, ਨਾਲੇ ਮੋਟਾ ਪੈਸਾ ਆ ਜਾਊਗਾ, ਉਦੋਂ 2 ਰੁਪਏ ਕੁੜੀ ਦੇ ਵਿਆਹ ਤੇ ਵੀ ਲਾਉਂਦੇ ਹੋ ਜਾਾਂਗੇ। ਮੇਰੀ ਗੱਲ ਸੁਣ ਲੈ, ਜੇ ਕੋਈ ਗੱਲਬਾਤ ਹੋ ਗਈ ਆਪਣੇ ਕੁੜੀ ਦੇ ਰਿਸ਼ਤੇ 'ਚ ਵਿਘਨ ਪੈ ਜਾਊਗਾ, ਤੂੰ ਤਾਂ ਜੇਲ੍ਹਾਂ ਦੇਖੇਗਾ। ਮੇਰੀ ਗੱਲ ਸੁਣ ਲੈ, ਕੰਨ ਖੋਲ ਕੇ ਚੁੱਪ ਕਰਕੇ ਬੈਠ ਜਾ, ਨਾਲੇ ਜੇ ਤੂੰ ਕਹਿਣਾ ਲੋਟ ਪ੍ਰਧਾਨਗੀ 'ਚ ਪੈਸਾ ਮਿਲੂਗਾ, ਤੇ ਵਧੀਆ ਜਿਹਾ ਬੈਗ ਸਮਾ ਲੈ ਇੱਕ। ਉਹ ਮੈਨੂੰ ਪਤਾ ਨਾ ਬੈਗ ਸੰਭਾਲਾ, ਤੂੰ ਤਾਂ ਟਿੱਚਰਾਂ ਕਰਨ ਨੂੰ ਰਹਿੰਦੀ ਹੈ, ਨਾਲੇ ਤੇਰੀ ਉਮੀਦ ਹੀ ਨਹੀਂ ਵੀ ਮੈਂ ਕੋਈ ਚੱਜ ਦਾ ਕੰਮ ਕਰਾਂ। ਜੇ ਪ੍ਰਧਾਨ ਬਣਾਂਗੇ ਜਾਂ ਮਾੜੀ ਮੋਟਾ ਕੋਈ ਇੱਧਰ ਉੱਧਰ ਜਾਵਾਂਗੇ ਤਾਂ ਹੀ ਲੋਕ ਬੱਲੇ ਬੱਲੇ ਕਹਿਣਗੇ, ਤੂੰ ਤਾਂ ਇੱਥੇ ਕੁੱਛੜ ਚਬਾੜੀ ਰੱਖਦੀ ਹੈ। ਮੈਂ ਤੈਨੂੰ ਇੱਕ ਦਿਨ ਪੁੱਛ ਲੈਣਾ, ਆ ਜਿਹੜੇ ਤੂੰ ਮੁੱਛਾਂ ਨੂੰ ਵੱਟ ਦੇਣਾ ਨਾ, ਮੇਰਾ ਕਾਲਜਾ ਫੂਕਦਾ ਜਾਣ ਕੇ, ਤੂੰ ਜਾਣ ਦਿਆ ਕਰ। ਉਹ ਚੰਗਾ, ਹੁਣ ਮੈਨੂੰ ਵਗ ਜਾਣ ਦੇ, ਮੈਨੂੰ ਵਗ ਜਾਣ ਦੇ ਪ੍ਰਧਾਨ ਕੋਲੇ। ਵਗ ਜਾ, ਲੈ ਲੈ ਵੋਟਾਂ ਪ੍ਰਧਾਨ ਤੋਂ, ਉਹ ਬਹੁਤ ਬੰਦਾ ਹੁਸ਼ਿਆਰ ਹੈਗਾ, ਤੈਨੂੰ ਕੋਈ ਸਰਪੰਚੀ ਨਹੀਂ ਜਿੱਤਣ ਦਿੰਦਾ ਉਹ, ਨਾਲੇ ਪਹਿਲਾਂ ਤੈਨੂੰ 2 ਵਾਰੀ ਖੁੰਝੇ ਲਾਤਾ ਉਸ ਬੰਦੇ ਨੇ। ਫਿਰ ਲੋਕ ਉਹਨੂੰ ਸਲਾਮਾਂ ਵੀ ਕਰਦੇ ਨੇ, ਅਗਲਾ ਜਦੋਂ ਜਿੱਥੋਂ ਦੀ ਲੰਘਦਾ ਉੱਥੋਂ ਪਿੱਛੇ ਹਟ ਕੇ ਖੜਦੇ ਨੇ। ਆਹੋ ਆ ਸਲਾਮ ਦਾ ਭੁੱਖਾ ਰਹਿ ਗਿਆ ਤੂੰ ਤਾਂ, ਇਹ ਸਲਾਮਾਂ ਦੇ ਅੱਗੇ ਤੂੰ ਜਾ ਜਾਂ ਵਗ ਜਾ, ਮਰ ਜਾ, ਮੇਰਾ ਕਹਿਣਾ ਕਿਹਨੇ ਮੰਨਣਾ? ਉਹ ਚੰਗਾ ਉੱਚੀ ਨਾ ਬੋਲਿਆ ਕਰ, ਲੋਕ ਤਾਂ ਮੈਨੂੰ ਸਲੂਟ ਮਾਰਦੇ ਆ, ਘਰੇ ਤਾਂ ਜਲੂਸ ਕੱਢੀ ਰੱਖਦੇ ਆ, ਤੂੰ ਮੇਰੀ ਨਹੀਂ ਇੱਜ਼ਤ ਕਰਦੀ। ਮੈਨੂੰ ਤਾਂ ਤੀਵੀਆਂ ਬੇਇੱਜ਼ਤੀ ਕਰਨਗੀਆਂ ਮੇਰੀਆਂ, ਤੈਨੂੰ ਪਤਾ ਤੀਵੀਆਂ ਦੇ 100 ਬੋਲ ਬੋਲਦੀਆਂ ਨੇ ਉਹ। ਉਹ ਚੰਗਾ ਚਿਹੜਾ ਕਰਾ ਦੇਂਗਾ ਤੂੰ ਮੈਨੂੰ ਚਿਹੜਾ, ਜਾਣ ਦੇ ਤੂੰ ਬਹਿ ਜਾ, ਮੈਂ ਤਾਂ ਕਿਹਨੇ ਅੰਦਰ ਨਿਚਲਾ। ਉਹ ਰਹਿਣ ਦੇ ਮੈਨੂੰ ਜਾਣ ਦੇ, ਤੈਨੂੰ ਕੀ ਪਤਾ ਹੈ ਜਿਹੜੀ ਮੇਰੀ ਹਵਾ 'ਚ ਹੈ ਉਹ ਤੂੰ ਫਾਨਾ ਨਾ ਬਣ ਕੇ ਖੜਿਆ ਕਰ। ਸੱਚੀ ਗੱਲ ਹੈ, ਹੁਣ ਤਾਂ ਤੂੰ ਨਾ ਜਿਉਣਾ ਮੋੜ ਕਹਾ ਰਿਹਾ, ਜਾ ਵਗ ਜਾ, ਲਾ ਲਾ ਮੱਥਾ। ਜਿਉਣਾ ਮੋੜ ਹੋਰ ਤਰੀਕੇ ਦਾ ਸੀ, ਆਪਾਂ ਤਾਂ 2 ਰੁਪਏ ਇਕੱਠੇ ਕਰਨ ਦੀ ਗੱਲ ਹੈ। ਕਰ ਲੂ ਇਹ ਗਾਂ, ਤੇਰੇ ਵਰਗੇ 20 ਫਿਰਦੇ ਨੇ ਹੈ, ਅੰਨੀ ਨੂੰ ਕਹਿੰਦੇ ਹੁੰਦੇ ਨੇਗੇ, ਅੰਨੀ ਨੂੰ ਜੱਤੀ ਪੁੱਤੀ ਕਿੱਥੇ ਭਾਲ ਦਾ ਵੋਟਾਂ, ਜਾ ਵਗ ਜਾ, ਹਵਾ 'ਚ ਆਇਆ ਫਿਰਦਾ ਹੈਗਾ। ਪਹਿਲਾਂ ਦੀ ਪਹਿਲਾਂ ਸਰਪੰਚੀ ਨੇ ਆ ਖੁੰਜੇ ਲਾ ਤੇ, ਹੁਣ ਇਹਨੂੰ ਆਈ ਨੇ ਸ਼ਰਮ ਆਉਂਦੀ ਚੌਰੇ ਨੂੰ ਵੀ ਮੈਂ ਕੁੜੀ ਦਾ ਵਿਆਹ ਕਰਕੇ ਤੋਰਦਾ, ਪਰ 10 ਰੁਪਏ ਮੈਂ ਉੱਧਰ ਲਾ ਦਾਂ, ਸਰਪੰਚ 'ਚ ਤਾਂ ਪੈਸਾ ਗਾਲ ਦੂਗਾ, ਇਹ ਮਰ ਜਾਣਾ, ਮੇਰੀ ਕਾਹਨੂੰ ਸੁਣਦਾ। ਕੋਈ ਗੱਲ ਨੀ, ਜਦੋਂ ਕੋਈ ਟਾਈਮ ਆਇਆ ਨਾ ਮੈਂ ਤੈਨੂੰ ਫੇਰ ਪੁੱਛੂਗੀ। ਫੇਰ ਬੇਬੇ ਤਾਂ ਐਵੇਂ ਬੋਲੀ ਜਾਂਦੀ ਰਹਿੰਦੀ, ਸਾਰਾ ਦਿਨ ਬਾਪੂ ਨੂੰ ਲੜੀ ਜਾਂਦੀ ਰਹਿੰਦੀ, ਉਹਦਾ ਸਵਾਈ ਏਦਾਂ ਦਾ। ਓਹੋ ਬੇਬੇ ਤਾਂ ਐਵੇਂ ਬੋਲੀ ਜਾਂਦੀ ਰਹਿੰਦੀ ਸਾਰਾ ਦਿਨ। ਮੰਮੀ ਕਿਉਂ ਬੋਲੀ ਜਾਂਦੀ ਰਹਿੰਦੀ ਸਾਰਾ ਦਿਨ ਡੈਡੀ ਨੂੰ? ਨਹੀਂ ਪੁੱਤ, ਤੈਨੂੰ ਪਤਾ ਹੈਗਾ ਪਹਿਲਾਂ ਦੀ ਪਹਿਲਾਂ ਇਹਨੇ ਸਰਪੰਚੀ ਸਰਪੰਚੀ ਤੇ ਘਰ ਖੁੰਗਲ ਕਰਤਾ ਆਪਣਾ। ਉਹ ਤਾਂ ਆਪਾਂ ਨੂੰ ਪਤਾ ਬੇਬੇ, ਬਾਪੂ ਦੀ ਹਿੰਡ ਮਾੜੀ ਆ, ਤੂੰ ਕਿਉਂ ਬੋਲਦੀ ਰਹਿੰਦੀ ਸਾਰਾ ਦਿਨ ਉਹਨੂੰ?
ਕੀ ਕਰਾਂ ਪੁੱਤ, ਮੈਨੂੰ ਤਾਂ ਐਂ ਵੀ ਦੇਖ, ਆਹ ਕੱਲ੍ਹ ਨੂੰ ਜੇ ਤੇਰੇ ਸਹੁਰਿਆਂ ਨੇ ਤੇਰਾ ਵਿਆਹ ਮੰਗ ਲਿਆ, ਦੱਸ ਉਹ ਕਾਹਦੇ ਨਾਲ ਕਰਾਂਗੇ? ਪੈਸਾ ਜਿਹੜਾ ਹੋਊਗਾ ਇਹ ਸਰਪੰਚ 'ਚ ਹਾਰ ਜੂਗਾ, ਦੱਸ ਕਰੀਏ ਕੀ? ਮੈਨੂੰ ਤਾਂ ਧੀਏ ਤੇਰੇ ਵਿਆਹ ਦਾ ਫਿਕਰ ਜ਼ਿਆਦੇ ਹੈਗਾ। ਹਾਂ ਬੇਬੇ, ਤੇਰੀ ਗੱਲ ਮੰਨਦੀ ਹਾਂ ਮੈਂ, ਪਰ ਮੈਨੂੰ ਪਤਾ ਬਾਪੂ ਦਾ ਸਵਾਈ ਇੱਦਾਂ ਦਾ ਤਾਂ ਮੈਂ ਡਰ ਦੀ ਵਿੱਚ ਬੋਲਦੀ, ਨਾਲੇ ਵੋਟਾਂ ਦੇ ਵਿੱਚ ਤਾਂ ਧੀਏ ਇਹ ਨਹੀਂ ਪਤਾ ਕੀ ਹੋ ਜੇ। ਹਾਂ ਬੇਬੀ, ਐਵੇਂ ਵਾਧੂ 2 ਰੁਪਏ ਲੱਗਣ ਨੂੰ ਥਾਂ ਹੁੰਦਾ, ਵੋਟਾਂ ਤਾਂ ਸਾਈਡ 'ਤੇ ਰਹਿ ਗਈਆਂ, ਜੇ ਕੋਈ ਗੱਲਬਾਤ ਹੋ ਗਈ ਨਾ ਸੱਟ ਫੇਟ ਵੱਜੀ ਕਿਸੇ, ਤੈਨੂੰ ਪਤਾ ਲੜਾਈਆਂ ਝਗੜੇ ਵੀ ਪੁੱਤ ਵੋਟਾਂ ਦੇ ਵਿੱਚ ਹੁੰਦੇ ਨੇ। ਮੈਂ ਤਾਂ ਇਸ ਗੱਲੋਂ ਡਰਦੀ ਹਾਂ, ਇਹ ਹਵਾ ਖੋਰਾ ਜ਼ਿਆਦੇ ਆ, ਇਹਨੇ ਮਿਟਣਾ ਨਹੀਂ ਜੇ ਮੜਦਾ ਕਿਸੇ ਨੇ ਕੁਛ ਕਹਿਤਾ, ਆਪਣਾ ਘਰ ਲਵਾ ਦੂਗਾ ਇਹ ਕੰਜਰ, ਮੰਨਦਾ ਤਾਂ ਕਿਸੇ ਦੀ ਹੈ ਨਹੀਂ। ਗੰਡੀ ਮਾੜੀ ਆ, ਪਲੱਸ ਕੀ ਕਰੀਏ, ਇੱਕ ਵਾਰੀ ਮੈਂ ਤਾਂ ਕਹਿੰਦੀ ਲੈ ਜਾਂਦੇ ਪੰਗਿਆਂ ਨੂੰ, ਮੇਰੇ ਟੇਕੇ ਬਹਿ ਜੂਗੇ ਬੇਬੇ, ਤੂੰ ਨਾ ਬੋਲਿਆ ਕਰ, ਬਸ ਚੁੱਪ ਰਿਹਾ ਕਰ। ਉਹ ਪੁੱਤ ਮੈਂ ਕੀ ਕਰਾਂ, ਮੈਂ ਤਾਂ ਤੇਰੀ ਮਾਰੀ ਹੋਲਾ ਥੱਪਦੀ ਹਾਂ, ਮੈਨੂੰ ਤਾਂ ਤੇਰੇ ਤੇ ਮੱਚਦਾ, ਮੇਰੀ ਧੀ ਕਿਰਾਂ ਬਾਹਰ ਉੱਠ ਖੜੇ, ਫਿਰ ਜੋ ਮਰਜ਼ੀ ਕਰੇ, ਮੈਂ ਨਹੀਂ ਇਹਦੀ ਗੱਲ ਦੇ ਵਿੱਚ ਆਉਂਦੀ, ਬਸ ਤੇਰਾ ਨਹੀਂ ਬਾਪੂ ਆਪਣਾ ਪੁੱਤ ਤੇ ਆਪਾਂ ਨੂੰ, ਚੁੱਪ ਰਿਹਾ ਕਰ ਬਸ, ਨੂੰ ਜਿਹੜਾ ਕਰਦਾ ਕਰੀ ਜਾਂਦੇ ਉਹਨੂੰ। ਪੁੱਤ ਕਿੱਥੋਂ ਮੰਨਦਾ ਮੇਰੀ, ਚੱਲ ਕੋਈ ਨਾ ਧੀਏ, ਤੂੰ ਕੱਪੜੇ ਜਿੱਤਵਾ ਮੇਰੇ ਨਾਲ, ਆ ਜਾ ਭਾਵਾਂ ਮੱਧੀਆਂ ਕੱਪੜੇ ਧੋਈਏ, ਆ ਜਾ ਕੱਲੀ ਤੋਂ ਪੁੱਤ, ਮੈਥੋਂ ਕੱਪੜੇ ਵੀ ਨਹੀਂ ਧੋਤੇ ਜਾਂਦੇ, ਲੈ ਢੇਰ ਲੱਗਿਆ ਪੈ ਜਾ ਖਾਣੇ ਕੱਪੜਿਆਂ ਦਾ, ਧੋ ਲੈਂਦੀ ਹਾਂ। ਆ ਜਾ ਮਸ਼ੀਨ, ਪਹਿਲਾਂ ਮਸ਼ੀਨ ਦੇਖੀਏ, ਜੇ ਲੈਟ ਲੂਟ ਹੋਊਗੀ ਤਾਂ ਹੀ ਹੈ ਨਾ। ਪੈ ਗਈ ਬੇਬੇ ਲੇਟ ਤਾਂ, ਪਤਾ ਕਹਿੰਦੀ ਸੀ ਰੀਤ ਦੀ ਬੇਬੇ ਵੱਗ ਗਈ ਕਿ ਨਹੀਂ? ਹੋਰ ਰੀਤ ਦੀ ਬੇਬੇ ਵੱਗ ਗਈ, ਰੀਤ ਦੀ ਬੇਬੇ ਨੇ ਹੁਣ ਇੱਥੇ ਕੀ ਕਰਨਾ ਗਾ, ਜਿਹੜਾ ਕੰਮ ਸੀ ਉਹ ਤਾਂ ਨਿਬੜ ਗਿਆ, ਚੱਲ ਵਿਆਹ ਤਾਂ ਹੀ ਸੀਗਾ, ਵਿਆਹ ਤਾਂ ਉਹਨਾਂ ਦਾ ਫਰਜ਼ ਲੈ ਗਿਆ। ਹਾਂ ਚੱਲ ਵਧੀਆ ਹੋ ਗਿਆ, ਚੱਲ ਉਹ ਹੁਣ ਆਦੇ ਘਰੇ ਜਾਂਦੀ ਹੋਊਗੀ। ਹਾਂ ਹੁਣ ਤੈਨੂੰ ਪਤਾ ਤਾਂ ਹੈਗਾ, ਦੋਤਾ ਦਾ ਉਹਦਾ ਉੱਥੇ ਛੱਡਿਆ ਹੋਇਆ ਸੀਗਾ। ਅੱਛਾ ਬੇਬੇ ਨਾਲ ਲੈਗੀ? ਹਾਂ ਹਾਂ ਚੱਲ। ਹੋਰ ਜੀ ਸਰਪੰਚ ਸਾਹਿਬ? ਠੀਕ ਹੈ ਜੀ, ਠੀਕ ਹੈ ਵਧੀਆ। ਆ ਜਾ ਬਹਿ ਜਾ ਮੈਂਬਰਾ, ਕਿਵੇਂ ਆ? ਠੀਕ ਹੈ ਜੀ। ਕਿਆ ਤੁਸੀਂ ਚਾਹ ਬਣਾ ਲਓ ਘੁੱਟਾ, ਹੋਰ ਦੱਸ। ਇੱਕ ਤਾਂ ਯਾਰ ਪੈਨਸ਼ਨਾਂ ਪੁਲਸਾਂ ਦੇ ਹੁਣ ਕੰਮ ਚੱਲੀ ਜਾਂਦੇ ਆ, ਇਹ ਕਰਾਉਣੇ ਆ। ਇੱਕ ਪਿੰਡ 'ਚ ਕੰਮ ਚੱਲੀ ਜਾਂਦਾ, ਉੱਥੇ ਗੇੜਾ ਫੇੜਾ ਮਾਰਿਆ ਕਰੋ, ਕੋਈ ਚੱਕਰ ਨਹੀਂ ਜਾਇਆ ਕਰਾਂਗੇ। ਅਤੇ ਹੋਰ ਇਹਨਾਂ 'ਤੇ ਕੀ ਕਰਨਾ ਗਾ? ਇਹਨਾਂ ਦੇ ਸਾਈਨ ਜੇ ਕਰਕੇ ਭੇਜਣੇ ਆ ਇਹ ਫਾਰਮ। ਮਤਲਬ ਸਾਰੇ ਪਿੰਡ 'ਚ ਗੇੜਾ ਦੇ ਆਇਆ। ਅਤੇ ਹੋਰ ਹੁਣ ਫਿਰ ਤੈਨੂੰ ਪਤਾ ਵੋਟਾਂ ਆਈ ਜਾਂਦੀਆਂ ਮੂਹਰੇ, ਯਾਰ ਇਹ ਤਾਂ ਕਰ ਦਿੰਦੇ ਕੰਮ, ਕੋਈ ਗੱਲ ਨਹੀਂ, ਜਿਹਦੇ ਕਰਨਾ ਤਾਂ ਹੋ ਜੂਗਾ। ਅਤੇ ਤੂੰ ਹੋਰ ਦੱਸ, ਹੁਣ ਹਜੇ ਲਿਜਾਣੇ ਤਾਂ ਨਹੀਂ ਤੂੰ ਹਜੇ? ਲੈ ਕੇ ਤਾਂ ਜਾਣੇ ਆ, ਸਾਈਨ ਕਰਨੇ ਆ, ਕੰਮ ਇਕੱਠਾ ਜਾਣਾ ਹੁੰਦਾ ਸਾਰਾ ਦਿਨ ਲਿਆਉਣਾ ਵਾ। ਹੋਰ ਸੁਣਾ ਗੱਲਬਾਤ, ਪਿੰਡ ਤਾਂ ਕਿਵੇਂ ਚੱਲੀ ਨੇ? ਵਧੀਆ, ਉਹ ਚਿੰਤੀ ਗਲੀ 'ਚ ਪਰਲੀ? ਹਾਂ ਉਹ ਚਿੰਤੀ। ਚਲੋ ਸਾਰਾ ਤਾਂ ਵਧੀਆ ਕਰਿਆ ਤੁਸੀਂ, ਗੇੜਾ ਫੇੜਾ ਮਾਰਿਆ ਕਰੋ ਤੁਸੀਂ ਵੀ। ਉਹ ਮਾਰਾ ਤੁਹਾਨੂੰ ਦੱਸਿਆ ਤਾਂ ਸੀ ਗੱਲ ਉਹਦੇ, ਮੈਂ ਹਾਂ ਮੇਰਾ ਉਹਦੇ ਨਾਲ ਚੰਨੀ ਨਾਲ ਹਰ ਚੱਕਰ, ਚੰਨੀ ਨਹੀਂ ਲੋਟ ਆਉਂਦਾ ਗੱਲਾਂ, ਸਾਰਿਆਂ ਨੂੰ ਉਲਝਾ 'ਚ ਪਾਈ ਫਿਰਦਾ ਮੈਂ ਉਹਦਾ ਕਰਕੇ ਉਲਝਿਆ ਪਿਆ। ਹੋਰ ਕੋਈ ਗੱਲ ਨਹੀਂ, ਮੈਂ ਤੇਰੇ ਕਰਕੇ ਤਾਂ ਹੀ ਤੈਨੂੰ ਕਿਹਾ ਸੀ ਭਾਈ, ਜਿੰਨੇ ਦਿਨ ਮੇਰਾ ਟਾਈਮ ਲੱਗਦਾ ਉੱਥੇ ਆਪਦੀ ਡਿਊਟੀ ਪਗਤਾਈ, ਤਾਂ ਹੀ ਤੇਰੀ ਡਿਊਟੀ ਲਾਈ ਪਈ ਆ, ਹੋਰ ਕੋਈ ਗੱਲ ਨਹੀਂ। ਮੈਂ ਤਾਂ ਡਿਊਟੀ ਪਗਾਈ ਆ ਨਾ। ਬਸ ਤੂੰ ਆਪਦੀ ਪਗਤਾਈ ਗੱਲ, ਹੋਰ ਕੋਈ ਚੱਕਰ ਵਾਲੀ ਗੱਲ ਨਹੀਂ, ਮੈਂ ਤਾਂ ਉੱਥੇ ਹੀ ਰਹਿਣਾ। ਬਸ ਉੱਥੇ ਆਇਆ ਨਾ, ਤੈਨੂੰ ਪਤਾ ਅੱਜ ਕੱਲ੍ਹ ਅਗਲਾ ਕਹਿੰਦਾ ਇੱਥੇ ਕਿਹੜਾ ਸਰਪੰਚ ਗੇੜਾ ਮਾਰਦਾ, ਜਿਵੇਂ ਤੈਨੂੰ ਪਤਾ ਅੱਧਾ ਕੰਮ ਹੁੰਦਾ ਮੁੜ ਕੇ। ਹੋਰ ਜੇ ਠੇਕੇ 'ਤੇ ਕਰਿਆ ਫਿਰ ਗੱਲ ਕੁਛ ਹੋਰ ਆ, ਆਪਾਂ ਤੈਨੂੰ ਪਤਾ ਹੁਣ ਦਿਹਾੜੀ 'ਤੇ ਕੰਮ ਕਰਾਉਣੇ ਸਾਰਾ, ਇਹ ਤਾਂ ਪਹਿਲਾਂ। ਹਾਂ ਅਤੇ ਗਾਹਾਂ ਨੂੰ ਆਪਾਂ ਲੋੜ ਹੀ ਨਾ, ਆਪਾਂ ਠੇਕੇ ਹੀ ਕਰ ਲਿਆ ਕਰਾਂਗੇ, ਲੋੜ ਹੀ ਨਹੀਂ ਚੱਕਣਾ, ਇਹ ਠੇਕੇ ਦਾ ਕੰਮ ਨਿਬੜ ਜਾਂਦਾ ਗਾ ਕਦੇ ਸਾਰਾ। ਠੇਕੇ 'ਤੇ ਵੀ ਬਰੇਤੀ ਸੀਮੈਂਟ ਖਾ ਜਾਂਦੇ ਆ, ਉਹ ਕੁਛ ਨਹੀਂ ਹੁੰਦਾ, ਚੱਲਦੇ ਰਹਿੰਦਾ ਇਹਨਾਂ ਦਾ ਤਾਂ। ਹੋਰ ਦੱਸ, ਚਾਹ ਪਾਣੀ ਦੱਸ, ਚਾਹ ਪੀਣ ਦਾ? ਕਿਰਪਾ ਤੁਹਾਡੀ। ਅੱਛਾ ਇੱਕ ਮੈਂ ਤੁਹਾਨੂੰ ਐਂ ਕਹਿੰਦਾ ਸੀ ਵੀ ਜਿਹੜਾ ਉਹ ਆਪਾਂ ਉੱਥੇ ਨਾਲੇ ਵੀ ਆਪਾਂ ਇੱਧਰ ਪਿੰਡ ਵਾਲਾ ਪਾਣੀ ਕੱਢਣਾ ਗਾ, ਪੈਪ ਆਉਣੇ ਹੈਗੇ, ਉਹਦੇ ਪਾਸੇ ਪੁੱਤਾਂ ਜੀ, ਮੈਂ ਹਾਂ ਮਸ਼ੀਨ ਜੀ ਦਾ ਪਤਾ ਕਰ ਲਈ, ਕਿਸੇ ਨੂੰ ਪੱਟ ਕੇ ਉਹ ਵੀ ਪਾਈ ਦੇਵਾਂਗੇ, ਉਹ ਕਰ ਲਾਂਗੇ। ਹਾਂ ਜੇਸੀਬੀ ਦਾ? ਹਾਂ ਉਹ ਪੱਟ ਕੇ ਕਦੇ ਨਵੇੜੀ ਦੇ, ਜਿਹੜਾ ਕੰਮ ਹੋ ਜਾਣਾ ਉਹਦੇ ਨਾਲ ਦੇ ਰੀਸ ਨਹੀਂ। ਨਾ ਨਾ ਉਹ ਕਰ ਲਾਂਗੇ, ਉਹ ਤਾਂ ਪਾਣੀ ਬੜਾ ਖਰਾਬ ਆ ਮੰਦਰ ਕੋਲ, ਮੰਦਰ ਦਾ ਪਾਣੀ ਬਿਲਕੁਲ ਨਹੀਂ ਲੰਘਦਾ। ਹੋਰ ਉਹ ਤਾਂ ਲੰਘਾਉਣ ਵਾਲਾ ਆਪਾਂ ਕਰਨ ਵਾਲਾ ਕੰਮ ਆਪਣਾ, ਅਤੇ ਹੋਰ ਬੜਾ ਬੁਰਾ ਹਾਲ ਆ ਉੱਥੇ ਜਗਾਉਣ ਦਾ, ਸਾਰੇ ਪਿੰਡ ਲੋਕ ਗਾਲਾਂ ਕੱਢਦੇ ਆ। ਸਹੀ ਗੱਲ ਆ। ਹਾਂ ਤਾਂ ਤੈਨੂੰ ਮੈਂ ਕਹਿੰਦਾ ਸੀਗਾ ਇਹ ਤਾਂ ਕੰਮ ਹੋ ਜੇ ਤਾਂ ਗਾਹਾਂ ਨੂੰ ਵੀ ਅਗਲੇ ਸੋਚਣਗੇ। ਚੱਲ ਸੋਚਣ ਨਾ ਸੋਚਣ, ਉਹ ਤਾਂ ਅਗਲੇ ਦੀ ਮਰਜ਼ੀ ਰਹਿੰਦੀ ਪਿੰਡਾਂ ਦੀ, ਆਪਣਾ ਕੀ ਕੰਮ ਆ। ਜੇ ਚੰਗਾ ਕੰਮ ਹੋਊਗਾ ਪਿੰਡ 'ਚ ਫੇਰ ਹੀ ਅਗਲੇ ਕਹਿਣਗੇ ਨਾ ਵੀ ਹਾਂ
ਫਲਾਣੇ ਬੰਦੇ ਨੇ ਚੰਗਾ ਕੰਮ ਕੀਤਾ, ਫਲਾਣੇ ਸਰਪੰਚ ਨੇ ਇਸ ਟਾਈਮ ਚੰਗਾ ਕੰਮ ਕੀਤਾ ਸੀ। ਸੋਭਾ ਹੁੰਦੀ ਹੈ ਵਿੱਚੇ ਮੈਂਬਰਾਂ ਦੀ, ਵਿੱਚੇ ਸਰਪੰਚਾਂ ਦੀ। ਬਾਲੇ ਤਾਂ ਹੁਣ ਸੋਭਾ ਦੇ ਬਾਰੇ ਕੰਮ ਕਰਦੇ ਆ, ਮੈਂ ਤੁਹਾਨੂੰ ਪਤਾ ਆਪਾਂ ਸੋਭਾ ਦੇ ਬਾਰੇ ਕੰਮ ਕਰਦੇ, ਆਪਾਂ ਤਾਂ ਇਹ ਗੱਲ ਕਰਦੇ ਆ ਆਪਾਂ ਨੂੰ ਲੋਕਾਂ ਨੇ ਪਿੰਡ ਨੇ ਸਰਪੰਚ ਬਣਾਇਆ ਆਪਣਾ ਹੱਕ ਬਣਦਾ, ਪਿੰਡ ਦਾ ਕੰਮ ਵੀ ਹੋਣਾ ਚਾਹੀਦਾ, ਕੰਮ ਹੋਣਾ ਚਾਹੀਦਾ ਬਸ, ਆਪਾਂ ਦਾ ਕੰਮ ਮੈਨੂੰ ਧਿਆਨ ਦੇਣਾ। ਉਹੀ ਚੱਕਰ ਹੈ ਨਾ, ਜੇ ਕੰਮ ਕਰਾਂਗੇ ਤਾਂ ਫੇਰ ਹੀ ਹੈ ਨਾ। ਕੰਮ ਤਾਂ ਤੁਹਾਨੂੰ ਕਹੇ ਆਪਾਂ ਕਰ ਜਾਂਦੇ ਆ ਕਿ ਜਿੰਨਾ ਹੁਣ ਆਪਾਂ ਕੰਮ ਕਰ ਜਾਂਗੇ ਹੋਰ ਬੰਦਾ ਤਾਂ ਕੋਈ ਕਰ ਨਹੀਂ ਸਕਦਾ। ਪੈਲਸ ਨੂੰ ਤਾਂ ਦੱਸਿਆ ਗਾ ਭਾਈ ਜਿਹਦੀ ਵੀ ਪੈਲਸ ਆਉਂਦੀ, ਇੱਕ ਤਾਂ ਬੰਦਾ ਕਹਿੰਦਾ ਸਾਡੇ ਕੋਲ ਟਾਈਮ ਨਹੀਂ, ਵੀ ਕਿਸੇ ਪੈਲਸ ਨੇ ਬੁੜੀ ਤਾਂ ਕਾਗਜ਼ ਨਹੀਂ ਰਹਿਣਾ ਚਾਹੀਦਾ, ਇਹ ਚੱਕ ਨਹੀਂ, ਉਹ ਚੱਕ ਕੇ ਆਪਾਂ ਰੱਦੀ 'ਚ ਮਾਰ ਕੇ ਲਿਆ ਭਾਈ ਤੌਰ 'ਤੇ, ਭਾਵੇਂ ਦੋ ਘੱਟ ਫੜ ਲਓ, ਜਿਹਦਾ ਫੜ ਲਿਆ ਭਾਵੇਂ ਦੋ ਆ, ਭਾਵੇਂ ਚਾਰ ਅਗਲਾ ਜਾ ਕੇ ਬਠਿੰਡੇ ਉੱਥੇ ਕਰਾ ਕੇ ਕੰਮ ਆਇਆ ਕਰ ਬਸ। ਠੀਕ ਹੈ, ਹਾਂ ਪਟਵਾਰੀ ਨੂੰ ਮੇਰਾ ਕਿਹਾ ਵਾ ਤੈਨੂੰ ਕੋਈ ਨਹੀਂ ਮੋੜਦਾ, ਜੇ ਮਾੜੀ ਮੋਟੀ ਜ਼ਮੀਨ ਉੱਧਰ ਉੱਧਰ ਹੁੰਦੀ ਉਹ ਵੀ ਚੱਲ ਜੂਗੀ, ਕੁਛ ਨਹੀਂ ਹੁੰਦਾ, ਵੀ ਆਪਾਂ ਤਾਂ ਕੰਮ ਕਰਾ ਕੇ ਦੇਣੇ ਅਗਲੇ, ਹਾਂ ਹਾਂ ਬਸ ਇਹ ਚੱਕਰ ਹੁੰਦਾ, ਹੋਰ ਕੋਈ ਕਹਾਣੀ ਨਹੀਂ। ਚੱਲ ਠੀਕ ਹੈ, ਮੈਂ ਵੀ ਤੈਨੂੰ ਐਂ ਕਹਿੰਦਾ ਸੀਗਾ ਕੱਲ੍ਹ ਨੂੰ ਚੱਲ ਹੋਟਲ ਕੇ ਪਰਸੋਂ ਨੂੰ ਚੰਡੀਗੜ੍ਹ ਚੱਲ ਕੇ ਆਉਣਾ, ਚੱਲ ਨਾਲੇ ਤੂੰ ਅਤੇ ਨਾਲੇ ਦੂਜੇ ਮੈਂਬਰ ਨੂੰ ਕਹਿ ਦੇ ਆਪਾਂ ਨਾਲ ਲੈ ਚੱਲਾਂਗੇ। ਠੀਕ ਹੈ ਠੀਕ ਹੈ, ਹਾਂ ਐਂ ਕੰਮ ਪੰਚਾਇਤ ਸਾਰੀ ਜਾਓ, ਹਾਂ ਸਾਰੇ ਜਾਵਾਂਗੇ। ਠੀਕ ਹੈ, ਮਤਾ ਜਿਹਾ ਪਾਇਆ ਉੱਥੇ ਫਿਰ ਆਪਣਾ ਹੱਕ ਮੰਨਦਾ ਸਾਰਿਆਂ ਨੂੰ ਜਾਣਦਾ, ਫਿਰ ਨਹੀਂ ਅਗਲਾ ਕਹਿੰਦਾ ਆਪ ਮੂਹਰੇ ਤੁਰੇ ਫਿਰਦੇ ਆ ਕਿ ਸਾਨੂੰ ਪੁੱਛਦੇ ਨੇ, ਆਪਣਾ ਹੱਕ ਮੰਨਦਾ ਸਾਰਿਆਂ ਨੂੰ ਨਾਲ ਜਾਣਦਾ, ਸਾਰਿਆਂ ਨੂੰ ਹੱਕ ਹੈ ਹੈਂ, ਤਾਂ ਕਰਕੇ ਵੀ ਸਾਰਿਆਂ ਨੂੰ ਕਹਿ ਦੇ ਜਾਣਾ ਨਾ ਜਾਣਾ ਕਦੀ ਮਰਜ਼ੀ ਦੇ, ਹਾਂ ਹਾਂ ਵੀ ਸਰਪੰਚ ਨੇ ਭੇਜਿਆ ਭਾਈ ਸਾਰੇ ਮੈਂਬਰੋਂ ਇੱਕੇ ਲੱਗੇ ਨੇ, ਉਹ ਤਾਂ ਠੀਕ ਹੈ। ਠੀਕ ਹੈ, ਚੱਲ ਠੀਕ ਹੈ ਬਸ, ਚੱਲ ਫਿਰ ਠੀਕ ਹੈ, ਤੂੰ ਆਪਾਂ ਮਿਲਦਾ, ਮੈਂ ਅੱਜ ਆਉਣਾ ਉੱਥੇ। ਚੱਲ ਚੰਗਾ ਸਰਪੰਚ ਆ ਫਿਰ, ਚੱਲਦਾ ਮੈਂ। ਚਾਹ ਤਾਂ ਪੀ ਜਾਂਦਾ ਘੁੱਟ? ਨਾ ਨਾ ਬਸ, ਹੁਣ ਚਾਹਾਂ ਬਹੁਤ ਪੀਂਦੇ ਆ, ਮੈਨੂੰ ਅਸੀਂ ਘੁੱਟ ਪੀ ਜਾਂਦਾ, ਫਿਰ ਕਹਿੰਦਾ ਮੈਂ ਸਰਪੰਚ ਖਾਣੀ ਸਾਨੂੰ ਤਾਂ ਨਹੀਂ ਪਿਆਉਂਦਾ ਘਰੇ ਗਿਆ ਨੂੰ। ਚਲੋ ਇਹਦੀ ਵੀ ਗੱਲ ਸਹੀ ਆ, ਮਾੜਾ ਮੋਟਾ ਨਾ ਉੱਥੇ ਵੀ ਜਾ ਕੇ ਆਇਆ ਕਰਜੇ, ਹੱਕ ਆਪਣਾ ਵੀ ਬਣਦਾ ਗਾ। ਘੰਟੀ ਮਾਰਦੀ ਕਿ ਬਾਹਰ ਖੁੱਲ੍ਹਾ ਹੈ? ਚੰਨੀ ਪ੍ਰਧਾਨ ਜੀ। ਹਾਂਜੀ ਬਾਈ ਜੀ, ਲੰਘੇ ਹੋ? ਲੰਘੇ ਜੀ, ਪ੍ਰਧਾਨ ਜੀ ਹੈਗੇ ਨੇ? ਹਾਂਜੀ ਹੈਗੇ ਨੇ, ਉੱਪਰ ਹੀ ਗੱਲ ਕਰੀ ਜਾਂਦੇ ਨੇ ਫੋਨ ਤੇ, ਉੱਪਰ ਲੰਘ ਜਾਓ। ਅੱਛਾ ਹੋ ਠੀਕ ਹੋ ਜੀ? ਹਾਂਜੀ ਹਾਂਜੀ ਠੀਕ ਹੈ, ਠੀਕ ਹੈ ਜੀ। ਚੰਨੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਹੋਰ ਬਿਕਰਾ ਕਿਵੇਂ ਆ? ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਹੋ ਜੀ? ਵਧੀਆ। ਅੱਛਾ ਹੁਣ ਮੈਂ ਤਾਂ ਇਸ ਤਰ੍ਹਾਂ ਆਇਆ ਸੀ ਤੁਹਾਡੇ ਕੋਲੇ, ਮੈਂ ਕਿਹਾ ਹੁਣ ਮੈਨੂੰ ਘਰੋਂ ਵੀ ਤਾਨੇ ਮਿਹਣੇ ਮਿਲਣ ਲੱਗ ਗਏ, ਕਹਿੰਦੀ ਇਹ ਘਰ ਵਾਲੀ ਜ਼ਿਆਦਾ ਲੜਦੀ ਹੈ ਮੇਰੇ ਨਾਲ, ਕਹਿੰਦੀ ਕੁਛ ਕਰੇਗਾ ਵੀ ਕਿ ਐਂ ਹਵਾ 'ਚ ਤੁਰਿਆ ਫਿਰੇਗਾ, ਕਿਤੇ ਉਹੀ ਗੱਲ ਆ ਉਹਦੇ ਵਾਲੀ ਗੱਲ ਸੱਚੀ ਨਾ ਹੋ ਜਾਵੇ, ਕਿਤੇ ਮੈਂ ਫੋਕੀ ਹਵਾ 'ਚ ਹੀ ਰਹਿ ਜਾਂ, ਮੈਨੂੰ ਵੀ ਮਾੜਾ ਮੋਟਾ ਕਿਸੇ ਤਣ ਪੱਤਣ ਲਾ ਦਿਓ। ਬਿਕਰਾ ਤੈਨੂੰ ਕਹਿ ਦਿੱਤਾ ਨਾ ਵੀ ਤੇਰੀ ਸਰਪੰਚੀ ਪੱਕੀ ਆ, ਅੱਛਾ ਅੱਗੇ ਤੇਰੀ ਕਿਸਮਤ ਆ। ਉਹ ਤਾਂ ਹੈ, ਕਿਸਮਤ ਤਾਂ ਤੁਹਾਡੇ ਨਾਲ ਹੀ ਹੈ, ਜੇ ਤੁਸੀਂ ਬਣਾਓਗੇ ਤਾਂ ਬਣ ਜੂਗੀ। ਫਿਰ ਮਾੜੇ ਉੱਠੇ 4 ਰੁਪਈਆ ਆਪਦੇ ਕੋਲ ਵੀ ਲਾਉਣੇ ਪੈਣਗੇ। ਅੱਛਾ, ਕਹਿੰਦਾ ਵੋਟਾਂ ਦਾ ਕੰਮ ਪੈਸਾ ਹੀ ਹੁੰਦਾ। ਇਹ ਤਾਂ ਗੱਲ ਸਹਿਣੀ ਹੈ, ਪਰ ਮੈਂ ਤਾਂ ਐਂ ਸੀ ਵੀ ਤੁਹਾਡੇ ਆਸਰੀ ਭੱਜਿਆ ਫਿਰਦਾ ਸੀ, ਐਂ ਤਾਂ ਹੁਣ ਖਰਚਾਂਗੇ ਉਹ ਤਾਂ ਮੇਰਾ ਵੀ ਕੰਮ ਹੱਕ ਬਣਦਾ ਖਰਾ। ਉਹ ਤਾਂ ਟਿਕਟ ਦਵਾ ਦਾਂਗੇ ਤੈਨੂੰ ਬਸ। ਠੀਕ ਹੈ, ਪਾਰਟੀ ਨੂੰ ਟਿਕਟ ਦਵਾਵਾਂ, ਕੁਛ ਖਰਚਾ ਪਾਰਟੀ ਕਰ ਲੂ, ਕੁਛ ਆਪਦ ਕਰ ਲਈ। ਠੀਕ ਹੈ ਠੀਕ ਹੈ, ਬਸ ਇਹਦਾ ਮਾਰੀ ਆਇਆ ਸੀ, ਮੈਂ ਅੱਜ ਤਾਂ ਮੈਂ ਬਹੁਤ ਹੀ ਮੱਥ ਕੇ ਆਇਆ ਸੀ ਵੀ ਮੇਰਾ ਇੱਕ ਅੱਧਾ ਕੰਮ ਤਾਂ ਬਣੇ, ਮੈਂ ਲੋਕਾਂ ਨੂੰ ਕਹਿਣ ਜੋਗਰਾ ਤਾਂ ਹੋ ਜਾ ਵੀ ਮੈਨੂੰ ਟਿਕਟ ਮਿਲੂਗੀ। ਉਹ ਬਿਕਰਾ ਡਰੀ ਨਾ, ਆਪਾਂ ਹੁੰਦੇ ਕਿ ਮੰਤਰੀ ਨੇ ਕਿਹਾ, ਉਹ ਮੈਨੂੰ ਕਹਿੰਦਾ ਤੂੰ ਲੈ ਲਾ, ਮੈਂ ਨਹੀਂ, ਮੈਨੂੰ ਤਾਂ MLA ਦੀ ਟਿਕਟ ਚਾਹੀਦੀ ਆ, ਸਰਪੰਚੀ ਦਾ ਬਿਕਰ ਹੈਗਾ। ਠੀਕ ਹੈ, ਉਹ ਕੋਈ ਗੱਲ ਨਹੀਂ, ਬੰਦਾ ਵਧੀਆ, ਮੈਂ ਭਰੋਸੇਯੋਗ ਆ ਬੰਦਾ, ਹਾਂ ਉਹ ਪੰਪ ਤਾਂ ਮਾਰਨੇ ਚਾਰ ਚਾਹੀ ਹੈ, ਹਾਂ ਐਂ ਹੁੰਦਾ, ਤੇ ਬਾਕੀ ਸਿਰੇ ਆਪਾਂ ਕੰਮ ਵੀ ਕਰਾਂਗੇ, ਕੋਸ਼ਿਸ਼ ਕਰਾਂਗੇ ਵੀ ਚੰਗੇ ਕੰਮ ਕਰੀਏ, ਜਿੰਨੇ ਕੁ ਹੋ ਸਕੇ ਉਨੇ ਕੁ ਤਾਂ ਵਧੀਆ ਹੀ ਕਰਾਂਗੇ। ਉਹ ਚੰਗੇ, ਉਹ ਕੋਈ ਨਹੀਂ ਕਹਿੰਦਾ, ਉਹ ਚਾਰ ਤੋਂ ਚੰਗੇ ਕਰਤੇ ਨਾ, ਜੇ ਇੱਕ ਮਾੜਾ ਕਰਤਾ ਨਾ, ਹਾਂ ਤੈਨੂੰ ਮਾੜਾ ਹੀ ਕਹਿਣ ਲੱਗ ਜਾਣਗੇ ਲੋਕਾਂ ਦੀ, ਇਹ ਆ ਓਏ ਤਾਂ ਚਲੋ ਲੋਕਾਂ ਦਾ ਹੁੰਦਾ ਹੀ ਹੈ, ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ, ਬਸ ਫਿਰ ਉਹੀ ਗੱਲ ਕਿ ਭੈਣ ਮਰਾ ਵੀ ਜੀਤਾ ਆਪਣਾ ਕੰਮ ਕੀਤਾ, ਤੂੰ ਆਪਣੀ ਗੱਲ ਕਰ ਦੋਨਾਂ ਦੀ ਵੀ ਮੈਨੂੰ ਬਚਾ ਕੇ ਰੱਖੀ, ਕਿਤੇ ਮੈਂ ਘਰਦਿਆਂ ਨਾ ਘਰਦਾ ਰਹਾ, ਨਾ ਧੋਬੀ ਉਹ ਜਿਵੇਂ ਕਹਿੰਦੇ ਹੁੰਦੇ ਨੇ ਧੋਬੀ ਦਾ ਕੁੱਤਾ, ਨਾ ਘਾਟ ਦਾ, ਨਾ ਉਹਦੇ ਧੋਬੀ ਦਾ,
ਮੈਂ ਵਿਚਾਲੇ ਲੱਗ ਗਿਆ। ਤੂੰ ਮੇਰੀ ਗੱਲ ਸੁਣ ਲੈ, ਇੱਕ ਗੱਲ ਯਾਦ ਰੱਖੀ, ਇਹ ਰਾਜਨੀਤੀ ਆ, ਕਿਤੇ ਯਕੀਨ ਨਾ ਕਰੀ। ਅੱਛਾ ਹਾਂ, ਜੇ ਤੂੰ ਆਹ ਇੱਕ ਹੁਣ ਰੱਖ ਲਿਆ ਯਾਦ ਰੱਖੇਗਾ। ਤੇ ਇੱਕ ਗੱਲ ਹੋਰ, ਨਾ ਸਲਾਹ ਲਈਏ ਹਾਰੇ ਹੋਏ ਤੋਂ, ਤਜਰਬਾ ਲਈਏ ਜਿੱਤੇ ਹੋਏ ਤੋਂ, ਠੀਕ ਹੈ, ਦਿਮਾਗ ਆਪਦਾ ਲਾਈਏ, ਠੀਕ ਹੈ, ਬੰਦਾ ਕਦੇ ਨੀ ਮਾਰ ਖਾਂਦਾ। ਸਿਆਣੀ ਗੱਲ ਹੈ, ਇਹ ਗੱਲ ਧਿਆਨ ਨਾਲ ਰੱਖੀ ਮਾੜੀ ਜੀ। ਨਹੀਂ ਸਮਝ ਗਿਆ ਮੈਂ ਤੇਰੀ ਗੱਲ, ਉਹਦਾ ਕਹਿਣਾ ਸਮਝਣ ਵਾਲੇ ਨੂੰ ਤਾਂ ਹੁਸ਼ਿਆਰ ਹੀ ਬਹੁਤ ਹੁੰਦਾ। ਹਾਂ ਠੀਕ ਹੈ ਜੀ, ਤੇ ਤੇਰਾ ਕੰਮ ਬਣ ਜੂਗਾ, ਠੀਕ ਹੈ। ਪਰ ਇੱਕ ਕੰਮ ਤੈਨੂੰ ਮੈਂ ਕਹਿਣਾ ਸੀ, ਪਰ ਤੂੰ ਹੋਣਾ ਨੀ, ਹੁਣ ਮੈਂ ਇੱਕ ਸਕੀਮ ਹੋਰ ਲਾਤੀ। ਦੱਸ, ਕੰਮ ਪਿੱਛੇ ਫਿਰਦੇ ਆਪਾਂ, ਹੋਰ ਕਾਹਦੇ ਪਿੱਛੇ? ਤੂੰ ਤੇਰਾ ਕੰਮ ਨੀ ਕਰੂ, ਮੈਂ ਹੋਰ ਕਿਹਦਾ ਕਰੂ? ਉਹ ਨਹੀਂ, ਉਹ ਵੀ ਕੰਮ ਦੱਸੂਗਾ, ਉਹ ਜ਼ਮੀਨ ਵਾਲਾ ਨੀ। ਅੱਛਾ, ਉਹਦਾ ਵੀ ਕੰਮ ਕਰਤਾ ਮੈਂ, ਕਰਤਾ ਓਕੇ ਓਕੇ ਲਾਤੇ। ਦੱਸ ਫਿਰ ਮਾੜਾ ਮੋਟਾ ਹੌਸਲਾ ਤਾਂ ਬਣਿਆ ਰਹੇ ਵਿਕਰਾ ਟਾਈਮ ਆਉਣ ਦੇ। ਇਹ ਮਾੜੀਆਂ ਗੱਲਾਂ ਓਲੇ ਵੀ ਰੱਖਣਾ ਪੈਂਦਾ, ਇਹ ਰਾਜਨੀਤੀ ਕੁੱਤੀ ਚੀਜ਼ ਆ। ਠੀਕ ਹੈ, ਇਹ ਸਾਰੀਆਂ ਗੱਲਾਂ ਦੱਸਣ ਲੱਗ ਗਏ ਨਾ, ਫਿਰ ਸਾਡੇ ਪੱਲੇ ਕੀ ਰਹਿ ਜੂ? ਇਹ ਵੀ ਗੱਲ ਠੀਕ ਹੈ ਤੁਹਾਡੀ ਪ੍ਰਧਾਨ ਜੀ, ਫਿਰ ਤਾਂ ਹੀ ਪ੍ਰਧਾਨ ਕਹਿੰਦੇ ਨਾ ਲੋਕ ਤੈਨੂੰ, ਐਵੇਂ ਤਾਂ ਨੀ ਕਹਿੰਦੇ ਪ੍ਰਧਾਨ ਹਾਂ ਜੇ ਤੈਨੂੰ ਸਾਰੇ ਪੱਤੇ ਸ਼ੋ ਕਰਤੇ। ਸਹੀ ਗੱਲ, ਕੀ ਫਾਇਦਾ? ਨਹੀਂ ਬਾਜੀ ਖਤਮ। ਪਰ ਇੱਕ ਗੱਲ ਤੈਨੂੰ ਮੈਂ ਦੱਸਦਾ, ਵੀ ਜੇ ਤੁਸੀਂ ਸਾਰੇ ਪੱਤੇ ਮੈਨੂੰ ਸ਼ੋ ਕਰਤੇ ਨਾ, ਮੈਂ ਧੋਖਾ ਨੀ ਕਰਦਾ ਤੇਰੇ ਨਾਲ। ਇਹ ਤਾਂ ਨਾ ਧੋਖਾ ਤਾਂ ਕੋਈ ਵੀ ਨੀ ਕਰ ਸਕਦਾ, ਇਹ ਕੁੱਤੀ ਇੱਕ ਜੀਵ ਆ ਨਾ, ਇਹ ਬਾਲੀ ਕੁੱਤੀ ਚੀਜ਼ ਹੈ, ਇਹਦੇ ਹੱਡੀ ਹੁੰਦੀ ਨੀ ਤੇ ਹੱਡੀਆਂ ਤਲਵਾਰ ਦਿੰਦੀ ਹੈ। ਇਹ ਗੱਲ ਸਹੀ ਹੈ ਤੁਹਾਡੀ, ਹਾਂ ਜੇ ਸੋਚੀਏ ਤਾਂ। ਚਲੋ ਪ੍ਰਧਾਨ ਜੀ ਵਧੀਆ, ਬਸ ਤੁਸੀਂ ਸਿਰ ਤੇ ਹੱਥ ਰੱਖਿਓ ਮੇਰੇ, ਹੈ ਨਾ, ਸਿਰ ਤੇ ਹੱਥ ਆ, ਉਧਾਰੀ ਨਾ। ਠੀਕ ਹੈ ਜੀ, ਹੁਣ ਇਹਨੇ ਨਾਲ ਮੈਂ ਘਰੇ ਕਹਿਣ ਜੋਗਰਾ ਹੋ ਗਿਆ। ਰਹੀ ਗੱਲ ਜਿਹੜਾ ਖਰਚਾ ਆਪਦਾ ਕਰਨਾ, ਉਹ ਵੀ ਕਰ ਦਿਆਂਗੇ, ਕੋਈ ਦਿੱਕਤ ਨਹੀਂ। ਚਾਰ ਰੁਪਏ ਤਾਂ ਲਾਉਣੇ ਪੈਣੇ ਨਾ, ਲਾ ਦਿਆਂਗੇ ਲਾ ਦਿਆਂਗੇ, ਮੇਰੀ ਸਰਪੰਚੀ ਇੱਥੇ ਬਸ। ਆਹ ਤੁਸੀਂ ਇਧਰੋਂ ਸਪੋਰਟ ਰੱਖਿਓ, ਬਾਕੀ ਖਰਚੇ ਤਾਂ ਕਰਾਂਗੇ ਹੀ, ਸਪੋਰਟ ਫੁੱਲ ਹੁਣ ਖਰਚੇ ਤੋਂ ਬਿਨਾਂ ਤਾਂ ਕੋਈ ਗੱਲ ਵੀ ਨਹੀਂ। ਠੀਕ ਹੈ ਪ੍ਰਧਾਨ ਜੀ, ਠੀਕ ਹੈ ਜੀ। ਹਾਂ ਬਿੱਟਰਾ, ਇਹ ਰਾਜਨੀਤੀ ਨਾ ਬਾਲੀ ਕੁੱਤੀ ਚੀਜ਼ ਹੈ, ਇਹ ਕਿਸੇ ਦਾ ਯਕੀਨ ਕਰ ਗਿਆ ਤੇ ਸਮਝ ਲਓ ਮਰ ਗਿਆ, ਗੁਣ ਤਾਂ ਦੇਤਾ ਜੇ ਅਮਲ ਕਰੂਗਾ। ਲਾ ਬੈਠੀ ਆ, ਮੇਰੀ ਗੱਲ ਸੁਣੋ ਜੀ, ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ, ਰੀਤ ਦਾ ਤਾਂ ਹੁਣ ਵਿਆਹ ਹੋ ਗਿਆ, ਤੁਸੀਂ ਉਹਦੀ ਜ਼ਮੀਨ ਦੁਬਾਰਾ ਲੈਣ ਨੂੰ ਫਿਰਦੇ ਸੀ, ਹੁਣ ਕੀ ਕਰਾਂਗੇ ਆਪਾਂ? ਕਮਲੀਏ, ਉਹ ਤੇ ਵਿਆਹ ਨਾ ਆਪਣਾ ਦੋਸਤੀ ਹੈ, ਦੋਸਤੀ ਹੈ। ਹਾਂ ਉਹ ਆਪਣਾ ਬੰਦਾ ਹੀ ਆ, ਉਹ ਤਾਂ ਹੀ ਤੇ ਭੇਜਿਆ ਉੱਥੇ ਜ਼ਮੀਨ ਲੈਣ ਵਾਸਤੇ। ਪਰ ਮੇਰੀ ਗੱਲ ਸੁਣੋ ਜੀ, ਉਹ ਤਾਂ ਸਰਪੰਚ ਨੇ ਵਿਆਹ ਕਰਵਾਇਆ, ਤੁਹਾਡਾ ਬੰਦਾ ਕਿਵੇਂ ਆ, ਤੁਹਾਡਾ ਦੋਸਤ ਕਿਵੇਂ? ਮੈਨੂੰ ਤਾਂ ਇਹ ਗੱਲ ਨਹੀਂ ਪਤਾ। ਉਹ ਦੋਸਤ ਪਹਿਲਾਂ ਮੇਰਾ ਸੀ, ਮੈਨੂੰ ਪਤਾ ਕੁੜੀ ਦਾ ਵਿਆਹ ਕਰਨ ਨੂੰ ਫਿਰਦੇ ਆ, ਤੇ ਸਰਪੰਚ ਕੋਲੇ ਬੰਦਾ ਮੈਂ ਹੀ ਭੇਜਿਆ ਸੀ। ਅੱਛਾ, ਉਹ ਤੇ ਯਕੀਨ ਵਾਲਾ ਕਰਦਾ ਸੀ, ਮੈਂ ਪਹਿਲਾਂ ਹੀ ਪੱਟ ਲਿਆ ਉਹਨੂੰ। ਚਲੋ ਇਹ ਗੱਲ ਤਾਂ ਬਹੁਤ ਵਧੀਆ, ਦੇਖਿਓ ਕਿਤੇ ਉਹ ਮੁੰਡਾ ਨਾ ਧੋਖਾ ਦੇ ਦੇ ਰੀਤ ਵਾਂਗੂ। ਧੋਖਾ ਦੇ ਦੂਗਾ ਤੇ ਫਿਰ ਮੰਤਰੀ ਨੇ ਕਿਹਾ ਵੀ ਪੈਸੇ ਦੇ ਕੇ ਕੰਮ ਕਰਾਇਆ ਕਰ, ਆਪ ਨਾ ਕਰਿਆ ਕਰ। ਹੁਣ ਇਹ ਗੱਲ ਤਾਂ ਠੀਕ ਹੈ, ਫਿਰ ਮੰਤਰੀ ਦੀ ਸਹੀ ਗੱਲ ਕਹੀ ਹੈ ਤੁਹਾਨੂੰ। ਮੈਂ ਆਪਦੇ ਹੱਥੇ ਨਾਲ ਕਾਨੂੰਨ ਨੂੰ ਲਈ, ਮੈਂ ਨਹੀਂ ਲੈਂਦਾ ਜੀ। ਪੱਕਾ ਹੁਣ ਜ਼ਮੀਨ ਮਿਲ ਜੂਗੀ? ਆਪਾਂ ਇੰਨਾ ਕੁਛ ਤਾਂ ਕਰ ਲਿਆ, ਇੰਨੀ ਪਲੈਨਿੰਗਾਂ ਕਰ ਲਈਆਂ, ਆਪਣੇ ਤੋਂ ਕੰਮ ਤਾਂ ਹੋ ਨਹੀਂ ਰਿਹਾ, ਆਪਾਂ ਪਿੱਛਾ ਛੱਡ ਹੀ ਦਿੰਦੇ ਆ, ਰਹਿਣ ਦਿਓ ਜੀ। ਉਹ ਤੂੰ ਨੰਨਾ ਨਾ ਪਾਇਆ ਕਰ, ਤੈਨੂੰ ਕਿੰਨੇ ਵਾਰੀ ਕਿਹਾ ਨੈਗੇਟਿਵ ਨਾ ਸੋਚਿਆ ਕਰ, ਇਹ ਟਾਈਮ ਹੈ ਨਹੀਂ ਆਪਾਂ ਦਾ, ਕਦੋਂ ਟਾਈਮ ਆ ਗਿਆ ਨਾ ਉਹਦੀ ਨਾਮ ਹੋਊ, ਇਹ ਵੀ ਮਾੜਾ ਟਾਈਮ ਲੱਗਦਾ ਹੁੰਦਾ। ਠੀਕ ਹੈ ਜੀ, ਜਿਵੇਂ ਤੁਹਾਡੀ ਮਰਜ਼ੀ, ਜੋ ਮਰਜ਼ੀ ਕਰੀ ਜਾਓ ਤੁਸੀਂ, ਮੈਂ ਤਾਂ ਨੰਨਾ ਹੀ ਪਾਉਂਦੀ ਹਾਂ ਨਾ।
ਉਹ ਪਹਿਲਾਂ ਡਰ ਸੀ ਉਹਨਾਂ ਦੇ, ਉਹ ਡਰ ਨਿਕਲ ਗਿਆ ਮਾੜਾ ਜਿਹਾ, ਹੁਣ ਡਰ ਪਾਉਣਾ ਪਊਗਾ। ਉਹ ਸਰਪੰਚ ਕਰਕੇ ਨਿਕਲਿਆ ਹਰਾ, ਸਾਰਾ ਕੰਮ ਹੋ ਗਿਆ ਸੀ। ਮੈਨੂੰ ਪਤਾ ਬਾਅਦ 'ਚ ਪਤਾ ਲੱਗਿਆ ਉਹਦੀ ਮਾਂ ਤੋਂ ਵੀ ਸਾਰੇ ਕੰਡੇ ਨਾ ਆਹ ਸਰਪੰਚ ਨੇ ਦੱਬੇ ਆ। ਰੀਤ ਦੀ ਮਾਂ ਨੇ ਗੱਲ ਕਹੀ ਇਹ? ਹਾਂ, ਵੀ ਸਾਰਾ ਕੁਛ ਹੋ ਗਿਆ, ਰਾਜੀ ਹੋ ਗਈ ਸੀ ਜ਼ਮੀਨ। ਬਾਅਦ 'ਚ ਜਾ ਕੇ ਸਰਪੰਚ ਨੇ ਕਿਹਾ ਵੀ ਜ਼ਮੀਨ ਤੁਹਾਡੀ ਮਹਿੰਗੀ ਵਿਕੂਗੀ, ਵੀ ਹੁਣ ਨਾ ਵੇਚੋ। ਅੱਛਾ, ਆਹ ਗੱਲ ਆ। ਹਾਂ, ਉਹ ਆਪਦੇ ਵੋਟਾਂ ਕਰਕੇ ਕਰਦਾ ਸਾਰਾ ਕੁਛ, ਵੀ ਮੈਂ ਉਹਨਾਂ ਦੀ ਜ਼ਮੀਨ ਵੱਧ ਦਵਾਤੀ, ਬਸ ਮੈਨੂੰ ਵੋਟਾਂ 4 ਵੱਧ ਮਿਲ ਜਾਣਗੀਆਂ। ਉਹੀ ਤਾਂ ਗੱਲ ਹੈ ਜੀ। ਪਰ ਸਰਪੰਚ ਨੂੰ ਪਤਾ ਨਹੀਂ, ਜਿੱਥੋਂ ਸਰਪੰਚ ਦੀ ਸੋਚ ਖਤਮ ਹੁੰਦੀ ਹੈ ਨਾ, ਉੱਥੋਂ ਯਾਰਾਂ ਦੀ ਸ਼ੁਰੂ ਹੁੰਦੀ ਹੈ। ਉਹ ਤਾਂ ਮੈਨੂੰ ਪਤਾ ਜੀ, ਤੁਸੀਂ ਕਾਫੀ ਇੰਟੈਲੀਜੈਂਟ ਹੋ ਤੇ ਆਹ ਕੰਮ ਵੀ ਤੁਸੀਂ ਕਰ ਹੀ ਦੋਗੇ, ਲੇਟ ਹੀ ਸਹੀ ਭਾਵੇਂ। ਟਾਈਮ ਤੇ ਲੱਗਦਾ ਹੁੰਦਾ ਮਾੜਾ ਜਿਹਾ। ਠੀਕ ਹੈ ਜੀ, ਕੁਛ ਬਣਾਵਾਂ ਖਾਣ ਨੂੰ? ਕੀ ਬਣਾਏਗੀ? ਪਾਓ ਭਾਜੀ ਬਣਾ ਦਿੰਦੀ ਅੱਜ। ਹਾਂ ਬਣਾ ਦੇ। ਚਲੋ ਠੀਕ ਹੈ, ਬਹੁਤ ਸਵਾਦ ਬਣਾਉਣੇ ਆ ਤੇ। ਉਹ ਤਾਂ ਪਤਾ ਜੀ ਮੈਨੂੰ, ਕਹਿਣ ਦੀ ਲੋੜ ਨਹੀਂ। ਸਰਪੰਚਾ ਭੱਜ ਲਾ ਕਿੱਥੇ ਮਰਜੀ। ਕਿਉਂ ਭਾਈ? ਹਾਂਜੀ ਅੰਕਲ ਜੀ, ਆ ਜਾ। ਆਪ ਹੀ ਚੱਕ ਲੈਣਾ ਭਾਈ ਕੁਰਸੀ। ਸਤਿ ਸ਼੍ਰੀ ਅਕਾਲ ਅੰਕਲ। ਫੇਰ ਕਹੇਗੀ ਮੈਂ ਕੁਰਸੀ ਚੱਕ ਕੇ ਲਿਆਉਣੀ ਹੈ ਪਹਿਲਾਂ। ਹੋਰ ਦੱਸੋ ਭਾਈ, ਠੀਕ ਹੈ? ਹਾਂਜੀ ਹਾਂਜੀ, ਤੁਸੀਂ ਦੱਸੋ ਘਰੇ ਠੀਕ ਹੈ ਸਾਰੇ? ਉਹ ਮੇਰੇ ਤਾਂ ਠੀਕ ਆ, ਤੂੰ ਦੱਸ ਆਪਦਾ, ਤੇਰੀ ਕਿਵੇਂ ਡਾਇਰੀ ਕਿਵੇਂ ਹੁਣ ਕੁੜ ਗਈ? ਅੰਕਲ ਜਮਾ ਸੈੱਟ ਆ, ਕੋਈ ਟੈਨਸ਼ਨ ਨਹੀਂ ਰਹੀ ਹੁਣ ਤਾਂ ਮੈਨੂੰ। ਵਧੀਆ, ਪਰਮਾਤਮਾ ਦਾ ਪਤਾ ਇਹ ਗੱਲ ਕਹਿਣੀ, ਤੂੰ ਖੁਸ਼ ਆ ਨਾ, ਸਾਰਾ ਜਹਾਨ ਹੀ ਖੁਸ਼। ਮੈਂ ਤਾਂ ਤੇਰੀ ਚਿੰਤਾ ਲੱਗੀ ਰਹਿੰਦੀ 24 ਘੰਟੇ ਵੀ ਕੀ ਬਣੂਗਾ। ਘਰੇ ਵੀ ਤੇਰੇ ਬਾਰੇ ਸੋਚੀ ਜਾਂਦਾ ਰਹਿੰਦਾ ਸੀਗਾ ਵੀ ਇਕੱਲੇ ਜਾਣੀ ਆ, ਹੁਣ ਕੀ ਕਰੇ, ਕੀ ਜੇ ਉਹਦੀ ਮਾਂ ਇੱਥੇ ਰਹਿੰਦੀ ਹੈਗੀ, ਨਾ ਇੱਥੇ ਰਹਿ ਸਕਦੀ ਨਾ ਉੱਥੇ ਜਾ ਸਕਦੀ ਆ, ਚਿੰਤਾ ਜੀ ਚਾਈ ਕਰੀ ਜਾਂਦਾ ਸੀਗਾ। ਮੈਨੂੰ ਘਰੇ ਵੀ ਕਿਹਾ ਵੀ ਤੂੰ ਇੰਨੀ ਕਿਉਂ ਇੱਥੇ ਰਹਿਣਾ, ਹੋਰ ਕਿਹੜਾ ਪਿੰਡ 'ਚ ਮੰਦੇ ਨਹੀਂ ਉਹ, ਮੈਂ ਖਾਏ ਗੱਲ ਨਹੀਂ ਹੁੰਦਾ, ਬੰਦੇ ਤਾਂ ਬਥੇਰੇ ਹੁੰਦੇ ਆ, ਫਿਰ ਵੀ ਕਹਿੰਦੇ ਹੁੰਦੇ ਮੂੰਹ ਪ੍ਰੇਮ ਹੋ ਜਾਏ ਨਾ, ਸੋਚਣਾ ਪੈਂਦਾ ਗਾ ਆਪਾਂ ਮੈਂ ਉੱਥੇ ਜਾਂਦੇ ਆਉਂਦੇ ਆ, ਹੋਰ ਕੋਈ ਗੱਲ ਨਹੀਂ ਹੁੰਦੀ, ਹੁੰਦੇ ਹੀ ਆ ਬਸ ਬਥੇਰਾ ਜਾ। ਸਹੀ ਗੱਲ ਅੰਕਲ, ਨਾਲੇ ਦੇਖ ਲਓ ਹੁਣ ਬੇਬੇ ਚੱਲ ਗਈ ਵਿਚਾਰੀ, ਪਹਿਲਾਂ ਉਹ ਵੀ ਇੱਥੇ ਬੰਦਵਾ ਹੋਈ ਬੈਠੀ ਸੀਗੀ, ਔਖਾ ਸੀ ਉਹਨੂੰ ਇੱਥੇ ਰਹਿਣਾ। ਰਵੀ ਕਿਵੇਂ ਹੁਣ? ਰਵੀ ਤਾਂ ਬਹੁਤ ਵਧੀਆ ਅੰਕਲ। ਹੋਰ ਕੋਈ ਗੱਲਬਾਤ ਆ? ਨਹੀਂ ਨਹੀਂ ਕੋਈ ਗੱਲਬਾਤ ਨਹੀਂ, ਬੜਾ ਚੰਗਾ ਸੁਭਾਅ ਹੈ ਵਿਚਾਰੇ ਦਾ। ਜੇ ਕੋਈ ਗੱਲ ਹੋਈ ਤਾਂ ਦੱਸ ਦੇਈਂ, ਪੜਦਾ ਨਾ ਰੱਖੀ, ਮੈਂ ਤੇਰੇ ਕੰਨ ਕੁੱਟ ਦੂੰਗਾ ਜੇ ਕਿਸੇ ਗੱਲ ਲੁਕੋ ਰੱਖੇ। ਜਾਂ ਗੱਲ ਨੂੰ ਕੁਛ ਕਹਿੰਦਾ ਯਾਤਰਾ ਕਰਦਾ, ਮੈਨੂੰ ਪਹਿਲਾਂ ਮਾੜੀ ਗੱਲ ਦੱਸ ਦੇਈਂ, ਵੀ ਸਮੈ ਸਾਹਿਬ ਐਂ ਕਰਦਾ ਗਾ, ਮੁੜ ਕੇ ਵਿਹੜਾ ਹੱਥ ਨਹੀਂ ਆਉਂਦਾ ਹੁੰਦਾ। ਕੋਈ ਨਾ ਅੰਕਲ ਜੀ, ਜੇ ਕੋਈ ਗੱਲ ਹੋ ਮੈਂ ਜ਼ਰੂਰ ਦੱਸੂ, ਪਰ ਹਾਲੇ ਤੱਕ ਤਾਂ ਇਹੋ ਜਿਹੀ ਕੋਈ ਗੱਲ ਨਹੀਂ, ਤੇ ਮੈਨੂੰ ਇੰਨਾ ਵੀ ਯਕੀਨ ਆ ਰਵੀ ਕਦੇ ਇਹੋ ਜਿਹੀ ਗਲਤੀ ਕਰਦਾ ਵੀ ਨਹੀਂ। ਇੱਕ ਗੱਲ ਹੋਰ ਆ, ਮਾੜਾ ਖਿਆਲ ਵੀ ਰੱਖੀ, ਬੰਦਾ ਭਾਵੇਂ ਮੇਰਾ ਹੋ, ਕਈ ਵਾਰੀ ਜਿਵੇਂ ਚੰਨੀ ਵਰਗੇ ਬੰਦੇ ਨੂੰ ਖਰੀਦ ਲੈਂਦੇ ਹੁੰਦੇ। ਨਹੀਂ ਨਹੀਂ ਅੰਕਲ, ਉਹ ਤੂੰ ਮੈਂ ਜਿਹੜੀ ਗੱਲ ਕਹਿਣਾ, ਤੂੰ ਭਾਈ ਤਾਂ ਮੇਰੀ ਗੱਲ ਨਾ ਬੱਟੀ, ਮੇਰੀ ਗੱਲ ਪਹਿਲਾਂ ਸੁਣ ਲੈ, ਬਾਅਦ 'ਚ ਜਵਾਬ ਦੇ। ਹੁਣ ਤੂੰ ਆ, ਤੇਰੀ ਮਾਂ ਆਈਏ, ਤੇਰੀ ਮਾਂ ਕੋਲ ਆਉਂਦੇ ਰਹੇ ਕਿ ਨਹੀਂ ਆਉਂਦੇ ਰਹੇ? ਉਹਦੇ ਕੋਲ ਆਉਂਦੇ ਰਹੇ ਜਿਹੜੇ ਨਾ ਮੰਤਰੀ ਹੁੰਦੇ, ਬਾਰੇ ਗਾਹ ਲੰਘੇ ਹੋਏ ਹੁੰਦੇ। ਇਹ ਨਾ ਕਹਿ ਉਹ ਮੇਰੇ ਘਰ ਵਾਲਾ ਬਸ਼ਾਕੋ, ਤੇਰੇ ਘਰ ਵਾਲਾ ਵੀ ਕਈ ਵਾਰੀ ਅਗਲਾ ਨਾ ਤੇਰੀ ਸੋਚ ਹੋਰ ਆ, ਅਗਾਂਹ ਉਹਦੀ ਗੱਲ ਸੋਚ ਬਦਲ ਜੇ, ਅਗਲਾ ਕਹਿੰਦਾ ਮੈਂ ਕਰਦਾ ਰਹਿੰਦੇ ਪੈਸੇ ਦੇਣ, ਜੇ ਤੈਨੂੰ ਗੱਲਾਂ ਦਾ ਪਤਾ ਨਹੀਂ ਗਿਆ, ਮੈਂ ਤੈਨੂੰ ਤਾਂ ਕਹਿਣਾ ਮਾੜੀ ਚਕੰਨੀ ਰਹੀ, ਮੇਰਾ ਤੈਨੂੰ ਕਹਿਣ ਦਾ ਫਰਜ, ਮੈਂ ਤੈਨੂੰ ਆਏ ਨਹੀਂ ਕਹਿੰਦਾ ਮਾੜਾ, ਉਹ ਤਾਂ ਮੈਨੂੰ ਵੀ ਉਹਦੇ ਵਿਸ਼ਵਾਸ ਹੁੰਦੇ ਹੀ ਆ, ਵੀ ਬਿਲਕੁਲ ਵੀ ਨਹੀਂ ਕਰਦਾ, ਫਿਰ ਵੀ ਕਹਿੰਦੇ ਹੁੰਦੇ ਬੰਦੇ ਨੂੰ ਮਾੜਾ ਚਕੰਨਾ ਰਹਿਣਾ ਚਾਹੀਦਾ, ਮੇਰਾ ਤੈਨੂੰ ਹੱਕ ਆ ਕਹਿਣ ਦਾ, ਤੂੰ ਹੈਗੀ ਭੋਲੀ ਭਾਲੀ, ਵੀ ਤੂੰ ਕਿਤੇ ਐਂ ਨਾ ਕਹਿੰਦੇ ਵੀ ਮਾੜਾ ਫਿਰ ਵੀ ਚਕੰਨਾ ਰਹੀ। ਕਈ ਵਾਰੀ ਕਿਸੇ ਫੋਨ ਨਾਲ ਗੱਲ ਕਰਦਾ ਜਾਂ ਉਹ ਕਰਦਾ ਵੀ ਕੰਨ ਮਾੜਾ ਹੀ ਰੱਖਿਆ ਕਰ ਉੱਧਰ, ਵੀ ਕਿੱਥੋਂ ਆਉਂਦੇ ਕੀ ਕਰਦੀ, ਇਹ ਗੱਲਾਂ ਜ਼ਰੂਰੀ ਹੁੰਦੀਆਂ ਹੈਗੀਆਂ। ਮੈਂ ਤੈਨੂੰ ਐਂ ਨਹੀਂ ਕਹਿੰਦਾ, ਕਿਉਂਕਿ ਜਿਹੜੀ ਆਪਾਂ ਮੰਨ ਕੇ ਚੱਲ ਹਜੇ ਤੱਕ ਜ਼ਮੀਨ ਨਹੀਂ ਦਿੱਤੀ, ਕਈ ਵਾਰੀ ਇਹਨੂੰ ਅਗਲਾ ਕੱਲ੍ਹ ਨੂੰ ਕਹਿੰਦੇ ਇੰਨੇ ਮਿਲਦੇ ਪੈਸੇ ਡਬੇ ਮਿਲ ਜਾਣਗੇ, ਤੈਨੂੰ ਉੱਥੇ ਦਵਾ ਦਿੰਦੇ ਹਾਂ, ਅਸੀਂ ਤੈਨੂੰ ਹੋਟਲ ਦਵਾ ਦਿੰਦੇ ਹਾਂ, ਬੰਦੇ ਦੀ ਜਿਹੜੀ ਆਹ ਹੁੰਦੀ ਹੈ ਨਾ ਹੋਰ ਹੁੰਦੀ ਹੈ, ਜਾਂ ਬੰਦਾ ਕਹਿੰਦਾ ਆਪਣੇ ਇੰਨੀ ਚੀਜ਼ ਮਿਲ ਰਹੀ ਹੈ, ਮੈਂ ਤਾਂ ਕਹਿਣਾ ਗਾ। ਸਹੀ ਗੱਲ ਅੰਕਲ, ਕਿੱਦਾਂ ਬੰਦੇ ਦਾ ਕਦੋਂ ਮਨ ਬਦਲ ਜਾਂਦਾ। ਹਾਂ ਮੈਂ ਐਂ ਨਹੀਂ ਕਹਿੰਦਾ ਮਾੜਾ, ਤਾਂ ਦੇਖੋ ਮੈਂ ਹੀ ਕਰਾਇਆ ਤੈਨੂੰ, ਜੇ ਉਹ ਮਾੜਾ ਹੁੰਦਾ ਮੈਂ ਤੈਨੂੰ ਕਰਾਉਂਦਾ ਕਿਉਂ,
1% ਵੀ ਨਹੀਂ ਗਲਤੀ ਉਹਦੇ 'ਚ, ਗੱਲ ਕਰ ਫਿਰ ਵੀ ਆਪਣਾ ਹੱਕ ਤੇਰਾ ਹੱਕ ਬਣਦਾ ਕਿਉਂ, ਮੈਨੂੰ ਤਾਂ ਹੁਣ ਕਦੇ ਘੱਟ ਮਿਲ ਜਾਂਗਾ, ਮੈਨੂੰ ਤਾਂ ਰਾਹ ਖੜੇ ਮਿਲੇ ਕਰੋ ਕਿਵੇਂ ਭਾਈ, ਮੈਨੂੰ ਤਾਂ ਐਂ ਕਹਿ ਦਿਓ ਠੀਕ ਹੈ ਮੈਨੂੰ ਗੱਲਬਾਤ ਦਾ ਪਤਾ ਨਹੀਂ ਲੱਗਦਾ, ਤੇਰੇ ਨਾਲ ਉਹਨੇ 24 ਘੰਟੇ ਰਹਿਣਾ ਹੈਗਾ, ਮੈਨੂੰ ਇੱਕ ਗੱਲ ਦਾ ਪਤਾ ਲੱਗੂ ਇਹਦਾ, ਤੈਨੂੰ ਤਾਂ ਕਹਿ ਜੇ ਕੋਈ ਐਸੀ ਵੈਸੀ ਗੱਲ ਲੱਗੀ ਤਾਂ ਤੂੰ ਉਹਨੂੰ ਕੁਛ ਨਹੀਂ ਕਹਿਣਾ, ਜੇ ਕਿਤੇ ਤੈਨੂੰ ਕੋਈ ਸ਼ੱਕ ਲੱਗੇ ਸ਼ੁਭਾ ਲੱਗੇ ਉਹਦੇ ਕੋਲ ਕੋਈ ਗੱਲ ਨਹੀਂ ਕਰਨੀ, ਭਾਵੇਂ ਤੈਨੂੰ ਕਿਸੇ ਗੱਲ ਦਾ ਪਤਾ ਲੱਗ ਜਾਵੇ, ਤਾਂ ਮੈਨੂੰ ਹੁਣ ਮੰਨਣਾ ਵੀ ਅੱਜ ਮੈਂ ਆਹ ਗੱਲ ਦੇਖੀ ਹੈ ਠੀਕ ਹੈ, ਬਸ ਪਿੱਛੋਂ ਪਿੱਛੇ ਮੈਂ ਉਹਦੇ ਨਾਲ ਤੂੰ ਕੋਈ ਗੱਲ ਨਹੀਂ ਕਰਨੀ ਕਿਤੇ ਵੀ, ਜੇ ਤੈਨੂੰ ਕਿਸੇ ਗੱਲ ਦਾ ਸ਼ੱਕ ਹੋਇਆ ਤਾਂ ਮੈਨੂੰ ਦੱਸੀ ਵੀ ਮੇਰੇ ਤੋਂ ਸ਼ੱਕ ਹੁੰਦਾ, ਕਿਤੇ ਉਹਨੂੰ ਜਾ ਕੇ ਲਾਣ ਲੱਗੇ ਸਹੀ ਗੱਲ ਅੰਕਲ, ਮੈਂ ਤਾਂ ਬੀਬੀ ਵੀ ਛੇਤੀ ਵੱਧ ਜਾਂਦਾ, ਅਸੀਂ ਤੈਨੂੰ ਕਹਿਣਾ ਤੂੰ ਕੰਮ ਵਿਗਾੜ ਦੇਂਗੇ ਕੋਈ ਗੱਲ ਨਹੀਂ ਕਰਨੀ ਆਪਾਂ ਇਹ ਠੀਕ ਹੈ, ਇਹਦਾ ਤੈਨੂੰ ਮੈਂ ਪੈਸੇ ਦੱਸਿਆ ਹੈਗਾ, ਆਪਾਂ ਉਹਨੂੰ ਗਲਤ ਤਾਂ ਨਹੀਂ ਬਣਾਉਂਦੇ, ਕਹਿੰਦੇ ਹੁੰਦੇ ਜਿਹੜੇ ਮੰਤਰੀ ਸ਼ਾਂਤਰੀ ਹੁੰਦੇ ਨੇ ਇੰਨੇ ਦਿਮਾਗ ਬਾਹਲੇ ਗਾਹਾਂ ਚੱਲਦੇ ਹੁੰਦੇ, ਇਹ ਤਾਂ ਆਪਾਂ ਲੱਗਣ ਨੂੰ ਅਸੀਂ ਕਹਿੰਦੇ ਹੁੰਦੇ ਆ ਜੀ ਜਿੱਥੋਂ ਉਹਦੀ ਸੋਚ ਸ਼ੁਰੂ ਹੁੰਦੀ ਆ ਆ ਖਤਮ ਹੁੰਦੀ, ਸਾਡੀ ਉੱਥੋਂ ਸ਼ੁਰੂ ਹੁੰਦੀ ਹੈ, ਇਹਨਾਂ ਦੇ ਦਿਮਾਗ ਐਂ ਹੁੰਦੇ, ਪਰ ਆਪਾਂ ਵੀ ਉਹਦੇ ਦਿਮਾਗ ਲਾ ਕੇ ਚੱਲ ਗਏ, ਆਪਣਾ ਵੀ ਟਾਈਮ ਪਾਸ ਫੇਰ ਹੀ ਹੋਊਗਾ, ਇਹ ਤਾਂ ਹੈਗਾ ਠੀਕ ਹੈ, ਪਰ ਤੁਸੀਂ ਆ ਬਹੁਤ ਵਧੀਆ ਕੀਤਾ ਜਿਹੜਾ ਮੈਨੂੰ ਪਹਿਲਾਂ ਹੀ ਸਮਝਾਤਾ, ਨਹੀਂ ਮੈਂ ਤਾਂ ਕੋਈ ਨਾ ਕੋਈ ਕਮਲ ਘੁੱਟ ਦੇਣਾ ਸੀਗਾ, ਨਹੀਂ ਇਹ ਤਾਂ ਬਹੁਤ ਕੁਛ ਕਰਨਗੇ ਮੈਨੂੰ ਪਤਾ, ਟਿੱਕ ਕੇ ਬੈਠਣਾ ਇਹ ਨਹੀਂ, ਇਹ ਇਹਨੂੰ ਮੈਂ ਜਾਣਦਾ ਤੈਨੀ ਨੂੰ, ਚੰਨੀ ਤੇਰੇ ਭਾਜੀ ਕਿਤੇ ਟਿੱਕੇ ਭੇਜੂਗਾ, ਇਹਦਾ ਸਿੰਝ ਨਾ ਕੋਈ ਛੇੜੂਗਾ, ਪਲੈਨ ਬਣਾਈ ਜਾਂਦਾ ਉਹ, ਮੈਂ ਕੀ ਕਰਨਾ, ਮੈਂ ਉਸ ਬੰਦੇ ਨੂੰ ਜਾਣਦਾਗਾ, ਉਹ ਜਦੋਂ ਉਹ ਜ਼ਮੀਨ ਮੰਗ ਪੈ ਕਹਿੰਦਾ ਜ਼ਮੀਨ ਪਿੱਛੇ ਹੀ ਆ, ਜਿੰਨੇ ਇੱਕ ਨੂੰ ਜ਼ਮੀਨ ਨਹੀਂ ਮਿਲਦੀ ਨਾ ਉਹਦਾ ਕਰੋੜਾਂ ਦਾ ਨੁਕਸਾਨ ਹੋ ਜਾਂਦਾ, ਤੈਨੂੰ ਤਾਂ ਐਂ ਲੱਗਦਾ 25-30 ਕਿੱਲਾ ਦਾ ਚਾੜ ਨੂੰ 1 ਕਿੱਲੇ ਤਾਂ ਬਾਹਲੇ ਗਾਹਾਂ ਲੰਘਿਆ ਪਿਆ ਕੰਮ, ਇਹ ਗੱਲਾਂ ਸਾਨੂੰ ਪਤਾ ਗਾ, ਚੱਲ ਇਹ ਤਾਂ ਛੱਡ ਪੁੱਤ ਹੁੰਦੇ ਰਹਿਣਗੇ, ਬਸ ਹੁਣ ਮਾੜਾ ਹੁਸ਼ਿਆਰ ਰਹੀ ਕੋਈ ਗੱਲ ਨਹੀਂ, ਤੂੰ ਤਾਂ ਸੱਟਾਂ ਨਾ ਕਬੀਲਦਾਰੀ, ਹਾਂਜੀ ਹਾਂ ਜਮਾ ਸਾਰਾ ਕੁਝ ਸਹੀ ਆ, ਚਲ ਐਂ ਕਰੀ ਮੈਨੂੰ ਘਰੇ ਵੀ ਕਿਹਾ ਸੀਗਾ ਤੂੰ ਤੇ ਰਵੀ ਨਾ ਘਰੇ ਆ ਕੇ ਜਾਵੇ ਆਪਣੇ, ਠੀਕ ਕੋਈ ਗੱਲ ਨਹੀਂ ਅੰਕਲ, ਜ਼ਰੂਰ ਆ ਕੇ ਜਾਵਾਂਗੇ, ਆਉਣਾ ਨਹੀਂ ਆਣ ਕੰਨ ਕੁੱਟੂ ਮੈਂ, ਕੋਈ ਨਾ ਕੋਈ ਨਾ ਪੱਕਾ ਆ ਕੇ ਜਾਵਾਂਗੇ, ਹੁਣ ਤਾਂ ਰਵੀ ਮੜਿਆ ਬਾਜ਼ਾਰ ਗਿਆ ਹੋਇਆ, ਕੋਈ ਨਹੀਂ ਜਦੋਂ ਆ ਗਿਆ ਉਦੋਂ ਜਾਇਓ ਫਿਰ, ਠੀਕ ਹੈ ਹਾਂਜੀ ਠੀਕ, ਚਾਹ ਬਣਾਵਾਂ ਅੰਕਲ ਥੋੜੀ, ਅਸੀਂ ਜਦੋਂ ਆਪਾਂ ਘਰੇ ਸੀ ਨਾ ਕਦੇ ਵੀ ਚਾਹ ਪੀ ਕੇ ਨਹੀਂ ਗਏ, ਪੀਵਾਂਗੇ ਜਦੋਂ ਤੁਸੀਂ ਆ ਗਏ ਆਪਣੇ ਘਰ ਬੈਠ ਕੇ ਆਰਾਮ ਨਾਲ ਪੀਵਾਂਗੇ ਆਪਾਂ, ਚਲੋ ਠੀਕ ਆ ਭਾਈ ਉੱਥੇ ਪੀ ਲਾਂਗੇ, ਤੁਹਾਡੇ ਹੈਗਾ ਘਰ ਦਾ ਦੁੱਧ ਤੇ ਸਾਡੇ ਮੁੱਲ ਦਾ ਦੁੱਧ, ਤੁਹਾਨੂੰ ਸਾਡੀ ਚਾਹ ਕਿੱਥੇ ਚੰਗੀ ਲੱਗਦੀ ਹੈ, ਤੈਨੂੰ ਪਤਾ ਤਾਂ ਹੈਗਾ ਇੱਥੇ ਪੰਚ ਦਾ ਸਵਾਹ ਕਿਹੋ ਜਿਹਾ, ਆਪਾਂ ਜਿਹੇ ਜਿਹੇ ਮਰਦੀ ਰਿਹਾ, ਮੈਂ ਤਾਂ ਗਰੀਬ ਰਿਹਾ ਪਤਾ ਬੱਧ ਖਾ ਕੇ ਰਾਜੀ ਨਾਲ, ਤੈਨੂੰ ਪਤਾ ਇਸ ਗੱਲ ਦਾ, ਮੈਂ ਇਹ ਗੱਲ ਕਦੇ ਨਹੀਂ ਸੋਚੀ ਨਾ ਹੀ ਆਪਾਂ ਸੋਚਣੀ, ਹਾਂਜੀ ਸਹੀ ਗੱਲ ਹੈ, ਇਹ ਤਾਂ ਆਪਣੀ ਤਾਂ ਸਰਪੰਚ ਵਾਲੀ ਗੱਲ ਨਹੀਂ, ਚੱਲ ਪਿੰਡ ਨੇ ਬਣਾ ਤਾ ਉਹ ਤਾਂ ਵੱਖ ਰਹੇਗੀ ਗੱਲ, ਪਰ ਆਪਾਂ ਇਹ ਗੱਲ ਕਿਤੇ ਨਹੀਂ ਸੋਚੀ ਵੀ ਆਪਾਂ ਸਰਪੰਚ ਆ, ਆਪਾਂ ਤਾਂ ਆਮ ਬੰਦੇ ਵਰਗੇ ਹਾਂ, ਆਪਾਂ ਤਾਂ ਬਸ ਆਏ ਹਾਂ ਜਿੰਨਾ ਕੁ ਕੰਮ ਹੁੰਦਾ ਉਨਾ ਕੁ ਕਰੀਏ, ਠੀਕ ਹੈ, ਨਾ ਤਾਂ ਮੈਂ ਕਦੇ ਰੱਖੀਏ ਤੇ ਨਾ ਰੱਖਣੀ, ਮੈਂ ਤਾਂ ਅੰਕਲ ਹੋਣੀ ਵੀ ਨਹੀਂ ਚਾਹੀਦੀ, ਜਦੋਂ ਮੈਂ ਆ ਜੇ ਬੰਦੇ ਜਦੋਂ ਫਿਰ ਬੰਦਾ ਬੰਦਾ ਵੀ ਨਹੀਂ ਰਹਿੰਦਾ ਹੈਗਾ, ਨਹੀਂ ਨਹੀਂ ਮੈਂ ਤਾਂ ਆਪਣਾ ਤਾਂ ਘਰੇ ਵੀ ਇਹ ਗੱਲ ਕਿਹਾ ਸਾਰਿਆਂ ਨੂੰ ਭਾਈ, ਮੈਂ ਤਾਂ ਆਹ ਤਾਂ ਕਹਿਣਾ ਨਹੀਂ ਮੈਂ ਐਂ ਕਰ ਦੂੰ ਜਾਂ ਮੈਂ ਹੋ ਜੂ ਨਾ, ਇਹਨਾਂ ਤੋਂ ਆਪਾਂ ਬਹੁਤ ਦੂਰ ਆ, ਆਪਾਂ ਤਾਂ ਕਹਿੰਦੇ ਸਭ ਦਾ ਕੰਮ ਹੋਵੇ ਭੈਣ ਭਾਈ ਦਾ, ਜੇ ਕੋਈ ਪਲਛਣ ਵਾਲੇ ਆਉਂਦੇ ਆ ਸਭ ਨੂੰ ਕਹਿੰਦਾ ਭਾਈ ਬੰਨੋ ਇਹਦੀ, ਵੀ ਆਪਾਂ ਦੇਖਿਆ ਜਿੰਨਾ ਕੁ ਹੁੰਦਾ ਗੱਲ ਤਾਂ ਕਰੋ, ਬਸ ਆਪਾਂ ਨੂੰ ਇਹੋ ਜਿਹੀ ਗੱਲਾਂ ਤੋਂ ਬਹੁਤ ਆਹ ਬਸ ਤੂੰ ਆ ਕੰਮ ਜ਼ਰੂਰ ਕਰਦੇ ਕਿ ਦੋਨੇ ਜਾਣੇ ਮਿਲ, ਕੋਈ ਨਾ ਕੋਈ ਨਾ ਅੰਕਲ ਜਦੋਂ ਟਾਈਮ ਨਾ ਆ ਗਿਆ ਰਵੀ ਅਸੀਂ ਅੱਜ ਹੀ ਆ ਜਾਵਾਂਗੇ, ਨਹੀਂ ਫਿਰ ਕੱਲ ਨੂੰ ਦੇਖਦੇ ਆ ਕੇ ਜਾਵਾਂਗੇ ਪੱਕਾ, ਤੇ ਬੇਬੇ ਫੋਨ ਫੋਨ ਲਾਉਂਦੀ ਹੁੰਦੀ ਅੱਜ, ਲਾ ਲੈਂਦੀ ਹੈ ਫੋਨ, ਉਹਦਾ ਤਾਂ ਆਪਣੇ ਜੀ ਲੱਗਦਾ, ਪੁੱਛਦੀ ਹੁੰਦੀ ਤੁਹਾਡੇ ਬਾਰੇ ਉਹ, ਅੱਛਾ ਚੱਲ ਕੋਈ ਨਹੀਂ ਆ ਜਿੰਦੇ ਜਿੱਦੇ ਕਿਤੇ ਆਈ ਆਪਾਂ ਕਰ ਲਾਂਗੇ ਗੱਲ, ਠੀਕ ਹੈ ਕੋਈ ਨਾ ਕੋਈ ਨਾ, ਠੀਕ ਚੰਗਾ ਪੁੱਤਾ ਠੀਕ ਹੈ ਜੀ, ਮੈਂ ਵੀ ਕਰਾਂ ਕੋਈ ਕੰਮ ਧੰਦਾ, ਕਰ ਲੱਗਿਆ ਪਿਆ ਮੈਨੂੰ ਤਾਂ ਲੱਗਦਾ, ਇਹ ਤਾਂ ਵੋਟਾਂ ਦਾ ਇੱਕ ਵਾਰ ਤਾਂ ਹਾਰ ਪਵਾ ਕੇ ਹਟੂ, ਚੱਲ ਕੋਈ ਗੱਲ ਨਹੀਂ ਪੁੱਛੂ ਮੈਂ, ਜੇ ਹਾਰ ਗਿਆ ਨਾ ਦੇਖੀ ਸਹੀ ਇਹਦਾ, ਫਿਰ ਮੈਂ ਕੰਜਰ ਨਾਲ ਕੀ ਕਰਦੀ ਹਾਂ ਉੱਤੇ ਖਾਣੀ, ਲਾ ਆ ਗਿਆ ਮਨਜੀਤ ਕੁਰੇ, ਕਿਵੇਂ ਕਲਵੀ ਬੋਲੀ ਜਾਂਦੀ ਹੈ, ਖੈਰ ਖੈਰ ਤਾਂ ਕਾਹਦੀ ਹੈ, ਮੈਂ ਤਾਂ ਤੇਰੀ ਟੈਨਸ਼ਨ ਕਰੀ ਜਾਂਦੀ ਸੀ, ਮੇਰੀ ਟੈਨਸ਼ਨ ਨਾ ਕਰਿਆ ਕਰ, ਦੇਖ ਲੈ ਹੁਣ ਮੈਨੂੰ ਚੰਨੀ ਪ੍ਰਧਾਨ ਨੇ ਕਹਿਤਾ, ਅੱਛਾ ਮੈਨੂੰ ਗਾਹਾਂ ਉਹਨੂੰ ਗਾਹਾਂ ਮੰਤਰੀ ਨੇ ਕਹਿਤਾ, ਮੰਤਰੀ ਕਹਿੰਦਾ ਤੈਨੂੰ MLA ਬਣਾ ਦਿਆਂਗੇ, ਅੱਛਾ ਚੰਨੀ ਪ੍ਰਧਾਨ ਨੂੰ, ਤੇ ਚੰਨੀ ਪ੍ਰਧਾਨ ਦੀ ਥਾਂ ਤੇ ਮੈਂ ਬਣ ਜੂਗਾ, ਹੁਣ ਪਹਿਲਾਂ ਤਾਂ ਮੈਨੂੰ ਕਹਿੰਦਾ ਤੂੰ ਸਰਪੰਚ ਬਣ ਜਾ, ਫਿਰ ਤੂੰ ਬਣ ਜੀ ਪ੍ਰਧਾਨ, ਉਹ ਗਾਹਾਂ ਦੀ ਗਾਹਾਂ ਬਣ ਜੂ, ਮੈਂ ਇੱਧਰ ਬਣੀ ਜਾਊ, ਠੀਕ ਹੈ ਠੀਕ ਹੈ, ਹੁਣ ਮੈਨੂੰ MLA ਦੀ ਹੋ ਗਈ
ਮਤਲਬ ਆਰਡਰ ਹੋ ਗਏ, ਮਤਲਬ ਸਾਨੂੰ ਆਰਡਰ ਹੋ ਗਿਆ, ਐਮਐਲਏ ਨੇ ਕਹਿਤਾ ਹਾਂ ਪੰਜ ਕਰੋ 50 ਕਰੋ, ਜੀ ਸੋਡੀ ਗਰਾਂ ਸੋਡੀ ਜ਼ਿੰਮੇਵਾਰੀ ਹੈ, ਮੇਰੀ ਸਾਡੀ ਜ਼ਿੰਮੇਵਾਰੀ ਹੈ, ਹਾਂ ਹਾਂ ਪੈਸਾ ਤੇ ਲਾਪਾ ਤੂੰ ਦਿਓ ਐਮਐਲਏ ਤੁਹਾਨੂੰ, ਬਿਲਕੁਲ ਬਿਲਕੁਲ, ਲੋਕ ਵੀ ਸੋਚਦੇ ਆ ਵੀ ਜਦੋਂ ਮੇਰੀ ਐਮਐਲਏ ਨਾ ਬਣਦੀ ਆ ਤਾਂ ਅਗਲਾ ਕਹਿੰਦਾ ਵਿਕਰ ਨੂੰ ਜਿਤਾਓ, ਇਹਦੀ ਜਿਤਾਓ, ਸੱਚੀ ਗੱਲ ਆ, ਹਜੇ ਆ ਟੱਕਣ ਵਾਲੀ ਸਮਾਲ ਆ ਤੇ ਤੂੰ ਐ ਅਜੇਬ ਜੀ, ਕੋਈ ਨਹੀਂ ਕੋਈ ਨਹੀਂ, ਜੇ ਟੱਕਣ ਕਹਦੇ ਦਰਜੀ ਨੂੰ ਲਾ ਦੂਗਾ, ਇਹ ਤਾਂ ਲੱਗਿਆ ਹੀ ਹੋਇਆ, ਇਹਦਾ ਤੂੰ ਚਿੰਤਾ ਨਾ ਕਰਿਆ ਕਰ, ਪਰ ਮੈਨੂੰ ਐ ਲੱਗਦਾ ਵੀ ਤੂੰ ਵਿੱਚੋਂ ਨਾ ਮੇਰੀਆਂ ਉਹ ਜੜਾਂ ਜਾਂ ਕੱਢਦੀ ਰਹਿੰਦੀ ਆ, ਮੈਨੂੰ ਉਦੋਂ ਖਿੱਚ ਹੀ ਚੜਦੀ ਆ, ਲੋਕ ਤਾਂ ਮੈਨੂੰ ਅਸਤ ਅਸਤ ਕਰਦੇ ਨੇ, ਤੂੰ ਮੇਰੀ ਗੱਲ ਸੁਣ ਲੈ, ਤੂੰ ਹਜੇ ਵੀ ਬੰਦਾ ਬਣ ਜਾ, ਕਿਉਂ ਤੈਨੂੰ ਇਹ ਪ੍ਰਧਾਨਗੀ ਪ੍ਰਧਾਨਗੀ ਨਾ ਮਰਵਾ ਦੂਗੀ, ਇਹ ਲੋਕ ਤਾਂ ਪੰਪ ਭਰਨ ਵਾਲੇ ਹੁੰਦੇ ਨੇ, ਮੈਂ ਹੈਰਾਨ ਹੋ ਜਾਂਦਾ ਤੇਰੀਆਂ ਨਜ਼ਰਾਂ 'ਚ, ਮੈਂ ਹਜੇ ਬੰਦਾ ਹੀ ਨਹੀਂ ਬਣਿਆ, ਉਹ ਲੋਕ ਮੈਨੂੰ ਸਲਾਹਾਂ ਦਿੰਦੇ ਨੇ ਤੇ ਨਾਲੇ ਸਲਾਮਾਂ ਕਰਦੇ ਆ, ਤੇਰੀਆਂ ਨਜ਼ਰਾਂ 'ਚ ਮੈਂ ਹਜੇ ਵੀ ਬੰਦਾ ਨਹੀਂ ਬਣਿਆ, ਇਦੋਂ ਮਗਰੋਂ ਕਦੋਂ ਬੰਦਾ ਬਣੂ ਫਿਰ ਮੈਂ, ਕੀ ਕਹਿੰਦੀ ਹੈ ਤੂੰ, ਮਤਲਬ ਕਿਵੇਂ ਬੰਦਾ ਬਣ ਜਾ, ਲੋਕ ਤਾਂ ਤੈਨੂੰ ਰੁਪਈਏ ਵੀ ਦੇਣਗੇ, ਐਮਐਲਏ ਤੈਨੂੰ ਰੁਪਈਏ ਦੇਊਗਾ ਵੀ ਆ ਚੱਕ ਤੂੰ ਵੋਟਾਂ 'ਚ ਖੜਾ ਹੋ ਜਾ, ਤੇ ਫਿਰ ਹੋਰ ਕੀ ਚਾਹੀਦਾ ਤੈਨੂੰ, ਹਾਂ ਹਾਂ ਹਾਂ, ਨਾ ਜੇ ਤੂੰ ਹਾਰ ਗਿਆ ਭਰੂ ਤੇਰਾ ਬਾਪ, ਉਹ ਕੋਈ ਨਹੀਂ ਕਿਧਰੇ ਨਹੀਂ ਭੱਜਦੇ, ਪਹਿਲੀ ਗੱਲ ਤਾਂ ਹਾਰਦੇ ਨਹੀਂ, ਚਲੋ ਮੰਨ ਲਓ ਵੀ ਤੇਰੀ ਤੇਰਾ ਨੰਨਾ ਪੂਰਾ ਹੋ ਗਿਆ ਵੀ ਹਾਰ ਗਿਆ ਮੈਂ, ਹਾਂ ਹਾਂ, ਤੇ ਫਿਰ ਆਪਾਂ 2 ਕਿੱਲੇ ਵੇਚ ਦਿਆਂਗੇ, ਗੋਲੀ ਵੱਜ ਜੂ, ਗੱਲ ਸੱਚੀ ਆ, ਆਪ ਭਾਵੇਂ ਲੋਕਾਂ ਦੀਆਂ ਖੋਲੀਆਂ 'ਚ ਹੱਥ ਮਾਰਦਾ ਫੇਰੀ, ਜੇ ਇਹਨੂੰ ਖਾਣ 2 ਕਿੱਲੇ ਵੇਚ ਦੇ, ਪਹਿਲੀ ਮੈਂ ਤਾਂ ਕਹਿੰਦਾ ਬਿਆਨਾ ਬੁਨਾ ਕਰ ਲੈ ਉਹਨਾਂ ਨਾਲ ਲੋਕਾਂ ਨਾਲ, ਲੈ ਦੱਸ ਉਹ ਪਹਿਲੀ ਕਿਉਂ ਕਰ ਲੈ ਤੂੰ, ਜਦੋਂ ਜੇ ਹਾਰ ਗਏ ਤਾਂ ਦੀ ਗੱਲ ਹੈ, ਨਹੀਂ ਤਾਂ ਫਿਰ ਕੋਈ ਗੱਲ ਨਹੀਂ, ਵੈਸੇ ਆ ਵੀ ਪੈਸਾ ਟੱਕਾ ਤਾਂ ਫਿਰ ਮਾੜਾ ਮੋਟਾ ਖਰਚਣਾ ਹੀ ਪਊਗਾ, ਹੁਣ ਐਂ ਕਿਹੜਾ ਹੁਣ 4 ਬੰਦੇ ਆ ਕੇ ਬਹਿ ਗਏ ਮੇਰੇ ਨਾਲ ਕਿ ਉਹਨਾਂ ਨੂੰ ਚਾਹ ਨਹੀਂ ਪਿਉਣੀ, ਕਿ ਉਹਨਾਂ ਨੂੰ ਖੁਸ਼ ਖਵਾਉਣਾ ਨਹੀਂ, ਨਾ ਖਵਾ ਖਵਾ, ਮੈਂ ਤਾਂ ਕਹਿੰਦਾ ਡੱਬੇ ਲੈ ਕੇ ਧਰ ਲਾ, ਬਸ ਚੰਗਾ ਰਹੇਗਾ ਤੂੰ, ਡੱਬੇ ਤਾਂ ਡੱਬੇ ਡੱਬੇ ਧਾਰਾ, ਮਠਿਆਈਆਂ ਦੇ ਡੱਬੇ ਧਰ ਲਾ ਲਿਆ ਕੇ, ਹੁਣ ਤੂੰ ਐਂ ਕਰ, ਨਾ ਤਾਂ ਮੈਨੂੰ ਘੁੱਟ ਚਾਹ ਦੀ ਬਣਾ ਤੇ ਨਾਲੇ 2 ਪਰੌਂਠੇ ਲਾ ਦੀ ਨਾਲ, ਨਾ ਪ੍ਰਧਾਨ ਨੇ ਨਹੀਂ ਖਵਾਏ ਤੈਨੂੰ ਆਲੂ ਵਾਲੇ, ਉਹ ਪ੍ਰਧਾਨ ਤੜਕੀ ਕਿੱਥੋਂ ਖਵਾ ਦੂ ਭਰਾ, ਨਾਲੇ ਅਗਲਾ ਭਰਾ ਉਹਨਾਂ ਦੇ ਘਰੇ ਖਾਂਦਾ ਮੈਂ ਚੰਗਾ ਲੱਗਦਾ ਸੀ, ਸੱਚੀ ਗੱਲ ਹੈ ਪ੍ਰਧਾਨ ਤਾਂ ਆਪ ਹੀ ਨਹੀਂ ਘਰੋਂ ਫੁਲਕੇ ਮਿਲਦੇ, ਤੇਰੇ ਵਰਗੇ ਨੂੰ ਕਿੱਥੋਂ ਖਵਾ ਦੂਗਾ ਉਹ, ਚੱਲ ਤੂੰ ਤਾਂ ਖਵਾ ਦੇ, ਹੁਣ ਐਂ ਕਰ ਇਹ ਗੱਲ ਕਰ, ਚਾਹ ਬਣਾ ਲੈ ਤੇ 2 ਪਰੌਂਠੇ ਬਣਾ ਲੈ, ਤੇ ਰਹੀ ਗੱਲ ਜਿਹੜੀ ਜਿੱਤ ਹਾਰਨ ਦੀ ਉਹ ਆਪੇ ਜਿੱਤ ਜੂ ਮੈਂ ਬਥੇਰਾ, ਮੈਨੂੰ ਭਰੋਸਾ ਹੈ, ਹੁਣ ਤੈਨੂੰ ਆਹ ਜਿਹੜਾ ਪ੍ਰਧਾਨ ਹੈ ਨਾ ਤੈਨੂੰ ਇਹ ਵੀ ਰੁਪਈਏ ਦੇਊ, ਪਿੰਡ ਦੇ ਹੋਰ ਵੀ ਸਰਪੰਚ ਰੁਪਈਏ ਪਾ ਦੇਣਗੇ ਤੇਰੀ ਜੇਬ 'ਚ, ਵੀ ਤੂੰ ਲਾਈ ਚੱਲ, ਬਥੇਰੇ ਤਾਂ ਹੀ ਤਾਂ ਕਹਿੰਦਾ, ਦੇਖ ਲੈ ਕਿਵੇਂ ਫੜਾ ਮਾਰਦਾ ਲੋਕਾਂ ਦੇ ਸਿਰ ਤੇ, ਬਥੇਰੇ ਬਥੇਰੇ ਕਰਦਾ, ਜਦੋਂ ਨਾ ਬਹਿ ਕੇ ਤੇਰੇ ਗਲ ਤੇ ਰੁਪਈਏ ਲੈਣ ਦੇ ਬਾਰੇ ਤੂੰ ਹਾਰ ਗਿਆ ਨਾ, ਫੇਰ ਪਤਾ ਲੱਗੂ ਤੈਨੂੰ, ਮੈਂ ਫੇਰ ਪੁੱਛੂ, ਕਮਾਲ ਦੀ ਗੱਲ ਹੈ, ਉਹ ਇਹ ਆਪਣਾ ਚੰਨੀ ਪ੍ਰਧਾਨ ਇਹ ਐਮਐਲਏ ਬਣ ਨੂੰ ਫਿਰਦਾ, ਜਦੋਂ ਐਮਐਲਏ ਬਣ ਗਿਆ ਫਿਰ ਤਾਂ ਰੁਪਈਏ ਇਕੱਠੇ ਹੋ ਜਾਣਗੇ ਆਸੇ ਪਾਸਿਆਂ ਤੋਂ ਹੀ, ਜਿਹੜਾ ਚੰਨੀ ਪ੍ਰਧਾਨ ਆ ਨਾ ਉਹ ਬਹੁਤ ਡੂੰਘਾ ਬੰਦਾ, ਹਾਂ ਮੈਂ ਤਾਂ ਉਹਦੀਆਂ ਜੜਾਂ ਨੂੰ ਜਾਣਦੀ ਆ, ਕਿਹੋ ਜਿਹਾ ਬੰਦਾ ਉਹ, ਤੈਨੂੰ ਮਰਵਾ ਕੇ ਧਰ ਦੋ ਤੂੰ ਜਾਣ ਦੇ, ਜਦੋਂ ਤੂੰ ਜਾਣਦੀ ਆ ਨਾਲ ਤੂੰ ਦੂਜੇ ਪਾਸੇ ਵੀ ਜਾਣ ਵੀ ਉਹ ਬੰਦੇ ਦੀ ਵੈਲੂ ਵੀ ਕਿੱਡੀ ਹੈ, ਦੁਨੀਆ ਥਰ ਥਰ ਕੰਬਦੀ ਹੈ, ਜਿਹੜੇ ਤੁਹਾਨੂੰ ਰੁਪਈਏ ਮਿਲਣਗੇ ਨਾ ਰੁਪਈਏ ਆ ਲੋਕਾਂ ਦੀ ਤੇਰੀ 2 ਖੁੱਡਾਂ ਤੇ ਅੱਖ ਹੈ, ਤੈਥੋਂ ਇਹ ਖੋਹੇ ਜਾਣਗੇ, ਜਾਣ ਦੇ ਤੂੰ, ਮੈਂ ਤਾਂ ਇਹ ਕਹਿੰਦੀ ਆ ਜੇ ਤੂੰ ਚੰਗਾ ਚਾਹੁੰਦਾ ਨਾ ਆਪਾਂ ਕੁੜੀ ਨੂੰ ਵਿਆਹ ਕੇ ਤੋਰ ਦੋ, ਉਹ ਕੁੜੀ ਨੂੰ ਵਿਆਹ ਦੇਵਾਂਗੇ, ਕੋਈ ਨਹੀਂ ਕੁੜੀ ਦਾ ਫਿਕਰ ਨਾ ਕਰਿਆ ਕਰ, ਤੂੰ ਕੁੜੀ ਨੂੰ ਵਿਆਹ ਦੂੰ ਮੈਂ ਬਥੇਰਾ, ਮੇਰੀ ਨਿਗਾਹ 'ਚ ਹੀ ਹੈ, ਆਹੋ ਆਹੋ ਭਾਈ ਤੂੰ ਤਾਂ ਸਭ ਕੁਛ ਹੀ ਕਰ ਲੇਗਾ, ਤੈਂ ਨਾਲੇ ਮੇਰੀ ਕਦੋਂ ਮੰਨਣੀ ਹੈ, ਉਹ ਮੰਨਣ ਨੂੰ ਮੈਂ ਕਦੋਂ ਨਹੀਂ ਮੰਨਦਾ, ਮੈਂ ਤਾਂ ਤੇਰੀਆਂ ਹੀ ਮੰਨਦਾ ਆਇਆ, ਪਰ ਹੁਣ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਮੈਂ ਸਰਪੰਚ ਬਣ ਕੇ ਦੇਖਣਾ ਹੀ ਹੈ, ਤੇ ਨਾਲੇ ਜਦੋਂ ਚੰਗਾ ਮਾਲ ਚੋਖਾ ਮਿਲਦਾ ਗਰਾਂਟਾ ਗਰੂੰਟਾ ਸਭ ਹੜੱਪ ਕਰ ਲਿਆ ਕਰਾਂਗੇ, ਨਹੀਂ ਸਮਝ, ਗੱਲ ਸਹੀ ਹੈ, ਜ਼ਮੀਨ ਜਾਇਦਾਦ ਖੁੱਲੀ ਬਣਾ ਲੇਗਾ ਤੂੰ, ਹੋਰ ਹੁਣ ਦੇਖੀ ਤਾਂ ਸਹੀ, ਤੈਥੋਂ ਪੇਟੀ ਭਰ ਜਾ ਕਰੋ ਰੁਪਈਆਂ ਦੀ, ਦੇਖ ਲਾ ਮੈਨੂੰ ਤਾਂ ਲੱਗਦਾ ਵੀ ਤੇਰੇ ਸੁਪਨੇ ਕਿਤੇ ਅਧੂਰੇ ਨਾ ਰਹਿ ਗਏ ਵਿਚਾਰਿਆ, ਮੇਰਿਆ ਉਹ ਤੂੰ ਮੈਨੂੰ ਜਨਾਨੀ ਤਾਂ ਚੱਜਦੀ ਦੇ ਦਿੰਦਾ, ਜਿਹੜੀ ਕਹਿੰਦੀ ਵੀ ਹਾਂ ਠੀਕ ਹੈ, ਇਹਨੇ ਤਾਂ ਕਦੇ ਕਿਹਾ ਹੀ ਨਹੀਂ, ਮੈਨੂੰ ਤਾਂ ਐਸੀ ਮਹਾ ਮੈਂ ਚਾਹ ਚੂ ਪੀ ਲੂ, ਪਰ ਦੀਂਦੀ ਨਹੀਂ ਇਹ ਖਵਾਉਂਦੀ ਮੈਨੂੰ ਤਾਂ, ਮੇਰੀ ਗੱਲ ਸੁਣ ਲਾ, ਹਾਂ ਖਵਾ ਦੇ ਉਡਾ ਦੇ ਸਭ ਕੁਛ ਉਡਾ ਦੇ, ਮੈਂ ਤਾਂ ਕਹਿੰਦਾ ਜ਼ਮੀਨ ਦਾ ਪਹਿਲੀ ਅੱਗ ਲੱਗ ਲਾ ਦੇ ਤੂੰ, ਪਰ ਇੱਕ ਗੱਲ ਹੋਰ ਇਹ ਖਾਣ ਪੀਣਗੇ ਤੇਰੇ ਕੰਨੀ, ਵੋਟਾਂ ਉੱਧਰ ਹੀ ਜਾਣਗੀਆਂ ਸਰਪੰਚੀ ਦੀਆਂ, ਜੇ ਮੇਰੇ ਕੰਨੀ ਖਾਣ ਪੀਣਗੇ ਤਾਂ ਮੈਨੂੰ ਵੋਟਾਂ ਵੀ ਪਾਉਣਗੇ, ਹੁਣ ਤੈਨੂੰ ਮੈਂ ਦੱਸਦਾ ਵੀ ਕੱਚ ਕੱਚ ਅੱਜ ਤਾਂ ਜਿੰਨੀ ਮਰਜ਼ੀ ਕਰ ਲੈ,
ਪਰ ਜੇ ਮੇਰੇ ਨਾਲ ਹੁਣ ਇਸ ਤੋਂ ਬਾਅਦ ਬੰਦੇ ਆਇਆ ਕਰਨਗੇ, ਜਦੋਂ ਬੰਦੇ ਆਏ ਮੇਰੇ ਨਾਲ 10 ਬੰਦੇ ਨੇ, ਤੈਂ ਨਿਗਾਹ ਮਾਰਨੀ ਵੀ 10 ਬੰਦਿਆਂ ਨੂੰ 10 ਕੱਪ ਚਾਹ ਦੇ ਚਾਹੀਦੇ ਆ, ਮੈਨੂੰ ਕਹਿਣਾ ਨਾ ਪਵੇ, ਉਹ ਤੇਰਾ ਫਰਜ਼ ਬਣਦਾ। ਸੋਡੇ ਖਾਤਰੀ ਕਰਦਾ ਇਹ ਸਿਆਪੇ, ਮੈਨੂੰ ਕੀ ਲੋੜ ਹੈ ਇਹ ਗੱਲਾਂ ਕਰਨ ਦੀ, ਜੇ ਸੁੱਖ ਦਾ ਸਾਹ ਆਊ ਤਾਂ ਇਹ ਨਾ 10 ਬੰਦਿਆਂ ਨਾਲ ਹੀ ਆਊ। ਆਹੋ ਭਾਈ, ਹੁਣ ਤੂੰ ਮੇਰੇ ਇਹ ਰੰਗ ਚ ਭੰਗ ਨਾ ਪਾ ਦੀ, ਮੇਰੇ ਨਾਲ ਬੰਦੇ 20 ਵੀ ਆ ਸਕਦੇ ਆ, 5 ਵੀ ਆ ਸਕਦੇ ਆ, ਤਾਂ ਚਾਹ ਮੈਂ ਤੇ ਬਿਨਾ ਕਹੇ ਤੋਂ ਬਣਾਉਣੀ ਆ ਉਹਨਾਂ ਨੂੰ, ਇੱਥੇ ਇੱਥੇ ਮੈਥੋਂ ਫਿਰ ਜੁੱਤੋ ਜੁੱਤੀ ਹੁੰਦੇ ਚੰਗੇ ਨਹੀਂ ਲੱਗਦੇ। ਆਹੋ, ਫਿਰ ਤਾਂ ਆਰਡਰ ਵੀ ਨਾ ਚੱਲੇ, ਬਿਨਾ ਆਰਡਰ ਤੋਂ ਚਾਹ ਤੇ ਕੋਲੇ ਹੋਣੀ ਚਾਹੀਦੀ। ਤੇਰਾ ਹੱਕ ਬਣਦਾ, ਬਾਕੀ ਮੇਰਾ ਕੰਮ ਹੈ, ਮੈਂ ਆਪੇ ਪ੍ਰਧਾਨ ਬਣ ਗਿਆ ਜਦੋਂ, ਫਿਰ ਤੂੰ ਦੇਖੀ ਕਿੰਨਾ ਕੁਛ ਹੋ ਜਾਊਗਾ। ਹਾਏ ਮੈਂ ਮਰ ਜਾ, ਨੀ ਇਹਨੂੰ ਕੰਜਰ ਨੂੰ ਕਿਨੇ ਮੱਤ ਦੇਤੀ ਵੀ ਤੂੰ ਪ੍ਰਧਾਨਗੀ ਝੁੱਠ ਖੜ, ਨਾਲੇ ਪਤਾ ਹੈ ਨਾਲੇ ਤੈਨੂੰ ਮਾਂਜ ਕੇ ਰੱਖ ਦੇਣਗੇ ਇਹ। ਐਵੇਂ ਮੈਂ ਕੱਲ ਨੂੰ ਹੱਥ ਨਹੀਂ ਮਾਰਦਾ ਵੀ, ਮਾੜਾ ਮੋਟਾ ਜਿਹੜੇ ਹੈਗੇ 2 ਖੁੱਡ ਮੈਂ ਆਪਦੇ ਰੱਖ ਲਾਂ। ਪ੍ਰਧਾਨਗੀ 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 ਦੀ ਹਵਾ ਦੇ ਵਿੱਚ ਹੀ ਤੁਰਿਆ ਫਿਰਦਾ। ਜੇ ਤੂੰ ਡਾਣੀ ਡਾਣੀ ਆ ਨਾ, ਲੋਕ ਪੱਤੇ ਪੱਤੇ ਫਿਰਦੇ ਨੇ, ਕੀ ਜਾਣਦਾ ਤੂੰ ਨਾ ਲੋਕਾਂ ਦੀਆਂ ਚਾਲਾਂ ਨੂੰ। ਮੈਨੂੰ ਪਤਾ ਪਹਿਲਾਂ ਤੋਂ ਤੇਥੋਂ ਸਰਪੰਚ ਲੱਗਦਾ ਤੇਰੇ 'ਤੇ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਇਹਨੂੰ ਕੁੰਡੀ 'ਚ ਉਡਾ ਕੇ ਇਹਦੇ ਜਿਹੜੇ 2 ਖੁੱਡ ਨੇ ਇਹ ਬਕਿਆਦਾ, ਇਹ ਬਕਿਆਦਾ ਮਰ ਜਾਣਿਆ। ਤੂੰ ਤਾਂ ਫਿਰੇਗਾ ਕੌਲੇ ਕੱਸਦਾ, ਦੱਸ ਮਾਇਆ ਕਿੱਥੇ ਜਾਊ ਤੀਵੀਂ ਮਾਨੀ। ਮੈਨੂੰ ਤਾਂ ਗੁਰਦੁਆਰੇ ਰੋਟੀ ਖਾਂਦੇ ਨੂੰ ਵੀ ਸ਼ਰਮ ਆਇਆ ਕਰੂ। ਅਗਲਾ ਕਹਿੰਦਾ ਚੰਗੀ ਜ਼ਮੀਨ ਜਾਇਦਾਦ ਤੀ, ਆ ਪ੍ਰਧਾਨਗੀ ਪ੍ਰਧਾਨ ਦੀ ਹਵਾ ਦੇ ਵਿੱਚ ਉਹ ਖਵਾਤੀ ਵੀ ਤੀਵੀਂ ਨਹੀਂ ਕਦੇ ਸਮਝਾ ਸਕੀ। ਪਰ ਕਿਸੇ ਨੂੰ ਕੀ ਪਤਾ ਵੀ ਬੰਦਾ ਇਹ ਇੰਨਾ ਅੜਬੈਗਾ, ਐਵੇਂ ਫੋਕੇ ਮੁੱਛਾਂ ਨੂੰ ਵੱਟ ਦਿੰਦਾ ਰਹਿੰਦਾ ਹੈਗਾ। ਦੇਖਦੀ ਹਾਂ ਜੇ ਸਰਪੰਚ ਘਰੇ ਹੋਇਆ ਤਾਂ ਵੀ ਚੰਗੀ ਗੱਲ ਹੈ, ਮਿਲ ਜੇ ਫਿਰ ਤਾਂ ਮੈਂ ਚੌਰੇ ਦੀ ਇਹਦੀ ਸਾਰੀ ਕਰਤੂਤ ਦੱਸ ਕੇ ਆਊਗੀ। ਦੇਖਾਂ ਹੈਗਾ ਘਰੇ ਕਿ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਸਰਪੰਚ ਸਾਹਿਬ ਘਰੇ ਨੇ ਜੀ? ਹਾਂਜੀ ਹਾਂਜੀ। ਅੱਛਾ ਮੈਡਮ ਜੀ, ਗੰਮ ਸੀਗਾ ਸਾਨੂੰ ਉਹਦੇ ਤੱਕ। ਅੱਛਾ ਜੀ, ਹਾਂ ਚਲੋ ਕੋਈ ਗੱਲ ਨਹੀਂ, ਆ ਜਾਓ ਨੰਗੇ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜੀ। ਸਤਿ ਸ਼੍ਰੀ ਅਕਾਲ ਭਾਈ, ਬੇਬੇ ਕਿਵੇਂ ਆ? ਉਹ ਠੀਕ ਆ ਭਾਈ। ਬੇਬੇ ਕਿਹਨੂੰ ਕਿਹੜਾ ਮਾਰਿਆ? ਪੁੱਛਣਾ ਕਿਹੜਾ ਬੇਬੇ ਨੇ ਮਾਰਿਆ, ਕੀ ਮਾਰਿਆ, ਕੀ ਦੱਸਾਂ ਤੈਨੂੰ ਮੈਂ। ਸਾਡੇ ਤਾਂ ਨਾ ਰੋਟੀ ਛਡਾ ਰੱਖੀ ਆ ਇਸਨੇ, ਆ ਸਾਡੇ ਵਾਲੇ ਨੇ। ਕੀ ਗੱਲ ਹੋ ਗਈ ਬੇਬੇ ਜੀ? ਗੱਲ ਕੀ ਹੋਣੀ ਸੀ, ਆ ਕਹਿੰਦਾ ਮੈਂ ਪ੍ਰਧਾਨ ਜੀ ਚ ਉੱਠਣਾ ਹੈਗਾ, ਪ੍ਰਧਾਨਗੀ ਨੇ ਮਾਰ ਲਿਆ ਉਹ। ਬੇਬੇ ਜੇ ਹੁਣ ਤੈਨੂੰ ਮੈਂ ਗੱਲ ਕਹੂੰਗਾ ਤੈਨੂੰ ਲੱਗੂਗੀ ਕੌੜੀ, ਪਰ ਕਹਿਣੀ ਜ਼ਰੂਰ ਪਊਗੀ। ਇਹਦੀ ਗੱਲ ਤਾਂ ਇਹ ਹੈ, ਦੇਖੋ ਉਹਨੂੰ ਆਪ ਨੂੰ ਸੋਚਣਾ ਚਾਹੀਦਾ ਵੀ ਮੇਰੇ ਘਰੇ ਮਟਿਆਰ ਤੇ ਹੀ ਆ, ਮੈਨੂੰ ਲੱਗਦਾ ਉਹ ਸਗਨ ਵੀ ਪਾਇਆ ਵਾ ਕੁੜੀ ਦਾ ਛੋਟੀ ਦਾ, ਹੈ ਨਾ? ਹਾਂ ਹਾਂ, ਹੋ ਗਿਆ ਬਾਈ ਸਗਨ ਤਾਂ ਉਹਦਾ। ਵੀ ਜਿਹੜੀ ਗੱਲ ਉਹਨੇ ਸੋਚਣੀ ਇਹ ਸੋਚੇ ਵੀ ਮੈਂ ਕੱਲ ਨੂੰ ਉਹਦਾ ਵਿਆਹ ਕਰਨਾ ਗਾ, ਉਹਦੇ ਬਾਰੇ ਸੋਚੇ, ਉਹਨੇ ਪ੍ਰਧਾਨਗੀ ਤਾਂ ਲੈਣੇ ਦੇਣਾ ਕੀ ਆ? ਉਹ ਤਾਂ ਭਾਈ ਕੋਈ ਨਹੀਂ ਸੋਚਦਾ, ਬਥੇਰਾ ਸਮਝਾ ਥੱਕੀਆਂ ਮੈਂ ਉਸਨੂੰ, ਮੇਰੀ ਤਾਂ ਨਾ ਇੱਕ ਕਰਕੇ ਨਹੀਂ ਸੁਣਦਾ, ਰੋਜ਼ ਕਲੇਸ਼ ਹੁੰਦਾ ਸਾਡੇ ਘਰੇ, ਰੋਜ਼ ਕਲੇਸ਼ ਨਹੀਂ ਹੁੰਦਾ, ਕੀ ਕਰੀਏ। ਮਾੜਾ ਮੋਟਾ ਭਾਈ ਤੂੰ ਸਮਝਾ ਦੇ ਉਸਨੂੰ, ਮੈਨੂੰ ਤੇਰੀ ਗੱਲ ਦਾ ਚਰਨਾ ਸਿਆ ਭੋਰਾ ਵੀ ਗੁੱਸਾ ਨਹੀਂ। ਓਹੋ, ਗੁੱਸੇ ਦੀ ਗੱਲ ਕੀ, ਉਹ ਮੇਰੇ ਨਾਲ ਤਾਂ ਭੋਰਾ ਵੀ ਨਹੀਂ, ਉਹ ਕਰਕੇ ਰਾਜੀ, ਉਹ ਤਾਂ ਉਹ ਚੰਨੀ ਸਰਦਾਰ ਆ, ਉਹਦੇ ਨਾਲ ਇਹਦਾ 24 ਘੰਟੇ ਉਸੇ ਦੇ ਬਣੇ ਰਹਿੰਦਾ। ਜੇ ਉਹਨੂੰ ਮੈਂ ਗੱਲ ਕਹੂੰਗਾ ਨਾ ਉਹਨੂੰ ਤਾਂ ਉਹ ਨਹੀਂ ਜਾਣ ਕੇ ਕਹਿੰਦਾ ਵੀ ਮੈਨੂੰ ਇਹ ਬਣਨ ਨਹੀਂ ਦਿੰਦਾ, ਤਾਂ ਉਲਟਾ ਸੋਚਦਾ ਗਾ। ਬਾਈ ਮੇਰੀ ਗੱਲ ਸੁਣ ਲੈ, ਚੱਲ ਹੈਗਾ ਤਾਂ ਤੂੰ ਭਾਈ ਸਰਪੰਚ, ਚੱਲ ਮੈਨੂੰ ਇੰਨਾ ਤਾਂ ਤੇਰੇ ਮੂਹਰੇ ਬੋਲਣਾ ਵੀ ਨਹੀਂ ਚਾਹੀਦਾ, ਪਰ ਇੱਕ ਗੱਲ ਆ, ਆ ਜਿਹੜਾ ਚੰਨੀ ਚੁੰਨੀ ਆ ਨਾ ਇਹਨੂੰ ਜਮਾ ਖੂੰਜੇ ਲਾ ਕੇ ਰੱਖੂਗਾ, ਐਨ ਮਾਂਜ ਦੂ ਇਹਨੂੰ, ਨਾਲੇ ਪਛਤਾਊਗਾ ਵੇਲੇ ਨੂੰ। ਮੈਂ ਇਹਨਾਂ ਗੱਲਾਂ ਤੋਂ ਡਰਦੀ ਹਾਂ। ਬੇਬੇ ਗੱਲ ਸੁਣ, ਉਹਨੂੰ ਇਹਦਾ ਪਤਾ ਨੀਗਾ, ਚੱਲ ਤੂੰ ਅੱਜ ਆ ਗਈ, ਸੋਚਿਆ ਤਾਂ ਮੈਂ ਵੀ ਕਈ ਵਾਰੀ ਵੀ ਤੇਰੇ ਕੋਲ ਘਰੇ ਜਾ ਕੇ ਆਵਾਂ, ਫਿਰ ਮੈਂ ਐਂ ਚੁੱਪ ਕਰ ਦੇਣਾ, ਅਗਲਾ ਕਹਿੰਦਾ ਖਣੀ ਸਰਪੰਚ। ਹਾਂ ਹਾਂ ਬਾਈ, ਅਗਲਾ ਕਹਿੰਦਾ ਪਤਾ ਨਹੀਂ ਜਾਣ ਕੇ ਕਹਿੰਦਾ। ਨਾ ਨਾ ਬਾਈ ਦੇਖ, ਆਪਣਾ ਤਾਂ ਪਹਿਲੇ ਦਿਨ ਉਹ ਘਰ ਬਣਿਆਗਾ, ਤੈਨੂੰ ਪਤਾ ਹੀ ਹੈਗਾ ਹੈ ਤੇਰੀ ਮਾਂ ਸਾਡੇ ਨਾਲ ਕਿੰਨਾ ਵਰਤਦੀ ਰਹਿੰਦੀ ਸੀ। ਦੇਖ ਆਪਾਂ ਇੱਕ ਵੱਟ ਦੇ ਸਿਰੀ ਤੇ
ਤੈਨੂੰ ਮੈਂ ਦੱਸਾਂ, ਨਾਲੇ ਮੈਂ ਤੇਰਾ ਗੁੱਸਾ ਚੜਨਾ ਸਹਿ ਕਾਹਤੋਂ ਕਰੂੰਗੀ। ਬੇਬੇ ਜਦੋਂ ਤੂੰ ਆਹ ਗੱਲਾਂ ਸੋਚ ਰਹੀ ਆ, ਇਹ ਗੱਲਾਂ ਫਿਰ ਉਹਨੂੰ ਵੀ ਸੋਚਣੇ ਚਾਹੀਦੀਆਂ ਆ। ਨਾ ਨਾ ਨਾ, ਉਹ ਕੋਈ ਸੋਚਦਾ ਨਹੀਂ, ਉਹ ਤਾਂ ਮੁੱਛਾਂ ਨੂੰ ਪੱਟ ਦੇ ਕੇ ਚੜ ਕੇ ਨਿਕਲ ਜਾਂਦਾ ਘਰੋਂ। ਹਾਲੇ ਮੈਨੂੰ ਬੋਲਦਾ ਕਹਿੰਦਾ ਮੇਰੇ ਨਾਲ 20 ਬੰਦੇ ਹੋਣ, 10 ਹੋਣ, ਉਹਨਾਂ ਦੀ ਚਾਹ ਤੇ ਰੋਟੀ ਮੈਨੂੰ ਕਹਿਣਾ ਨਾ ਪਵੇ, ਆਉਣੀ ਚਾਹੀਦੀ ਹੈ ਮੇਰੇ ਕੋਲੇ। ਦੇਖ ਲੈ ਮੈਨੂੰ ਨੌਕਰਾਂ ਨਹੀਂ ਲਾਉਂਦਾ ਹੈਗਾ ਉਹਨਾਂ ਦੀ, ਜਿੱਤੂ ਪਤਾ ਨਹੀਂ ਹਾਰੂਗਾ। ਓਹੋ ਬੇਬੇ, ਉਹ ਗੱਲਾਂ ਦਾ ਟਾਈਮ ਪਿਆ ਹੈਗਾ ਜਿੱਤਣ ਹਾਰ ਦਾ, ਜਦੋਂ ਹੁਣ ਇਹਨਾਂ ਇੰਨਾ ਖਰਚੇ ਕਰਨ ਲੱਗ ਗਿਆ ਫਿਰ ਇਹਨਾਂ ਗੱਲਾਂ ਦਾ ਕੀ ਫਾਇਦਾ ਹੈਗਾ। ਉਹ ਬਾਈ, ਆ ਜਿਹੜੇ 2 ਖੁੱਡ ਨੇ ਲੋਕਾਂ ਦੇ, ਉਹ 2 ਖੁੱਡਾਂ ਤੇ ਅੱਕ ਹੈ ਕਿਉਂ ਨਾ ਭੈਣ ਜੀ? ਹਾਂਜੀ ਸਹੀ ਗੱਲ ਹੈ ਤੁਹਾਡੀ। ਸਾਡੇ ਤਾਂ ਉਹ ਬਕਿਆ ਕੇ ਰੱਖ ਦੇਣਗੇ, ਇਹਦੀਆਂ ਵੋਟਾਂ ਵੋਟਾਂ ਰਹਿ ਜਾਣਗੀਆਂ। ਆ ਮੈਂ ਆਪਦੀ ਕੁੜੀ ਦਾ ਕਾਹਦੇ ਨਾਲ ਵਿਆਹ ਕਰੂੰਗੀ? ਤੂੰ ਵੀ ਭਾਈ ਚਰਨਾ ਸਿਆ ਸਿਆਣਾ ਆਪ। ਤੇਰੀ ਗੱਲ ਤਾਂ ਸਹੀ ਆ, ਜਿਹੜੀ ਜਿਵੇਂ ਤੂੰ ਗੱਲਾਂ ਸੋਚੀ ਜਾਂਦੀ ਆ ਇਹੀ ਗੱਲਾਂ ਕਿਤੇ ਉਹਨੇ ਸੋਚੀਆਂ ਹੁੰਦੀਆਂ, ਤੁਹਾਡੇ ਕਦੇ ਕਲੇਸ਼ ਨਹੀਂ ਪੈਂਦਾ ਸੀਗਾ। ਸਹੀ ਗੱਲ ਹੈ ਨਾ? ਇਹ ਤਾਂ ਗੱਲ ਤੇਰੀ ਸਹੀ ਹੈ ਭਾਈ, ਜਿਹੜੀ ਗੱਲਾਂ ਤੂੰ ਸੋਚੀ ਜਾਂਦੀ ਆ ਇਹੀ ਗੱਲਾਂ ਉਹਨੂੰ ਸੋਚਣੀਆਂ ਚਾਹੀਦੀਆਂ ਸੀਗੀਆਂ। ਸੋਚਦਾ ਨਹੀਂ, ਉਹ ਤਾਂ ਮੇਰੀ ਇੱਕ ਨਹੀਂ ਸੁਣਦਾ, ਉਹ ਤਾਂ ਤੜਕੇ ਚੰਗੀ ਬੰਨ ਲੂ ਪੋਚਵੀਂ ਪੱਗ ਮੁੱਛਾਂ ਨੂੰ ਦੇ ਕੇ ਬੱਟ। ਮੈਂ ਪ੍ਰਧਾਨ ਕੋਲੇ ਚੱਲਿਆ, ਮੈਂ ਪ੍ਰਧਾਨਗੀ ਲੈਣੀ ਆ, ਪ੍ਰਧਾਨਗੀ ਲੈਣੀ ਆ, ਵੀ ਅੱਗ ਲੱਗੇ ਸੀ ਜੀ ਪ੍ਰਧਾਨਗੀ, ਕੀ ਇਹ ਪ੍ਰਧਾਨਗੀ ਆਪਾਂ ਨੂੰ ਤਾਰਨਗੀਆਂ? ਇਹ ਪ੍ਰਧਾਨਗੀ ਦਾ ਪ੍ਰਧਾਨਗੀ ਨਾ, ਜਦੋਂ ਮੇਰੀ ਇੱਕ ਗੱਲ ਯਾਦ ਰੱਖੀ, ਪੱਟਾਂ ਤੇ ਹੱਥ ਹੱਥ ਮਾਰੂ ਉਹ ਬੰਦਾ, ਉਹਨੂੰ ਕਿਸੇ ਉਹ ਚੰਨੀ ਸਰਦਾਰ ਆ ਨਾ ਕਿਸੇ ਇਹੋ ਜਿਹੇ ਕੰਮ 'ਚ ਡਾਊਗਾ ਤੇ ਮੁੜ ਕੇ ਸਾਰੇ ਬੰਦੇ ਨਿਕਲ ਜਾਣ। ਉਹ ਬਾਈ, ਹੋਰ ਮੈਂ ਤੇਰੇ ਕੋਲੋਂ ਕੀ ਕਹਿ ਕੇ ਹਟੀਆਂ? ਮੈਂ ਤਾਂ ਚੰਨੀ ਦੀਆਂ ਰਾਗ ਰਾਗ ਜਾਣਦੀਆਂ, ਕਿੱਥੇ ਫਿਰਦਾ ਚੰਨੀ, ਮੈਂ ਤਾਂ ਉਹਦਾ ਡੂੰਘਾ ਜੜਾਂ 'ਚ ਬੈਠੀਆਂ, ਜੜਾਂ 'ਚ। ਇਹੀ ਜਿਹੀ ਕਿਹੜੀ ਗੱਲ ਆ? ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਹਾਂ ਵੀ ਉਹ ਜਮਾਂ ਮਰਵਾ ਦੂ, ਜਮਾਂ ਮਰਵਾ ਦੂ ਚੰਨੀ ਸਾਨੂੰ। ਤੂੰ ਹਾੜੇ ਹੱਥ ਬਣਾ ਲੈ ਭਾਈ, ਮੈਂ ਤਾਂ ਤੇਰੇ ਕੋਲੇ ਸਿਫਾਰਸ ਲੈ ਕੇ ਆਈ ਹਾਂ, ਮੇਰਾ ਪੁੱਤ ਬਣ ਕੇ ਉਹਨੂੰ ਕਿਸੇ ਨਾ ਕਿਸੇ ਤੂੰ ਢੱਬ ਤੇ ਲਾ। ਚਲ ਬੇਬੇ, ਤੂੰ ਮੇਰੇ ਕੋਲੇ ਆਈ ਗਈ, ਤੇਰਾ ਮੈਂ ਉਹਦਾ ਮਾਣ ਤਾਂ ਰੱਖੂੰਗਾ, ਪਰ ਮੈਂ ਉਹਨੂੰ ਬੁਲਾਊਂਗਾ ਦੇ ਕੋਲੇ, ਬੁਲਾ ਕੇ ਕਿਹੜਾ ਸਮਝਾਊਂਗਾ, ਜੇ ਸਮਝਣਾ ਹੋਇਆ ਤਾਂ ਸਮਝ ਜਾਊਗਾ। ਉਹ ਤਾਂ ਗੱਲ ਤੇਰੀ ਠੀਕ ਹੈ ਭਾਈ, ਪਰ ਤੂੰ ਵੀ ਸਿਆਣਾ ਚਰਨਾ ਸਿਆ, ਦੇਖ ਇਹਨਾਂ ਵੋਟਾਂ ਵੋਟਾਂ 'ਚ ਕੀ ਰੱਖਿਆ ਭਾਈ। ਦੇਖ ਤੂੰ ਤਾਂ ਚੱਲ ਭਾਈ ਆਪਦੇ ਦਮ 'ਤੇ ਜਿੱਤਿਆ, ਦੇਖ 2-3 ਵਾਰੀ ਤੂੰ ਆਪਦੀ ਸਰਪੰਚ ਹੀ ਲੈ ਗਿਆ, ਤੇਰੇ 'ਚ ਭਾਈ 2 ਖੁੱਡ ਮਰਦੇ ਸੀ ਜ਼ਮੀਨ ਦੇ, ਹੈਗੇ ਸੀ, ਤੂੰ ਆਪਦੇ ਜ਼ੋਰ 'ਤੇ ਜਿੱਤ ਗਿਆ। ਬੇਬੇ ਜ਼ੋਰ 'ਤੇ ਵੀ ਜਿੱਤ ਗਿਆ, ਮੈਂ ਬਾਕੀ ਸਿਰਫ ਪੈਸਾ ਹੀ ਲਾਇਆ, ਮੈਂ ਤਾਂ ਆਪਦੇ ਕੰਮ ਦੇ ਜ਼ੋਰ 'ਤੇ ਜਿੱਤਦਾ ਨਾ। ਫਿਰ ਉਹੀ ਤਾਂ ਗੱਲ ਹੈ, ਇਹ ਤਾਂ ਰਹਿ ਗਿਆ ਮੁੱਛਾਂ 'ਤੇ ਹੱਥ ਫੇਰਨ ਜੋਗਰਾ, ਇਹਨੇ ਪਿੰਡ ਦਾ ਕੀ ਕਰਵਾਇਆ ਗਾ ਬਾਈ? ਬੇਬੇ ਮੁੱਛਾਂ 'ਤੇ ਹੱਥ ਮਾਰ ਕੇ ਜੇ ਮੈਂ ਸਾਰਾ ਦਿਨ ਐਵੇਂ ਐਂ ਕਰੀ ਜਾਊਂਗਾ ਨਾ, ਬੰਦਾ ਐਂ ਨਹੀਂ ਜਿੱਤਣ ਦਾ, ਪਿੰਡ 'ਚ ਪਹਿਲਾਂ ਕੰਮ ਕਰਨੇ ਪੈਂਦੇ ਆ। ਪਹਿਲੀ ਗੱਲ ਜਿੱਤਣ ਦੀ ਤਾਂ ਗੱਲ ਦੂਰ ਰਹੀ, ਜਿਹੜੇ ਬੰਦੇ ਨਾਲ ਇਹ ਰਹਿੰਦਾ ਉਹਨੂੰ ਤਾਂ ਵੋਟ ਪਿੰਡ 'ਚ ਕੋਈ ਉਹ ਨਹੀਂ ਪਾਉਂਦਾ, ਇਹਨੂੰ ਵੋਟ ਕਿੱਥੋਂ ਪਾ ਦੋਗਾ? ਦੇਖ ਲੈ ਕਿਤੇ ਨੇ। ਨਾ ਨਾ ਨਾ, ਤੂੰ ਉਹੀ ਤਾਂ ਕਹਿੰਦੇ ਆ, ਆ ਜਿਹੜੀਆਂ ਮੁੱਛਾਂ ਅੱਜ ਕੁੰਡੀਆਂ ਕਰਦਾ ਨਾ, ਇਹ ਕੱਲ ਨੂੰ ਡਿੱਗ ਵੀ ਪੈਣਗੀਆਂ, ਤੂੰ ਦੇਖੀ ਸਹੀ ਇਹਦੇ ਨਾਲ ਕੀ ਬਣਦੀ ਆ। ਦੇਖ ਚਰਨਾ ਸਿਆ, ਚੰਗਾ ਹੋਵੇ ਮਾੜਾ ਹੋਵੇ ਭਾਈ, ਕੋਈ ਗੱਲਬਾਤ ਤੈਨੂੰ ਪਤਾ ਹੀ ਆ, ਵੋਟਾਂ ਦਾ ਮਸਲਾ ਹੁੰਦਾ ਭੈਣ ਜੀ, ਬਿਲਕੁਲ ਸਹੀ ਗੱਲ ਹੈ ਜੀ, ਪਤਾ ਨਾ ਵੀ 100 ਉੱਥੇ ਕੋਈ ਗੜਬੜ ਹੋ ਸਕਦੀ ਆ, ਜੇ ਕੋਈ ਕਿਸੇ ਸੱਟ ਫੇਟ ਹੋ ਜਾਂਦੀ ਆ ਭਾਈ, ਮੈਨੂੰ ਨਾ ਕਿਤੇ ਵਿੱਚ ਮਰਵਾ ਦਿਓ। ਦੇਖ ਤੂੰ ਜ਼ਿੰਮੇਵਾਰ ਆ ਮੇਰਾ ਤਾਂ, ਲੈ ਬੇਬੇ ਉਹ ਤਾਂ ਮੇਰੀ ਨਹੀਂ ਮੰਨਦਾ, ਉਹ ਕੋਈ ਗੱਲ ਨਹੀਂ, ਕਮਾਣ ਤੁਸੀਂ ਕਸੋ ਸਮਾਰ ਕੇ, ਐ ਨਹੀਂ ਲੋਟ ਆਉਂਦਾ ਚੰਨੀ। ਉਹੀ ਤਾਂ ਹੀ ਤਾਂ ਮੈਂ ਹੁਣ ਆਈ ਆ ਤੁਹਾਡੇ ਕੋਲੇ, ਉਹਨੂੰ ਕਹਿ ਵੀ ਨਾ ਦਿਓ ਕਿਤੇ, ਠੀਕ ਹੈ ਵੀ ਮੇਰੇ ਕੋਲ ਚਾਚੀ ਆ ਕੇ ਗਈ ਆ। ਚੱਲ ਕੋਈ ਗੱਲ ਨਹੀਂ, ਮੈਂ ਉਹਦੇ ਨਾਲ ਸਾਹਿਬ ਜੀ ਨਾਲ ਗੱਲ ਕਰ ਲੂੰਗਾ, ਕੋਈ ਗੱਲ ਨਹੀਂ, ਕਰ ਲੂੰਗਾ, ਭੇਜ ਗਿਆ ਨਾ ਕੋਈ ਬੰਦਾ, ਮੈਂ ਕਦੇ ਬੁਲਾ ਕੇ ਨਾ ਉਹਨੂੰ ਪਿਆਰ ਨਾਲ ਸਮਝਾਊਂਗਾ, ਜੇ ਬੰਦਾ ਸਮਝਣ ਵਾਲਾ ਹੋਇਆ ਤਾਂ ਜ਼ਰੂਰ ਸਮਝ ਜਾਊਗਾ, ਨਹੀਂ ਭਾਈ ਅੱਗੇ ਫਿਰ ਉਹਦੀ ਮਰਜ਼ੀ ਹੈ, ਕਹਿੰਦੇ ਹੁੰਦੇ ਆ ਫਿਰ ਆਊਗਾ ਕਿਹਦੇ ਨਾਲ, ਮੈਦਾਨ 'ਚ ਆ ਕੇ ਮੇਰੇ ਨਾਲ ਹੀ ਲੜੂਗਾ, ਕਹਾਂ ਇੱਧਰ ਮੈਂ ਖੜਾਂਗਾ, ਉੱਧਰ ਉਹ ਖੜਾ, ਉਹ ਤਾਂ 4 ਦਿਨਾਂ ਨੂੰ ਆਪ ਹੀ ਪਤਾ ਲੱਗ ਜਾਊਗਾ, ਪਹਿਣ ਦੇ ਵੋਟਾਂ ਵੀ ਕਿਹੜਾ ਜਿੱਥੇ ਤੱਕ। ਹਾਂ ਬਾਈ, ਮੈਂ ਤਾਂ ਤੈਨੂੰ ਇੱਕ ਗੱਲ, ਨਾਲੇ ਉਹਨੂੰ ਇਹ ਗੱਲ ਦਾ ਪਤਾ ਗਾ ਵੀ ਇਹ ਚਾਰਨਾ ਕਿਸੇ ਹਿਸਾਬ ਨਾਲ ਹਰਦਾ ਨਹੀਂ, ਨਾ ਹੀ ਅੱਜ ਤੱਕ ਕਿਸੇ ਤੋਂ ਹਰਾਇਆ ਗਿਆ ਤੇ ਨਾ ਹੀ ਕੋਈ ਹਰਾ ਸਕੇ, ਫੇਰ ਪਤਾ ਨਹੀਂ ਮੁੜ ਮੁੜ ਕਿਉਂ ਪੰਗੇ ਲੈਂਦੇ ਮੇਰੇ ਨਾਲ ਇਹ। ਚਰਨਾ ਸਿਆ, ਤੇਰੀ ਤਾਂ ਸਾਰੇ ਨਗਰ ਦੇ ਵਿੱਚ ਸਰਾਇਤਾ ਹੈ, ਤੂੰ ਪਿੰਡ ਦੇ ਇੰਨੇ ਸੋਹਣੇ ਸੋਹਣੇ ਕੰਮ ਕੀਤੇ, ਗਰੀਬ ਕੁੜੀਆਂ ਦੇ ਤੂੰ ਵਿਆਹ ਕਰਕੇ ਤੋਰੇ, ਦੱਸ ਤੈਨੂੰ ਵੋਟਾਂ ਕਿਵੇਂ ਨਾ ਪੈਣ? ਨਾਲੇ ਇਹਨੇ ਤਾਂ ਕਿਤੇ ਜਾਇਖਣ ਦੇ ਕੋਈ ਕੁੱਤੇ ਦੇ ਸੋਟੀ ਨਹੀਂ ਮਾਰੀ, ਹੈਂ ਤੈਂ ਐਡੇ ਐਡੇ ਉਹ ਕਰਤੇ ਹਾਜ਼ਮੇ ਕਰ ਗਿਆ ਤੂੰ।
ਫੁਕਰਾ ਬੰਦਾ ਤੈਨੂੰ ਵੀ ਪਹਿਲੇ ਤੋਂ ਹੀ ਪਤਾ ਹੋਊਗਾ ਚੱਲ ਭਾਈ ਵੀ ਇਹਨੂੰ ਮਾੜਾ ਮੋਟਾ ਪੰਪ ਪੁੰਪ ਦੇ ਕੇ ਮਾੜਾ ਮੋਟਾ ਮਿੱਠੀਆਂ ਗੋਲੀਆਂ ਦੇ ਕੇ ਤੂੰ ਇਹਨੂੰ ਟਕਿਆ ਦੇ ਮੈਂ ਤਾਂ ਤੈਨੂੰ ਇਹੀ ਕਹਿਣੀ ਆ ਭਾਈ ਇਹ ਆ ਹੋਛਾ ਇਹਦਾ ਕਵਾਰੀ ਕਹਿੰਦਾ ਲੈ ਮੈਨੂੰ ਪ੍ਰਧਾਨ ਕਹਿੰਦਾ ਨੀ ਉੱਥੇ ਜਾ ਕਰਨ ਦਾ ਮੈਂ ਤਾਂ ਸੱਚੀ ਇੰਨੀ ਸ਼ਰਮ ਆਉਂਦੀ ਆ ਵੀ ਮੈਂ ਤਾਂ ਲੈ ਕੋਈ ਨੀ ਕਿਸੇ ਤੋਂ ਪ੍ਰਧਾਨ ਪ੍ਰਧੂਨ ਕਹਾਉਂਦੀ ਹਾਂ ਇਹੋ ਜਿਹੇ ਫੋਕੇ ਪੈਂਟਰ ਆਪਾਂ ਨੂੰ ਮਰਵਾ ਦਿੰਦੇ ਨੇ ਪੁੱਛ ਨਾ ਭਾਈ ਦੋ ਟਾਈਮ ਕਲੇਸ਼ ਹੁੰਦਾ ਚਰਨਾ ਸਾਹਿਬ ਸਾਡੇ ਦੋ ਟਾਈਮ ਉਹ ਕੁੜੀ ਮੈਨੂੰ ਕਹਿ ਦਿੰਦੀ ਹੈ ਵੀ ਮਾਂ ਤੂੰ ਚੁੱਪ ਕਰ ਜਾ ਕਰ ਇਹ ਤਾਂ ਨਹੀਂ ਕਿਸੇ ਦੀ ਮੰਨਦਾ ਇਹ ਤਾਂ ਹਿੰਡ ਖੋਰ ਹੈਗਾ ਇਹਦੀ ਤਾਂ ਕਹਿੰਦੇ ਹੁੰਦੇ ਨੇ ਹਾਥੀ ਵਾਲੀ ਵਾਲੀ ਆ ਭਾਈ ਬੇਬੇ ਤਾਂ ਪਤਾ ਲੱਗਦਾ ਉਹਦਾ ਗੱਲ ਕਰ ਤੁਹਾਡੀ ਪੂਜਾ ਸਿਆਣੀ ਆ ਆਪ ਨੂੰ ਮੈਨੂੰ ਕਿਹੜਾ ਪਤਾ ਨੀਗਾ ਤਾਂ ਕੰਮ ਚੱਲੀ ਜਾਂਦਾ ਜੇ ਕਿਤੇ ਉਹ ਅੜਬ ਹੁੰਦੀ ਨਾ ਥੋੜਾ ਰੋਜ਼ ਕਲੇਸ਼ ਰਿਹਾ ਕਰਦਾ ਜਾਂ ਤਾਂ ਭਾਈ ਮੈਂ ਇੱਕ ਗੱਲ ਹੋਰ ਸੋਚੀ ਹੈ ਜੇ ਮੈਂ ਉਹਨੂੰ ਐਂ ਕਹਿੰਦਾ ਭਲਾ ਵੀ ਉਹਨਾਂ ਨੇ ਵਿਆਹ ਮੰਗ ਲਿਆ ਫਿਰ ਨੀ ਆਪਣੇ ਲੋਟ ਆ ਜੂਗੀ ਕਹਾਣੀ ਕਿਸੇ ਨਾ ਕਿਸੇ ਘੁੰਡੀ 'ਚ ਤੈਨੂੰ ਉਡਾਈ ਆਪਾਂ ਜਾਂ ਤਾਂ ਮੈਂ ਇਹ ਕਹਿੰਦੇ ਨੇ ਭਾਈ ਉਹਨੇ ਵਿਆਹ ਮੰਗ ਲਿਆ ਲੈ ਆਪਾਂ ਬੋਟਾ ਤੋਂ ਪਹਿਲਾਂ ਪਹਿਲਾਂ ਵਿਆਹ ਕਰਕੇ ਤੋਰ ਦਈਏ ਠੀਕ ਹੈ ਤੈਨੂੰ ਪਤਾ ਹੀ ਹੈ ਭਾਈ ਹੁਣ ਸਾਡੇ ਕੋਲ ਵੀ ਕੀ ਆ ਮਾੜਾ ਮੋਟਾ ਜ਼ਮੀਨ ਦੇ ਦੋ ਖੁੱਡ ਧਰਾਂਗੇ ਤਾਂ ਕੁੜੀ ਨੂੰ ਬਾਹਰੋਂ ਉਠਾਵਾਂਗੇ ਬੇਬੇ ਤੇਰੀ ਸੋਚ ਤਾਂ ਬਹੁਤ ਵਧੀਆ ਤੇਰੀ ਸੋਚ ਨੂੰ ਸਲਾਮ ਹੈ ਕੋਈ ਗੱਲ ਨਹੀਂ ਇੱਕ ਵਾਰੀ ਮੈਨੂੰ ਉਹਦੇ ਨਾਲ ਗੱਲ ਕਰ ਲੈਂਦੇ ਗੱਲ ਕਰਕੇ ਫਿਰ ਤੈਨੂੰ ਮੈਂ ਬਾਅਦ 'ਚ ਦੱਸੂੰਗਾ ਵੀ ਆਪਾਂ ਕੀ ਕਰਨਾ ਚੱਲ ਠੀਕ ਹੈ ਭਾਈ ਹੁਣ ਮੈਂ ਜਾਂਦੀ ਹਾਂ ਮੇਰੇ ਵੀ ਸੱਚੀ ਨਾ ਡੰਗਰ ਬੱਚਾ ਬੰਨਣ ਵਾਲੇ ਖੜੇ ਨੇ ਬੈਠੋ ਜੀ ਬੈਠੋ ਚਾਹ ਬਣਾਉਣੀ ਨਾ ਨਾ ਭੈਣ ਜੀ ਚਾਹ ਦੀ ਕਾਸੇ ਦੀ ਲੋੜ ਨਹੀਂ ਆ ਨਹੀਂ ਪਤਾ ਚੱਕ ਕੇ ਸੋਟੀ ਜੀ ਖੁੰਡਾ ਜਿਹਾ ਚੱਕਿਆ ਹੁਣ ਅਜੇ ਬੀਹੀ ਦੇ ਵਿੱਚ ਤੇ ਮੈਂ ਤਾਂ ਸਾਰਾ ਭਾਂਡਾ ਠੀਕਰ ਮਾਂਜਣ ਵਾਲਾ ਪਿਆ ਆ ਡੰਗਰ ਬੱਚਾ ਮੇਰਾ ਉਹ ਧੁੱਪੇ ਮਰਦਾ ਹੈਗਾ ਮੈਂ ਸਤੜਾਈ ਜਾਂਦੀਆਂ ਸੀ ਤੇ ਕਾਮੀ ਰੱਬ ਰੋਜ਼ ਹੀ ਚੜ ਕੇ ਆ ਜਾਂਦਾ ਮੈਂ ਸਾਂ ਥੱਲੇ ਵੀ ਗਚਲਕਾਣਾ ਹੋਇਆ ਪਿਆ ਹੈਗਾ ਮਰ ਜਾਣ ਨੂੰ ਬਥੇਰਾ ਕਿਹਾ ਵੀ ਮਾੜਾ ਮੋਟਾ ਪੱਠੇ ਪੁੱਠ ਤੋਂ ਕੀ ਹੁੰਦੇ ਰੋੜੇ ਰੂੜੇ ਜਿਹੇ ਲਿਆ ਕੇ ਉੱਥੇ ਘੋਲ ਹੋ ਜਾ ਪਵਾ ਦੇ ਮੈਨੂੰ ਸੌਖਾ ਹੋ ਜਾਊਗਾ ਪਰ ਇਹਨੇ ਕਿਹੜਾ ਭਾਈ ਗੋਹਾ ਸਿੱਟਣਾ ਗੋਹਾ ਕੂੜਾ ਤਾਂ ਮੈਂ ਹੀ ਸਿੱਟਣਾ ਲੈ ਚੰਗਾ ਭਾਈ ਮੈਂ ਜਾਂਦੀ ਹਾਂ ਮੈਨੂੰ ਚਿਰ ਲੱਗਦਾ ਨਾ 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 ਬਸ ਭਾਈ ਚਾਹ ਦੀ ਲੋੜ ਨੀ ਆਹੀ ਚਾਹ ਭਰ ਗਈ ਆ ਪੁੱਤ ਮੇਰਾ ਤਾਂ ਆਹ ਕੰਮ ਕਰ ਦੋ ਠੀਕ ਹੈ ਚੰਗਾ ਭਾਈ ਮੈਂ ਚੱਲੀ ਠੀਕ ਹੈ ਰੀਤ ਹਾਂਜੀ ਆ ਗਈ ਆਇਓ ਮੜਾ ਮੈਂ ਜ਼ਰੂਰੀ ਗੱਲ ਕਰਨੀ ਸੀ ਆ ਗਏ ਤੁਸੀਂ ਹਾਂਜੀ ਦੇਖ ਰੀਤ ਮੈਨੂੰ ਗਲਤ ਨਾ ਸਮਝੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਹਾਂਜੀ ਦੱਸੋ ਕੀ ਗੱਲ ਕਰਨੀ ਹੈ ਮੈਂ ਨਾ ਤੁਹਾਨੂੰ ਬਹੁਤ ਪਿਆਰ ਕਰਦਾ ਤੇ ਮੈਂ ਤੁਹਾਨੂੰ ਖੂਨ ਤੋਂ ਡਰਦਾ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਸੀ ਵੀ ਆਪਾਂ ਉਹਦੇ ਨਾਲ ਪੰਗੇ ਨਾ ਹੀ ਲਈਏ ਲੈ ਕਿਹਦੇ ਨਾਲ ਪੰਗੇ ਲਈਏ ਕੀ ਕਹੀ ਜਾਂਦੇ ਹੋ ਮੈਨੂੰ ਤਾਂ ਨਾ ਸਮਝ ਹੀ ਨਹੀਂ ਆਈ ਗੱਲ ਦੀ ਮੈਂ ਨਾ ਬਾਹਰੋਂ ਬੰਦੇ ਨੇ ਮੈਨੂੰ ਬਹੁਤ ਨੇ ਕਹਿਤਾ ਕਹਿੰਦੇ ਤੁਸੀਂ ਚੰਨੀ ਨਾਲ ਪੰਗੇ ਨਾ ਲਿਓ ਜਿਵੇਂ ਉਹ ਕਹਿੰਦਾ ਤੁਸੀਂ ਉਵੇਂ ਕਰ ਦਿਓ ਜ਼ਮੀਨ ਵੇਚ ਵੱਟ ਕੇ ਮੈਂ ਤੁਹਾਨੂੰ ਐਂ ਕਹਿੰਦਾ ਸੀ ਵੀ ਆਪਾਂ ਕਿਤੇ ਬਾਹਰ ਰਹਿ ਲਾਂਗੇ 90 ਲੱਖ ਬਹੁਤ ਹੁੰਦੇ ਆ ਆਪਾਂ ਵਧੀਆ ਕੋਠੀ ਪਾਵਾਂਗੇ ਕੋਈ ਆਪਦਾ ਕੰਮ ਕਾਰ ਹੋਰ ਤੋਰ ਲਾਂਗੇ ਆਪਾਂ ਉਦੋਂ ਕੀ ਲੈਣਾ ਉਹ ਰਵੀ ਕਿਉਂ ਤੁਹਾਡਾ ਦਿਮਾਗ ਖਰਾਬ ਹੋਇਆ ਉਹ ਬੰਦੇ ਦੇ ਤਾਂ ਤੁਸੀਂ ਡਰੋ ਉਹ ਕੋਈ ਬੰਦਾ ਮੁੱਠ ਚ ਆ ਜੇ ਉਹ ਚੂਹੇ ਜਿੰਨਾ ਬੰਦਾ ਉਹ ਬੰਦਾ ਨਾ ਬੰਦੇ ਦੀ ਜਾਤ ਡਰਨ ਦੀ ਗੱਲ ਨਹੀਂ ਮੈਂ ਕੀ ਡਰਦਾ ਉਹ ਤੋਂ ਕਹਿੰਦੇ ਬੰਦਾ ਖਤਰਨਾਕ ਆ ਉਹਦੇ ਕੋਲ ਪੈਸਾ ਨਾਲੇ ਕਹਿੰਦੇ ਮੈਂ ਡਰਦਾ ਬੰਦਾ ਕੁਝ ਵੀ ਕਰ ਸਕਦਾ ਹੁਣ ਆਪਣਾ ਵਧੀਆ ਪਰਿਵਾਰ ਆ ਆਪਾਂ ਕੀ ਲੈਣਾ ਉਹਨੂੰ ਛੇੜ ਕੇ ਯਾਰ ਮੇਰੀ ਗੱਲ ਸੁਣ ਤੂੰ 6 ਫੁੱਟ ਦਾ ਐਡਾ ਲੰਬਾ ਜਵਾਨ ਬੰਦਾ ਤੇ ਤੇਰੀ ਹਾਈਟ ਦਾ ਫਿਰ ਫਾਇਦਾ ਕੀ ਹੋਇਆ ਜੇ ਤੂੰ ਐਡੇ ਕ ਬੰਦੇ ਤੋਂ ਡਰ ਗਿਆ ਜਵਾਖਾਂ ਵਰਗਾ ਲੱਗਦਾ ਚੱਕ ਕੇ ਉਹਨੂੰ ਜਿਵੇਂ ਮਰਜ਼ੀ ਕੰਧ ਨਾਲ ਮਾਰੀ ਜਾ ਬਈ ਉਹ ਤਾਂ ਮੈਂ ਨਹੀਂ ਡਰੀ ਹੈਗੀ ਰਵੀ ਤੂੰ ਕਿਉਂ ਡਰ ਪਿਆ ਉਹਨੂੰ ਤਾਂ ਮਾਰੂ ਮੈਂ ਕੰਧ ਨਾਲ ਪਰ ਜਿਹੜੀ ਗੱਲ ਆ ਵੀ ਆਪਣੀ ਜ਼ਿੰਦਗੀ ਵੀ ਸੈੱਟ ਹੋ ਜੂਗੀ 90 ਲੱਖ ਬਹੁਤ ਹੁੰਦੇ ਯਾਰ ਤੂੰ ਸਮਝ ਵੀ ਲੈ ਆਪਣੀ ਜ਼ਿੰਦਗੀ ਹੁਣ ਵੀ ਸੈੱਟ ਆ ਆਪਣੀ ਜ਼ਮੀਨ ਦਾ ਠੇਕਾ ਵੀ ਬਹੁਤ ਆਉਂਦਾ 75,000 ਨੂੰ ਜ਼ਮੀਨ ਲੱਗਦੀ ਆ ਆਪਾਂ ਬਹਿ ਕੇ ਵੀ ਖਾਈ ਜਾਈਏ ਤਾਂ ਵੀ ਨਹੀਂ ਮੁੱਕਦਾ ਹੈਗਾ ਇਹ ਸੋਚ ਨਾ ਕਰੋ ਤੁਸੀਂ
ਉਹ ਮੈਂ ਤਾਂ ਜਾਣ ਕੇ ਕਹਿੰਦਾ ਸੀ, ਮੈਂ ਤਾਂ ਦੇਖਦਾ ਸੀ ਤੈਨੂੰ ਵੀ ਕੀ ਕਹਿਣੀ ਆ ਤੂੰ। ਹਾਏ ਮੇਰੇ ਰੱਬਾ, ਸੱਚੀ ਮੈਨੂੰ ਤਾਂ ਤੁਸੀਂ ਪਿਘਲ ਨਾ ਜਾਈ ਤੂੰ, ਮੈਨੂੰ ਸੱਚੀ ਸੋਚ ਲਾਤੀ ਸੀਗੀ ਤੁਸੀਂ। ਕੀ ਤੈਨੂੰ ਲੱਗਦਾ ਮੈਂ ਉਦੋਂ ਡਰ ਜਾਊਂਗਾ? ਲੱਗਦਾ ਤਾਂ ਨਹੀਂ ਸੀਗਾ, ਪਰ ਜਿਹੇ ਜਿਹੇ ਹਿਸਾਬ ਨਾਲ ਗੱਲਾਂ ਕਰੀਆਂ ਸੱਚੀ ਮੈਨੂੰ ਥੋੜਾ ਥੋੜਾ ਮੈਂ ਤਾਂ ਤੈਨੂੰ ਦੇਖਦਾ ਸੀ ਕਿ ਤੂੰ ਨਾ ਪਿਘਲ ਜਾਈ। ਮੈਂ ਨਹੀਂ ਪਿਘਲਦੀ, ਮੈਂ ਨਹੀਂ ਡਰਦੀ ਹੈਗੀ ਇਹੋ ਜਿਹੇ ਸੜੇ ਹੋਏ ਬੰਦੇ ਤੋਂ, ਨਾਲੇ ਸੱਚ ਨਾ ਉਹ ਆਪਣੇ ਸਰਪੰਚ ਆਇਆ ਸੀਗਾ। ਕਿਵੇਂ? ਤੁਹਾਨੂੰ ਪੁੱਛਦਾ ਸੀ, ਕਹਿੰਦਾ ਵਿਆਹ ਤੋਂ ਬਾਅਦ ਤੁਸੀਂ ਇੱਕ ਵੀ ਵਾਰੀ ਨਹੀਂ ਆਏ ਹੈਗੇ ਸਾਡੇ ਘਰੇ, ਅੱਜ ਤਾਂ ਉਹ ਪੂਰਾ ਜ਼ੋਰ ਪੱਕ ਗਏ ਨੇ ਵੀ ਤੁਸੀਂ ਆਉਣਾ ਹੀ ਆਉਣਾ। ਮੈਂ ਕਹਿਤਾ ਸੀਗਾ ਵੀ ਜੇ ਰਵੀ ਟਾਈਮ ਨਾ ਆ ਗਏ ਤਾਂ ਫਿਰ ਅਸੀਂ ਅੱਜ ਆ ਜਾਵਾਂਗੇ, ਨਹੀਂ ਕੱਲ ਨੂੰ ਤਾਂ ਪੱਕਾ ਆਵਾਂਗੇ। ਮੈਂ ਕਹਿੰਦੀ ਸੀ ਜੇ ਆਪਾਂ ਜਾਈ ਆਈਏ ਹੁਣੇ। ਜਾ ਆਵਾਂਗੇ, ਨਾਲੇ ਮੈਂ ਵੀ ਨਹੀਂ ਗਿਆ ਵਿਆਹ ਤੋਂ ਬਾਅਦ। ਸਹੀ ਗੱਲ, ਆਪਾਂ ਦੋਨੇ ਚੱਲ ਜਾਵਾਂਗੇ। ਚੱਲੀਏ ਫਿਰ ਆਪਾਂ। ਕੰਮ ਕੁੰਮ ਤਾਂ ਇਹਨਾਂ ਦਾ ਤੇਰੇ ਕਰਨਾ? ਨਹੀਂ ਨਹੀਂ, ਕੰਮ ਦਾ ਕੀ ਆ, ਹਾਂ ਤਾਂ ਘਰ ਹੁਣ ਆ ਜਾਵਾਂਗੇ। ਠੀਕ, ਚੱਲ ਅੱਜ। ਅੰਕਲ ਬਸ ਠੀਕ ਆ ਸਾਰਾ ਕੁਛ, ਜਿਲਾ ਤੁਸੀਂ ਸਵੇਰੇ ਕਹਿ ਕੇ ਆਏ ਸੀ, ਸ਼ਾਮ ਨੂੰ ਮੈਂ ਤੁਹਾਡੇ ਘਰੇ ਵੱਜੀ, ਤੁਹਾਡਾ ਲਾਂਬਾ ਤਾਰਤਾ, ਹੁਣ ਤਾਂ ਖੁਸ਼ ਹਾਂ? ਮੈਂ ਤਾਂ ਖੁਸ਼ ਹਾਂਗਾ, ਵਧੀਆ। ਪਹਿਲਾਂ ਤੁਹਾਨੂੰ ਪਾਣੀ ਪਿਆ? ਪਾਣੀ ਲਿਆ ਕੁੱਟੇ ਇਹਨਾਂ ਨੂੰ, ਪਿਆ ਮੁੰਡਿਆਂ ਨੂੰ? ਬਸ ਪਾਣੀ ਦੀ ਤਾਂ ਲੋੜ ਨਹੀਂ ਹੈਗੀ। ਲੋੜ ਕਿਉਂ ਨਹੀਂ? ਤੁਸੀਂ ਆਪ ਉਹਦੀ ਕਹਿ ਦਿੰਦੇ ਪਾਣੀ ਲਿਆ ਕੇ, ਤਾਂ ਬੱਲਾ ਗੱਲ ਮੈਂ ਊਂ ਹੀ ਪੀ ਕੇ ਆਉਂਦਾ, ਮੇਰਾ ਤਾਂ ਹੱਕ ਬਣਦਾ ਨਾ। ਅੱਜ ਤਾਂ ਅੰਕਲ ਰਵੀ ਨੇ ਮੈਨੂੰ ਡਰਾ ਹੀ ਦਿੱਤਾ ਸੀਗਾ, ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਇਹੋ ਜਿਹਾ ਕੀ ਕਹਿੰਦਾ? ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਹੋ? ਹਾਂਜੀ ਹਾਂਜੀ। ਕਹਿੰਦਾ ਕਹਿੰਦਾ ਚੰਨੀ ਤਾਂ ਨਾ ਬਾਹਲਾ ਨੰਗਿਆ ਹੋਇਆ ਬੰਦਾ, ਮੈਨੂੰ ਤਾਂ ਡਰ ਲੱਗਦਾ, ਆਪਾਂ ਜ਼ਮੀਨ ਵੇਚ ਦਿੰਦੇ ਹਾਂ ਉਹਨੂੰ। ਇਹਨੇ ਤਾਂ ਮੈਨੂੰ ਵੀ ਡਰਾਤਾ ਸੀਗਾ। ਮੈਂ ਇਹਨੂੰ ਦੇਖਦਾ ਸੀਗਾ ਜੀ, ਮਾਂ ਕਿਤੇ ਉਹਨਾਂ ਪਿਘਲ ਤੇ ਕਿਤੇ ਡਰਦੀ ਹੋਵੇ ਤੰਨੀ ਤੋਂ। ਅੱਛਾ, ਇੱਕ ਦੂਜੇ ਦੇ ਸੇਮਾ ਲਾਈ ਜਾਂਦੇ ਹੋ? ਅੰਕਲ ਤੁਹਾਨੂੰ ਲੱਗਦਾ ਵੀ ਮੈਂ ਡਰਨ ਵਾਲੀ ਆ? ਓਹੋ, ਮੈਂ ਕਿਹਾ ਮੇਰੇ ਹੁੰਦੇ ਵੀ ਡਰੀ ਜਾਂਦੀ ਹੋਵੇ। ਮੈਂ ਤਾਂ ਲੱਤਾਂ ਤੜਾ ਲਈਆਂ ਤਾਂ ਨਹੀਂ ਡਰੀ ਹੈਗੀ, ਹੁਣ ਤਾਂ ਤੂੰ ਡਰਨੇ ਕੀ ਹੈ ਮੋਨੇ ਜੇ ਤੋਂ। ਓਹੋ, ਇਹਦੇ ਤਾਂ ਬਾਹਲਾ ਕੁਛ ਹੋਇਆ, ਬਹੁਤ ਥਾਂ ਤੇ ਲੰਘ ਗਈ, ਬਸ ਇਹ ਤਾਂ ਜੇ ਐਂ ਕਰਨਾ ਹੁੰਦਾ ਨਾ ਅੱਜ ਨੂੰ ਉਦੋਂ ਹੀ ਹੋ ਜਾਂਦਾ, ਦੋ ਪੈਸੇ ਮਿਲਦੇ ਸੀਗੇ। ਚੱਲ ਇਹ ਤਾਂ ਮੈਂ ਫਿਰ ਵੀ ਗਿਆ ਸੀ, ਇਹਦੇ ਮਾਤਾ ਕਹਿੰਦੇ ਸੀ ਚੱਲ ਜਿਹੜੇ ਦੋ ਪੈਸੇ ਮਿਲਦੇ ਆ ਮਿਲ ਜਾਣਦੇ ਤੇ ਆਪਦਾ ਕੰਮ ਨਿਬੇੜ ਲਾਂਗੇ, ਠੀਕ ਹੈ? ਤੇ ਗੱਲ ਕਰ, ਇਹ ਕਹਿੰਦੀ ਨਹੀਂ ਮੰਨਣੀ, ਬਸ ਆਪਦੇ ਹਿੰਡ 'ਤੇ ਰਹੀ ਹੁਣ ਤੱਕ, ਜਿਹੜਾ ਕੁਛ ਹੋਊਗਾ ਹੋ ਜਾਂਦੇ, ਪਰ ਮੈਂ ਆਪਦੀ ਜ਼ਿੰਦਗੀ ਨਾਲ ਲੜੂੰਗੀ। ਇਹ ਤਾਂ ਹੁਣ ਇੱਕ ਜ਼ਿੰਦਗੀ ਨਾਲ ਲੜੀ ਜਾਂਦੀ ਹੈ ਬਸ ਆਪਦੀ, ਮਾਨਾ ਤਾਂ ਕਹਿੰਦੀ ਇੱਕ ਦਿਨ ਹੀ ਹੈ, ਬਸ ਗੱਲ ਇਹ ਹੈ। ਮੈਂ ਹੁਣ ਤਾਂ ਕੋਈ ਚੱਕਰ ਹੀ ਨਹੀਂ ਚੰਨੀ ਜੀ ਮੇਰੇ, ਤਾਂ ਚੱਲ ਕੋਈ ਹੁਣ ਤਾਂ ਹੁਣ ਕਿੱਧਰ ਆਉਣਾ? ਓਏ, ਆਉਣ ਦੀ ਗੱਲ ਨਹੀਂ ਹੁੰਦੀ, ਇਹ ਤਾਂ ਤੂੰ ਛੱਡ ਦੇ, ਆਉਣਗੇ ਸਹੀ ਤੇਰੇ ਕੋਲ। ਗੰਦਾ ਤਾਂ ਬਹੁਤ ਹੈ ਅੰਕਲ ਉਹ, ਵੀ ਤੂੰ ਐਂ ਕਰ ਲਾ ਵਾਲਾ, ਇਹ ਤਾਂ ਤੂੰ ਗੱਲ ਛੱਡ ਦੇ ਵੀ ਨਹੀਂ ਆਉਂਦੇ, ਜਿਹੜਾ ਤੇਰੇ ਕੋਲ ਕਿਹੜਾ ਮਾਰਨਗੇ, ਜੇ ਭਾਈ ਉਹਨਾਂ ਨੂੰ ਐਂ ਪਤਾ ਲੱਗ ਗਿਆ ਸਾਡੇ ਲੋਟ ਨਹੀਂ ਆਉਂਦਾ, ਫਿਰ ਤਾਂ ਭਾਵੇਂ ਹਟ ਜਾਣ, ਕਿਹੜਾ ਤਾਂ ਆਉਣਗੇ ਦੋ ਪੈਸੇ ਵੱਧ ਲੈ ਲੈ, ਐਂ ਕਰ ਲਾ ਜਿਹੜੇ ਤਾਂ ਅਗਲਾ ਉਹਦਾ ਜ਼ੋਰ ਲਾਉਂਦੇ ਹੀ ਆ, ਕਰ ਲਾਂਗੇ ਉਹਨਾਂ ਨੂੰ ਦੇ ਹਿਸਾਬ। ਚਲ ਉਹ ਤਾਂ ਚੰਗੀ ਗੱਲ ਆ, ਸਗੋਂ ਜਿੰਨਾ ਦੱਬ ਕੇ ਰੱਖੋਗੇ ਉਹਨਾਂ ਨੂੰ ਓਨਾ ਹੀ ਵਧੀਆ। ਹੋਈ ਸੀ ਬੇਬੇ ਨਾਲ ਗੱਲ? ਹਾਂਜੀ ਹੋਈ ਸੀਗੀ ਅੰਕਲ, ਕੋਈ ਗੱਲ ਨਹੀਂ। ਹਾਂ, ਮੈਂ ਦਿੱਤਾ ਸੀ ਤੁਹਾਡਾ ਨੰਬਰ ਵੀ, ਮਾਂ ਕਈ ਵਾਰ ਲੋੜ ਪੈ ਜਾਂਦੀ ਹੈ ਵੀ ਗੱਲ ਗੁੱਲ ਕਰ ਲਿਆ ਕਰ। ਚਲ ਚੰਗੀ ਗੱਲ ਆ, ਕੱਲ੍ਹ ਰਾਤ ਦਾ ਕਰ ਲੈਣਗੇ। ਅਤੇ ਤੁਸੀਂ ਦੱਸੋ, ਤੈਨੂੰ ਸੂਟ ਅੱਜ ਦਵਾਵਾਂ ਕਿ ਫਿਰ ਲਿਆ ਕੇ ਦੇਵਾਂ? ਲੈ ਅੰਕਲ, ਸੂਟ ਵਾਲੀ ਕਿੱਧਰਾਂ ਛੇੜ ਲੈਂਦੇ ਤੁਸੀਂ, ਮੈਂ ਸੂਟ ਲੈਣ ਨਹੀਂ ਆਈ ਹੈਗੀ, ਮਿਲਣ ਆ ਗਈ ਨਾ, ਇੰਨੀ ਬਹੁਤ ਆ, ਜੇ ਇਹ ਸੂਟ ਜੇ ਦਿਆ ਕਰੂੰਗੇ ਫਿਰ ਮੈਂ ਆਉਂਦੀ ਵੀ ਨਹੀਂ ਹੈਗੀ। ਉਹ ਨਹੀਂ ਤਾਂ ਫਿਰ ਵੀ ਮੇਰਾ ਹੱਕ ਹੀ ਆ, ਆਪਣਾ ਕਿਹੜਾ ਕੀ ਉਹ ਆ, ਕੋਈ ਗੱਲ ਨਹੀਂ, ਚੰਗੀ ਗੱਲ ਆ। ਮੈਨੂੰ ਤਾਂ ਐਂ ਹੁੰਦਾ ਵੀ ਚੱਲ ਹੋ ਜਾਣਗੇ, ਇੰਨੇ ਹੌਲੀ ਹੌਲੀ ਤੁਹਾਡਾ ਸਾਰਾ ਕੁਛ ਸੈੱਟ ਹੋ ਜਾਊਗਾ। ਹਾਂ ਅੰਕਲ, ਹੁਣ ਤਾਂ ਸਾਰਾ ਕੁਛ ਸੈੱਟ ਆ, ਘਰ ਦੀ ਸਾਫ਼ ਸਫਾਈ ਵੀ ਰਵੀ ਮੇਰੇ ਨਾਲ ਪੂਰੀ ਕਰਾਉਂਦਾ,
ਪਹਿਲਾਂ ਦੇ ਲੋਕੀ ਮੈਂ ਖਿਲਾ ਰਿਹਾ ਪਾਈ ਰੱਖਦੀ ਸੀ, ਦਿਲ ਹੀ ਨੀ ਕਰਦੀ ਸੀ ਕੱਲੀ ਜਾਣੀ ਤੇ ਜੀ ਨੀ ਕਰਦਾ ਸੀ ਕੰਮ ਕਰਨ ਨੂੰ, ਵੀ ਕਿਹਦੇ ਵਾਸਤੇ ਘਰ ਨੂੰ ਸਜਾਉਣਾ। ਚੱਲ ਕੋਈ ਨੀ, ਦੋ ਪੈਸੇ ਇਕੱਠੇ ਕਰਕੇ ਨਾ ਤੁਸੀਂ ਜਿਹੜਾ ਨਾਲ ਲੱਗਦਾ ਥਾਂ ਹੋਰ ਲੈ ਲਓ, ਵੇਚ ਕੇ ਚੰਗਾ ਥਾਂ ਲੈ ਲਓ, ਲੋੜ ਹੀ ਨਹੀਂ। ਅੱਗੇ ਚੱਲ ਤੂੰ ਇਕੱਲੀ ਸੀ, ਤੇਰਾ ਸਰੀ ਜਾਂਦਾ ਸੀਗਾ, ਹੁਣ ਮੇਰੇ ਪਰਿਵਾਰ ਵਧੂਗਾ, ਹੁਣ ਇਸ ਹਿਸਾਬ ਨਾਲ ਸਿਸਟਮ ਕਰਨਾ ਪੈਂਦਾ। ਦੇਖਦੇ ਹਾਂ ਬਸ, ਦੋ ਵਾਰ ਦਾ ਠੇਕਾ ਜੋੜ ਕੇ ਚਾਹੇ ਇੱਕ ਅੱਧਾ ਕਮਰਾ ਵੀ ਹੋਰ ਪਾ ਲਾਂਗੇ, ਨਾਲੇ ਜਗ੍ਹਾ ਲੈ ਲਾਂਗੇ ਹੋਰ। ਬਸ ਆਈਸ ਲੋਡ ਕਰ ਲਓ, ਹੁਣ ਅੱਗੇ ਇਕੱਲੀ ਸੀ ਚੱਲ ਚੱਲ ਚੱਲੀ ਜਾਂਦਾ ਸੀ। ਸਹੀ ਗੱਲ ਹੈ, ਹੁਣ ਤੁਹਾਨੂੰ ਸਿਸਟਮ ਥੋੜ੍ਹਾ ਜਿਹਾ ਬਦਲਣਾ ਪਊ, ਉਸ ਹਿਸਾਬ ਨਾਲ ਚੱਲਣਾ ਪਊਗਾ, ਹੋਰ ਕੋਈ ਗੱਲ ਨਹੀਂ। ਦੇਖਦੇ ਹਾਂ ਬਸ, ਜਾਂ ਜਗ੍ਹਾ ਲੈ ਲਾਂਗੇ ਜਾਂ ਦੋ ਕਮਰੇ। ਹਾਂ ਇੱਕ ਚੀਜ਼ ਥੋੜਾ ਥੋੜਾ ਕਰਕੇ ਕਰ ਲੈ, ਹਾਂ ਜਾਂ ਫਿਰ ਇਹ ਵੇਚ ਕੇ ਕੋਈ ਹੋਰ ਲੈ ਲੈ ਜੱਜ ਦਾ, ਕੁਛ ਤਾਂ ਕਰਾਂਗੇ। ਦਿਸ਼ਾ ਇਹ ਜੀ ਜਗ੍ਹਾ ਲੱਗਦੀ ਕਰ ਲਓ, ਆਪਣੇ ਤਾਂ ਘਰ ਦਾ ਵੀ ਰੇਟ ਬਾਹਲਾ ਲੱਗਦਾ ਨਾ। ਓਹੋ ਥਾਂ ਤਾਂ ਇੰਨੇ ਨੱਥੇ ਗਿਆ, ਕਿੰਨਾ ਥਾਂ ਗਾ, ਇਹਨਾਂ ਦਾ ਬਕਾਊ ਆ 7-8 ਲੱਖ ਰੁਪਏ ਮੰਗਦੇ ਲੈ, ਨਾ ਥਾਂ ਕਿੰਨਾ ਕੋ ਕੋਨੇ ਸਾਰਾ ਮਨ ਕਰੇ ਆਪਣੇ ਵਾਲਾ ਵੇਚ ਕੇ ਹੀ ਉਹ ਆ ਜੇ, ਆ ਸਕਦਾ ਜੀ ਜੰਗੇ ਪੈਸੇ ਲੱਗਦੇ ਤਾਂ। ਤਾਂ ਹੀ ਤਾਂ ਚੰਨੀ ਮੱਚਦਾ, ਤਾਂ ਹੀ ਤਾਂ ਉਹਦੇ ਬੀੜੇ ਉੱਠਦੇ ਨੇ ਵਾਰੀ ਵਾਰੀ, ਦਰਦਾਂ ਉੱਠਦੀਆਂ ਇਹਨਾਂ ਦੇ, ਵੀ ਇਹਨਾਂ ਦੀ ਤਾਂ ਜਗ੍ਹਾ ਵੀ ਮਹਿੰਗੀ ਆ ਤੇ ਜ਼ਮੀਨ ਵੀ ਮਹਿੰਗੀ ਆ। ਓਹੋ ਉਹ ਸੋਚ ਹੁੰਦੀ ਹੈ ਸਭ ਦੀ, ਅੱਡੋ ਅੱਡੀ ਸੋਚ ਤੇ ਡਿਪੈਂਡ। ਜੇ ਮੈਂ ਕਹਾਂ ਤੇਰੀ ਜ਼ਮੀਨ ਮਹਿੰਗੀ ਹੈ, ਫਿਰ ਇਹ ਗੱਲ ਗਲਤ ਹੁੰਦੀ ਹੈ। ਬਹੁਤ ਲੋਕ ਪਏ ਜਿਹਦੀ ਮਹਿੰਗੀ ਜ਼ਮੀਨ ਆ, ਉਹਦੇ ਵਾਂਗ ਥੋੜ੍ਹੇ ਦੇਖੀ ਜਾਂਦਾ ਗਾ। ਇਹਦਾ ਬੰਦੇ ਨੂੰ ਆਪਦੇ ਮਗਰ ਨਿਗਾਹ ਮਾਰਨੀ ਚਾਹੀਦੀ ਆ, ਮੇਰੇ ਪੈਰ ਕਿੱਥੇ ਖੜੇ ਆ, ਆਪਦੇ ਹਿਸਾਬ ਨਾਲ ਚੱਲਣਾ ਚਾਹੀਦਾ। ਜੇ ਮੈਂ ਕਹੂੰਗਾ ਵੀ ਰੀਤ ਦੀ ਜ਼ਮੀਨ ਵੀ ਮੈਨੂੰ ਮਿਲ ਜੇ, ਉਹਦੀ ਚੰਗੀ ਮੈਨੂੰ ਮਿਲ ਜੇ, ਉਹ ਬੰਦਾ ਚਾਰ ਸਪੇਰੇ ਰਹਿ ਜਾਂਦਾ ਹੁੰਦਾ। ਸਹੀ ਗੱਲ ਹੈ, ਇਹ ਇਹਦੇ ਨਾਲ ਬਣੂਗੀ ਆਈ ਅੰਕਲ, ਇੱਥੇ ਆ ਤੂੰ ਆਪਦੇ ਵਾਲੀ ਵੀ ਗਵਾਊਗਾ, ਜਿਹੜੇ ਹਿਸਾਬ ਨਾਲ ਉਹਦੇ ਲੱਛਣ ਨੇ ਗਵਾਊਗਾ। ਚੱਲ ਕੋਈ ਨਹੀਂ, ਉਹਨੂੰ ਹੰਕਾਰ ਹੀ ਇੰਨਾ ਗਾ, ਕਹਿੰਦੇ ਹੰਕਾਰ ਨੂੰ ਮਾਰ ਪੈਂਦੀ ਹੁੰਦੀ ਆ। ਹੰਕਾਰ ਤਾਂ ਅੰਕਲ ਰਾਵਣ ਦਾ ਨਹੀਂ ਰਿਹਾ ਹੈਗਾ, ਇਹ ਤਾਂ ਫਿਰ ਵੀ ਕੀ ਚੀਜ਼ ਆ, ਇਹ ਤਾਂ ਰਾਵਣ ਦੇ ਪੈਰ ਜਿੱਡਾ ਵੀ ਨਹੀਂ ਹੈਗਾ, ਨਾਲੇ ਤੂੰ ਆਪ ਹੀ ਸੋਚ ਲਾ ਲਾ। ਨਾ ਤਾਂ ਸਹੀ ਗੱਲ ਆ ਤੁਹਾਡੀ, ਤੁਸੀਂ ਹੁਣ ਐਂ ਕਰੋ ਚਾਹ ਪਾਣੀ ਪੀ ਲਓ, ਨਾਲੇ ਖਾ ਲਓ ਰੋਟੀ। ਰੋਟੀ ਰੋਟੀ ਕੁਛ ਨਹੀਂ ਖਾਣੀ ਅੰਕਲ, ਅਸੀਂ ਖਾ ਪੀ ਕੇ ਫੇਰ ਆਏ ਆ, ਹੋਰ ਹੁਣ ਬਸ ਚੱਲਦੇ ਆ। ਫੇਰ ਕਿਉਂ, ਅੱਜ ਤੇ ਫੇਰ ਚ ਵੀ ਫਰਕ ਆ ਕੋਈ? ਕੋਈ ਨਹੀਂ, ਆ ਤਾਂ ਘਰ ਆ, ਕੋਈ ਨਾ ਫੇਰ ਆ। ਆਪਾਂ ਕਿਹੜਾ ਬਾਲੀ ਦੂਰ ਅੰਕਲ, ਆਉਣੇ ਜਾਣੇ ਰਿਹਾ ਕਰਾਂਗੇ, ਹੁਣ ਕੋਈ ਚੱਕਰ ਨਹੀਂ ਹੈਗਾ। ਚੱਲ ਲਿਆਓ ਚਾਹ, ਲਿਆ ਘੁੱਟ, ਚਾਹ ਤਾਂ ਪੀਓ ਜ਼ਿਆਦਾ, ਚਾਹ ਤਾਂ ਪੀਣੀ ਪੀਣੀ ਆ, ਚਾਹ ਪੀ ਕੇ ਫੇਰ ਆਰਾਮ ਨਾਲ। ਹੋਰ ਦੱਸ ਅੰਕਲ, ਤੁਹਾਡੇ ਕੋਲ ਤਾਂ ਨਹੀਂ ਕੋਈ ਆ? ਬਸ ਕੋਈ ਨਹੀਂ, ਮੇਰੇ ਕੋਲੇ ਸੱਚ ਤੈਨੂੰ ਗੱਲ ਦੱਸਣੀ ਭੁੱਲ ਗਿਆ, ਬਿੱਕਰ ਦੇ ਘਰੋਂ ਆਈ ਸੀ। ਅੱਛਾ, ਹਾਂ ਬਿੱਕਰ ਦੇ ਘਰ ਕੌਣ? ਆਂਟੀ ਬਿੱਕਰ ਦੇ ਘਰ ਆਂਟੀ, ਉਹ ਕਹਿੰਦੀ ਤੁਹਾਨੂੰ ਸਮਝਾਓ, ਪਤਾ ਨਹੀਂ ਮੈਂ ਇਹ ਤਾਂ ਆਪਾਂ ਸੋਚੀ ਜਾਂਦਾ ਸੀ ਵੀ ਕੀ ਚੱਕਰ ਗਾਣੀ ਆ, ਵੀ ਇਹਨੂੰ ਮਾੜਾ ਸਮਝਾਓ ਕਿ ਜੰਨੀ ਦਾ ਤੁਰੇ ਫਿਰਦਾ ਰਹਿੰਦਾ। ਕਿ ਨਿਆਣਾ ਕਹਦੇ ਵੀ ਉਹ ਚੁੰਗਣੀ ਪੀਂਦਾ, ਵੀ ਇਹਨੂੰ ਸਮਝਾਈਏ। ਓਹੋ ਉਹ ਕਹਿੰਦੇ ਸਾਡੇ ਤੇ ਕਦੇ ਮੰਨਦਾ ਨਹੀਂ, ਕੁੜੀ ਵਿਆਹੁਣ ਵਾਲੀ ਹੈ, ਮੰਗੀ ਗਈ ਨਾ ਕੁੜੀ ਤੇ ਵੀ ਕੱਲ ਨੂੰ ਜਿਹੜੇ ਪੈਸੇ ਹੈਗੇ ਆ ਚੱਕ ਕੇ ਇੱਧਰ ਲਾ ਦੋ ਵੋਟਾਂ ਦੇ, ਵੀ ਕੱਲ ਨੂੰ ਮੈਂ ਕੁੜੀ ਵੀ ਗੁੜਗਣ ਕਾ ਹੁੰਦਾ ਵੀ ਆ। ਵੀ ਚੱਕ ਤਾਂ ਤੁਹਾਡੀ ਨਹੀਂ ਮੰਨਦਾ ਵੀ ਸਾਡੀ ਕਿੱਥੇ ਸੀ। ਉਹ ਚੱਲ ਭਾਈ, ਮੈਂ ਜਦ ਬੰਦਾ ਆ ਹੀ ਗਿਆ ਸਰਪੰਚ ਹੁੰਦੇ ਸਾਰੇ ਆਉਂਦੇ, ਮੈਂ ਕੋਈ ਨਹੀਂ ਭਾਈ ਕੇਰਾਂ ਮੈਂ ਬੰਦਾ ਬੁਲਾ ਕੇ ਉਹਨੂੰ ਘਰੇ ਬੁਲਾ ਲੂੰਗਾ, ਮੇਰਾ ਫਰਜ਼ ਉਹਨੂੰ ਸਮਝਾਉਣ ਦਾ, ਕੇਰਾਂ ਨੂੰ ਕਹਿ ਦੂੰਗਾ ਮੰਨਣਾ ਨਾ ਮੰਨਣਾ ਉਹਦੀ ਮਰਜ਼ੀ ਹੈ। ਉਹ ਤਾਂ ਚੰਨੀ ਦੀ ਉਂਗਲਾਂ ਤੇ ਚੜਿਆ ਹੋਇਆ ਨਹੀਂ, ਕਿੱਥੇ ਮੰਨਣਾ ਹੈ। ਵੱਡੀ ਗੱਲ ਤਾਂ ਆ ਗਈ, ਹਾਂ ਤਾਂ ਆਪ ਬਿੱਕਰ ਵੱਢਣ ਵਾਲਾ ਹੋਇਆ ਪਿਆ, ਮੰਨਦਾ ਨਹੀਂ ਮੈਂ ਕਿਸੇ, ਮੰਨਦਾ ਨਹੀਂ ਹੈਗਾ ਜੀ। ਮੈਂ ਜੇ ਮੈਂ ਕਹੂੰਗਾ ਉਹਨੂੰ ਆਇਓ ਜੀ ਸਰਪੰਚ ਖਾਣੀ, ਮੈਨੂੰ ਜਾਣ ਕੇ ਕਹੋਦਾ ਵੀ ਕਿਤੇ ਬਿੱਕਰ ਨਾ ਜਿੱਤ ਜੇ, ਉਹਦੇ ਮਨ 'ਚ ਤਾਂ ਇਹ ਜਾਊ। ਸਹੀ ਗੱਲ, ਹਾਂ ਵੀ ਖਾਣੀ ਮੇਰੇ ਤੋਂ ਡਰ ਉਹ ਹੁੰਦਾ, ਮਹਾਂ ਭਾਈ ਕੇਰਾਂ ਕਹਿ ਦਿਆਂਗੇ, ਮੰਨਣੀ ਨਾ ਮੰਨਣੀ ਉਹਦੀ ਮਰਜ਼ੀ। ਉਈ ਵੀ ਤੇਰੇ ਘਰ ਨਹੀਂ ਦਰ ਨਹੀਂ ਕੁਛ ਹੈ, ਗਰੀਬ ਤੂੰ ਬੰਦਾ, ਤੂੰ ਉਹਦੀਆਂ ਉਂਗਲਾਂ ਤੇ ਚੜਿਆ ਫਿਰਦਾ, ਕੱਲ ਨੂੰ ਤੈਨੂੰ ਫਸਾ ਕੇ ਰੱਖ ਦੂਗੀ ਤੇ ਫਿਰ ਫਰੀ ਜਾਊਗਾ ਦੇਖਦਾ। ਚੰਨੀ ਬਹੁਤ ਚਲਾਕ ਬੰਦਾ ਅੰਕਲ, ਐ ਨਹੀਂ ਪਤਾ ਕਿੱਥੇ ਬੰਦੇ ਨੂੰ ਕਿੱਥੇ ਮਾਰ ਪਵਾ ਦੇ, ਬਹੁਤ ਨੰਗਿਆ ਹੋਇਆ ਉਹ ਟਿੰਡਾ ਜਾ। ਠੀਕ ਆ, ਚਲ ਲੈ ਹੁਣ ਤੁਸੀਂ ਚਾਹ ਜੀ ਪੀ ਲਈ, ਮੈਨੂੰ ਵੀ ਐਂ ਜੀ ਹੋ ਗਿਆ ਚਾਹ ਪੀ ਲਈ, ਹੋਰ ਚਾਹ ਦਾ ਹੱਕ ਹੁੰਦਾ ਜ਼ਰੂਰੀ। ਅੰਕਲ ਆਪ ਤੁਸੀਂ ਪੀ ਕੇ ਨੇ ਤੇ ਸਾਨੂੰ ਦੇ ਧੱਕੇ ਨਾਲ ਚਾਹ ਪਈ ਆ। ਮੈਂ ਤੁਹਾਨੂੰ ਤੇ ਕਿਹਾ ਸੀਗਾ ਜਦੋਂ ਭਾਈ ਮੇਰੇ ਘਰੇ ਆਏ ਨਾ ਤੇ ਚਾਹ ਪੀ ਕੇ ਜਾਏ, ਆਪਾਂ ਉੱਥੇ ਪੀਵਾਂਗੇ, ਤੇਰੇ ਨਾਲ ਪੀ ਲਈ ਨਾ, ਨਾਲੇ ਮੇਰਾ ਇਰਾਦਾ ਨਹੀਂ ਪੀਣ ਦਾ ਹੋਣਾ, ਮੈਂ ਆਪਾਂ ਤਾਂ ਵੀ ਪੀ ਲਈ ਭਾਈ।
ਆਪਣੇ ਨਾਲ ਵੀ ਆਪਣਾ ਮਾਨ ਤਾਂ ਰੱਖਦਾ ਮਾਨ ਤਾਂ ਰੱਖਿਆ ਛੋਟਾ ਮੈਂ ਕੋਈ ਗੱਲ ਨਹੀਂ ਇਹ ਵੀ ਛੋਟੂ ਕਰੀ ਆ ਹਾਂ ਚੱਲਦੇ ਆ ਬਹੁਤ ਗੱਲਾਂ ਹੋ ਗਈਆਂ ਉਧਰ ਵੀ ਛੋਟੀ ਇਧਰ ਵੀ ਛੋਟੀ ਆ ਚਲੋ ਠੀਕ ਹੈ ਅੰਕਲ ਫਿਰ ਅਸੀਂ ਹੁਣ ਤਾਂ ਚੱਲਦੇ ਆ ਫੇਰ ਮਾਰਾਂਗੇ ਗੇੜਾ ਠੀਕ ਆ ਚਲ ਫਿਰ ਧਿਆਨ ਰੱਖਿਓ ਠੀਕ ਆ ਦਾ ਕੋਈ ਨਾ ਕੋਈ ਨਹੀਂ ਮਾੜਾ ਚਕੰਨੇ ਹੋ ਕੇ ਠੀਕ ਹੈ ਠੀਕ ਹਾਂ ਚਲ ਵਧੀਆ ਆ ਕਹਿੰਦੇ ਹੁੰਦੇ ਆ ਨਾ ਜੇ ਕਿਸੇ ਦਾ ਘਰ ਬਸਾ ਦਗੇ ਤਾਂ ਚੰਗਾ ਹੁੰਦਾ ਆ ਦੇਖ ਲਾ ਹੁਣ ਬਸ ਗਿਆ ਕੱਲ ਅੱਗੇ ਕੱਲੀ ਤੋਰੀ ਫਿਰਦੀ ਸੀਗੀ ਅਤੇ ਹੁਣ ਨਾਲ ਮੁੰਡਾ ਮਿਲ ਗਿਆ ਚਾਰ ਜੋੜੀ ਬਣ ਗਈ ਆਪਾਂ ਤਾਂ ਕੋਈ ਮਾੜਾ ਨਹੀਂ ਕਰਿਆ ਸਰਪੰਚ ਹੋਣ ਦਾ ਫਰਜ਼ ਹੀ ਨਿਭਾਇਆ ਹੈਗਾ ਚਲ ਕਹਿੰਦੇ ਹੁੰਦਾ ਘਰ ਤਾਂ ਬਸਦੇ ਸੋਹਣੇ ਲੱਗਦੇ ਪਰਮਾਤਮਾ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਜੀ ਨਾਲ ਤਾਂ ਇਸੇ ਲੋਟੀ ਦੁਨੀਆਂ ਦੇ ਘਰ ਵਸਾਉਂਦਾ ਰਹੀ ਬਾਬਾ ਉਹ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਓਏ ਹਾਏ ਓ ਰੱਬਾ ਤੂੰ ਤਾਂ ਮੈਨੂੰ ਮਾਰਤਾ ਜਾਉਂਦੇ ਜੀ ਮਾਰਤਾ ਓਏ ਉਹ ਮੇਰੇ ਨਾਲ ਕੀ ਦੁਸ਼ਮਣੀ ਕੱਢ ਲਈ ਮੈਂ ਕਿਸੇ ਦਾ ਕੀ ਮਾੜਾ ਕਰਿਆ ਸੀਗਾ ਕੱਲ ਲੋਕਾਂ ਦੇ ਭਲੇ ਹਾਏ ਓ ਰੱਬਾ ਹਾਏ ਓਏ ਆਹ ਫਲ ਮਿਲਦਾ ਲੋਕਾਂ ਦੇ ਭਲਿਆਂ ਦਾ ਓਏ ਹਾਏ ਓਏ